हाँ तो मैं कह रहा था, भूल जाओ बाहर क्या हो रहे हैं, अपने आप को किताबों पर कॉन्सेंट्रेट होना चाहिए। मन लगाकर पढ़ेंगे तो फिर तुम्हें कोई चीज डिस्टर्ब नहीं कर सकेगी। साहब, ये क्या शंटिंग कर रहे हो कॉरिडोर में? मन लगाकर पढ़ाई कर रहा हूँ सर। तुम मुझे डिस्टर्ब कर रहे हो? मन लगाकर पढ़ाइए सर, भूल जाइए कि बाहर क्या हो रहा है, फिर कोई भी चीज आपको डिस्टर्ब नहीं कर सकेगी। फिर कोई भी चीज आपको डिस्टर्ब नहीं कर सकेगी। मैडम जी, इस ग्रुप दा ओ मुंडा सैवी ब्राड सब तो वध पंगेबाज है। एक दिन क्लासरूम च मेरे नाल बहसन लग पिया, मैं उस नु फड़ के स्टाफ रूम च लै गई। ना तैनू इन्नी भी अकल नहीं डफरा जिहा, ते टीचरां नाल किवें बिहेव करीदा, वड्डियां दा इज्जत मान करना आउंदा कि नहीं? बीबी बाली दुखी आ बीबी, एक ता सस महा कमीनी टकरी, उत्तों सौरा जवान निखिद, एक घर वाला मां दा चमचा। कल बाजार गए सी, मैं सोने दिया वालियां की मांग बैठी, कुत्तियां वांगू खा लो, बहुत सर लगता है पटनू आवे कुछ ना। बीबी मैं तो बाली दुखी हूं। मैं करदा सुखी तनु बीबी दी है बचिए। तुहानू तो तोडे हस्बैंड ने सिर्फ कुटिया मैडम, मेरी तो वाइफ ही मैनू छड़ के चली गई। एक दिन बैठा सी मैं लाइब्रेरी च ज्योति खन्ना मैडम नाल, ते कोई सब्जेक्ट डिस्कस कर रहे सी, तोड़े हाथ दी लकीरां पढ़ के ना, एक गल तां मैं यकीन नाल कह सकदा कि तोड़ा ते तोड़े हसबैंड दा ना कोई मेल नहीं बनता। तुहानू तो मेरे वर्गा कोई हैंडसम ते स्मार्ट हसबैंड चाहीदा सी। चलो जी, जेहो जा मिल गया, सब कुंडलियां दे मेल है। ओहो, है तां कुंडलियां दा मेल ही। हुण वेखो ਕਿੱਥੇ ਮੈਂ ਤੇ ਕਿੱਥੇ ਮੇਰੀ ਜਨਾਨੀ, ਅਨਪੜ੍ਹ ਜਾਹਿਲ ਤੇ ਗੁਮਾਰ, ਜਿਹਨਾਂ ਨਾਲ ਗੱਲ ਕਰਨ ਦੀ ਅਕਲ ਹੈ ਨਾ ਪਾਉਣ ਦੀ ਅਕਲ ਹੈ। ਤੁਸੀਂ ਹੁੰਦੇ ਤਾਂ ਕਮਾਲ ਹੀ ਹੁੰਦਾ ਨਾ। ਹੁਣ ਕਰ ਲੈ ਆਪਣੀ ਇਸ ਮਾਂ ਨੂੰ, ਮੈਂ ਅਨਪੜ੍ਹ ਆ, ਮੈਂ ਗਵਾਰ ਆ। ਮੈਂ ਤਾਂ ਯਾਰ, ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਮੈਂ ਤੈਨੂੰ ਦੱਸੂ ਘਰ ਜਾ ਕੇ ਯਾਰ। ਨਾ ਤੂੰ ਦੱਸ। ਇਹ ਤਾਂ ਕੁਛ ਵੀ ਨਹੀਂ ਮੈਡਮ, ਤੁਹਾਨੂੰ ਤਾਂ ਯਾਦ ਹੀ ਹੋਣਾ ਇਸੇ ਗਰੁੱਪ 7 ਦੀ ਇੱਕ ਕੁੜੀ ਤਨਵੀਰ ਨੇ ਕੀ ਕੀਤਾ ਸੀ ਪਿਛਲੇ ਸਾਲ ਇੰਟਰ ਸਕੂਲ ਡੈਕਲਾਮੇਸ਼ਨ ਕੰਟੈਸਟ ਵਿੱਚ। ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਫੈਸ਼ਨਾਂ ਪਿੱਛੇ ਲੱਗ ਕੇ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਆਪਣੀ ਵਿਰਾਸਤ ਨੂੰ ਛੱਡ ਕੇ ਉਹ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੀ ਹੈ। ਮੈਨੂੰ ਬੜਾ ਦੁੱਖ ਹੁੰਦਾ ਹੈ ਉਦੋਂ ਜਦੋਂ ਕਿਸੇ ਭਾਰਤੀ ਨਾਰੀ ਨੂੰ ਪੱਛਮੀ ਲਿਬਾਸ ਵਿੱਚ ਦੇਖਦਾ ਹਾਂ। ਮੇਰਾ ਖੂਨ ਖੋਲ ਉੱਠਦਾ ਹੈ ਜਦੋਂ ਕਿਸੇ ਧੀ ਭੈਣ ਦੇ ਸਿਰ ਤੋਂ ਚੁੰਨੀ ਲੱਥੀ ਦੇਖਦਾ। ਸਰ? ਹਾਂਜੀ ਸਰ। ਸਿਰ ਤੇ ਚੁੰਨੀ ਲਾਣਾ ਸਿਰਫ ਧੀਆਂ ਤੇ ਭੈਣਾਂ ਲਈ ਹੀ ਕਿਉਂ ਜ਼ਰੂਰੀ ਹੈ, ਪੁੱਤਾਂ ਤੇ ਭਰਾਵਾਂ ਲਈ ਜ਼ਰੂਰੀ ਕਿਉਂ ਨਹੀਂ? ਓ ਬਈ, ਇਹ ਪਰੰਪਰਾ ਤਾਂ ਸਿਰਫ ਕੁੜੀਆਂ ਤੇ ਔਰਤਾਂ ਲਈ ਹੈ। ਉਹੀ ਤਾਂ ਮੈਂ ਪੁੱਛਦੀ ਆ ਸਰ, ਕਿ ਇਹ ਸਿਰਫ ਔਰਤਾਂ ਤੇ ਕੁੜੀਆਂ ਲਈ ਹੀ ਕਿਉਂ ਹੈ? ਓ ਬਈ, ਮੈਨੂੰ ਕੀ ਪਤਾ। ਫਿਰ ਕਿਸ ਨੂੰ ਪਤਾ, ਲੈਕਚਰ ਤਾਂ ਤੁਸੀਂ ਦੇ ਰਹੇ ਹੋ ਸਾਨੂੰ। ਮੈਨੂੰ ਤਾਂ ਸਿਰਫ ਇੰਨਾ ਪਤਾ ਹੈ, ਜੇ ਔਰਤਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਤਾਂ ਮਰਦਾਂ ਦੇ ਮਨ ਖਰਾਬ ਨਹੀਂ ਹੋਣਗੇ, ਜੇ ਮਰਦਾਂ ਦੇ ਮਨ ਖਰਾਬ ਨਹੀਂ ਹੋਣਗੇ ਤਾਂ ਔਰਤਾਂ ਦੇ ਖਿਲਾਫ ਕ੍ਰਾਈਮ ਘੱਟ ਹੋਊਗਾ। ਇਸ ਦਾ ਮਤਲਬ ਖੋਟ ਔਰਤਾਂ ਵਿੱਚ ਨਹੀਂ ਹੈ ਸਰ, ਤੁਹਾਡੇ ਮਰਦਾਂ ਦੇ ਮਨਾਂ ਵਿੱਚ ਹੈ।
ਜਿਹੜੇ ਕਿਸੇ ਔਰਤ ਦੀ ਚੁੰਨੀ ਲੱਤੀ ਦੇਖ ਕੇ ਖਰਾਬ ਹੋ ਜਾਂਦੇ ਨੇ। ਫਿਰ ਇਸੇ ਖੋਟ ਲਈ ਤੁਸੀਂ ਔਰਤਾਂ ਨੂੰ ਸੱਤ ਪਰਦਿਆਂ ਦੀ ਕੈਦ ਵਿੱਚ ਢੱਕ ਕੇ ਰੱਖਣਾ ਚਾਹੁੰਦੇ ਹੋ। ਆਪਣੇ ਮਨ ਨੂੰ ਕੰਟਰੋਲ ਕਰੋ। ਇਹ ਕੁੜੀ ਮੇਰੇ ਤੇ ਇਲਜ਼ਾਮ ਲਾ ਰਹੀ ਹੈ, ਇਹ ਪੋਲੀਟੀਕਲ ਸਾਜ਼ਿਸ਼ ਹੈ। ਇਹ ਸਭ ਵਿਰੋਧੀ ਪਾਰਟੀਆਂ ਨੇ ਸਿਖਾ ਕੇ ਭੇਜਿਆ ਇਸ ਨੂੰ। ਓਏ ਤੂੰ ਕੈਮਰਾ ਬੰਦ ਕਰ, ਮੈਨੂੰ ਸਭ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਓਏ ਤੂੰ ਕੈਮਰਾ ਬੰਦ ਕਰ। ਇਹ ਸਭ ਤੋਂ ਛੋਟੇ ਮੋਟੇ ਟਪੋਰੀ ਹੈ ਮੈਡਮ। ਇਨ ਟਪੋਰੀਓ ਕਾ ਬੌਸ ਹੈ ਪੈਰੀ ਸੰਧੂ ਔਰ ਉਸਕਾ ਦੋਸਤ ਇਸ਼ਮੀਤ। ਯੇ ਉਸ ਦਿਨ ਕੀ ਬਾਤ ਹੈ ਜਬ ਮੈਂ ਨਈ ਨਈ 50 ਸਾਲ ਕੀ ਹੋਈ ਔਰ ਮੇਰੀ ਬੇਟੀ ਚਿੰਕੀ ਨੇ। ਪੈਰੀ ਕਮ ਹੇਅਰ। ਯਾ 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 ਕੱਲ ਕੋ ਮੇਰੀ ਮੰਮੀ ਕਾ ਗੋਲਡਨ ਜੁਬਲੀ ਬਰਥਡੇ ਹੈ। ਤੁਮ ਮੰਮੀ ਕੇ ਲੀਏ ਇੱਕ ਸਪੈਸ਼ਲ ਪੰਜਾਬੀ ਸੌਂਗ ਲਿਖ ਕਰ ਔਰ ਰਿਕਾਰਡ ਕਰ ਕਰ ਲੈ ਕੇ ਆਓਗੇ। ਮੈਂ ਉਸ ਪੇ ਡਾਂਸ ਕਰੂੰਗੀ, ਅੰਡਰਸਟੈਂਡ? ਗੋ ਲੈ ਬਈ ਰੌਕ ਸਟਾਰ, ਹੋ ਗਿਆ ਤੇਰਾ ਪਹਿਲਾ ਸ਼ੋ ਬੁੱਕ। ਸ਼ੋ ਤਾਂ ਮੈਂ ਕੱਲ ਨੂੰ ਇਹੋ ਜਿਹਾ ਕਰੂੰਗੇ। आपके सामने मेरी प्यारी सी एंजल चिंकी एक आइटम सॉन्ग पेश करेगी। ये सॉन्ग इसने खुद लिखा है, वो भी पंजाबी में। खुद इसका म्यूजिक तैयार किया है, जिसे अपने कंप्यूटर पर रिकॉर्ड किया है। ओह माय गॉड, आई एम सो हैप्पी। लेडीज एंड जेंटलमैन, पेश है चिंकी शारदा। ਜਦਰੋਂ ਵੀ ਜਾਵੇ ਧਮਕਣ ਪਾਵੇ ਕਰਦਾ ਕੰਬੇ ਗੇਟ ਮੈਡਮ ਦਾ। ਲੱਕ 78 ਮੈਡਮ ਦਾ 200 ਕਿਲੋ ਵੇਟ। ਗਰੁੱਪ 7 ਜਾਂ ਗੈਂਗ 7, ਤੁਸੀਂ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦੇ ਹੋ, ਇੰਟੈਲੀਜੈਂਟ। ਤੁਹਾਨੂੰ ਲੱਗਦਾ ਹੈ ਇਸ ਸਕੂਲ ਦਾ ਸਿਸਟਮ ਕੋਈ ਸਿਸਟਮ ਨਹੀਂ ਜਿਸ ਨੂੰ ਤੁਸੀਂ ਚੈਲੰਜ ਕਰ ਸਕਦੇ ਹੋ? ਨੋ, ਨੈਵਰ। ਯੂ ਆਰ ਨਥਿੰਗ, ਯੂ ਆਰ ਜਸਟ ਸਟੂਪਿਡਸ। ਕੱਲ ਸਭ ਆਪਣੇ ਆਪਣੇ ਪਿਓ ਨੂੰ ਲੈ ਕੇ ਆਇਓ। ਆਈ ਵਿਲ ਟਾਕ ਟੂ ਦੈਮ। ਬੇਚਾਰੀ ਕੀ ਸ਼ਾਦੀ ਜੋ ਨਹੀਂ ਹੋਈ, ਸੋਚਦੀ ਹੋਗੀ ਸ਼ਾਇਦ ਕੋਈ ਰੈਡੀਮੇਡ ਡੈਡੀ ਮਿਲ ਜਾਵੇ। ਮੈਡਮ ਸ਼ਾਰਦਾ, ਇਹ ਕੱਲ ਸਭ ਆਪਣੇ ਆਪਣੇ ਪੇਰੈਂਟਸ ਨੂੰ ਲੈ ਕੇ ਆਉਣਗੇ। ਆਈ ਵਿਲ ਟਾਕ ਟੂ ਦੈਮ।
तू हंस रहा है, तू हंस रहा है, हमें घंटों के पास फंसवा के तू हंस रहा है। मैं जा रहा हूं यार। ओए कहां 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 जा रहा है मेरे मुन्ना भाई? सुनो, कल को बुलाया है ना प्रिंसिपल ने हमारे पेरेंट्स को। अब मान लो कि कल को स्कूल में छुट्टी हो जाए, और उसके बाद तो 5 दिन स्कूल में छुट्टी है ही, इतने में तो कैंटो भी सब कुछ भूल जाएगी। पर कल तो स्कूल लगना है। शर्याम लगना है? एवें लगना है, ओह भी साडे सुपर कंप्यूटर जीनियस मास्टर उदित शर्मा दे होंदे होए। मैं कुछ नहीं करूंगा। 1 मैं कुछ नहीं करूंगा। 2 मैं कुछ नहीं करूंगा। ओके ओके, तू बिल्कुल कुछ नहीं करेगा, बिल्कुल कुछ नहीं करेगा। तू करेगा तो सिर्फ इतना करेगा कि स्कूल की वेबसाइट हैक करेगा। हाँ। और उस पे कल की छुट्टी अनाउंस करेगा। कैसा लगा मेरा आइडिया? वाह यार, तेरा ये आइडिया तो मेरे दिल नू छू के निकल गया। पर कल छुट्टी कदी होए? बोल बता बता। What the hell is this? एक ही हो रहा स्कूल विच। स्टूडेंट्स किथे ने? स्टूडेंट्स? बट मैम आज तो स्कूल में छुट्टी है। आर यू ओके मिसेस शारदा? ना तो आज संडे है और ना ही कोई हॉलीडे, तो फिर छुट्टी किस बात की? ताड़े व्याह दी खुशी विच मैडम। मेरा व्याह? तुसी आप ही तो अनाउंस किया अपने स्कूल दी वेबसाइट ते कि कल शाम नू अचानक तुहाड़ा व्याह हो गया, ते उसे खुशी विच आज दी छुट्टी। मेरा व्याह? तुहाड़ा दिमाग तो ठीक है ना छतर सिंह जी? ना तो मैं मैरिज करवाई है और ना ही करवाऊंगी। लेकिन मैम हमारे स्कूल की वेबसाइट पे आपकी शादी की तस्वीर है, हमने तो स्कूल में भी लगवा दी है, वो देखिए। सारी कंप्यूटर डिपार्टमेंट के टीचर मुझसे काम करवाते हैं, कभी क्रेडिट दिया है कहीं? आज अगर एक काम उल्टा कर दिया तो कैसे कह सकते हैं मैंने सिस्टम को तोड़ दिया? वो सिस्टम तो हमारी प्रिंसिपल ने तोड़ा है। 50 साल की हो गई, शादी क्यों नहीं करवाई उसने अब तक? पहले तो ये बताओ मुझे, आप साढ़े फिर मारन तो मारन, एना दे बच्चे भी अपने अपने स्कूल दे प्रिंसिपल समझते ने। हुण आवे कोई तेरी कंप्लेंट स्कूल चो, लत्ता वट के सुट दो साले दिया। आज तो बाद मैं नहीं जाना इहदे स्कूल, इन्नी बेइज्जती कराई ने मेरी, जे मैं ना रोकदी ना ते प्रिंसिपल इहदा ना कट्टण नू फिरदी सी। मम्मी आप बताओ, क्या उस सर की टीचर को स्कूल में रहने का हक है? बहाने से कभी लड़कियों को यहाँ हाथ लगाते तो कभी वहाँ, ऐसे ऐसे करके देखते हैं लड़कियों को। तू यार कोई कुड़ी छुड़ी हुंदी मान भी लेंदे, तू सीधा मैडम नाली पंगा ले लिया। टड़ी तुसी आप भी तो कहंदे हुंदे सीगे कि बंदे दे टीचर वड्डे होने चाहिए। ओ यार उम्र दे हिसाब नाल होने चाहिए,
ਡੈਡੀ ਊਂ ਤਾਂ ਉਹ ਸਾਨੂੰ ਮੈਡਮ ਕਹਿੰਦੀ ਹੈ ਕਿ ਵੱਡਿਆਂ ਦੀ ਇੱਜ਼ਤ ਕਰੋ ਅਤੇ ਆਪ ਉਹ ਜਿਵੇਂ ਆਪਦੇ ਸੱਸ ਸਹੁਰੇ ਅਤੇ ਘਰ ਵਾਲੇ ਨਾਲ ਲੜਦੀ ਸੀ ਨਾ ਵੇਖਣ ਵਾਲੀ ਸੀ ਮੰਮੀ ਵੀ ਕਰਦੀ ਹੁੰਦੀ ਹੈ ਕਦੇ ਕਦੇ ਆਈ ਓਏ ਮੈਂ ਕਦੋਂ ਕੀਤਾ ਵੇ ਮੈਂ ਚਪੇੜ ਮਾਰੀ ਹਾਂ ਤੇਰੇ ਵੱਟ ਕੇ ਮੈਂ ਤਾਂ ਇਹਨਾਂ 'ਤੇ ਇਹਨਾਂ ਦੇ ਟੱਬਰ ਦੀ ਜਿੰਨੀ ਰਿਸਪੈਕਟ ਕਰਦੀ ਹਾਂ ਨਾ ਮੈਂ ਹੀ ਜਾਣਦੀ ਹਾਂ ਹਾਲਾਂਕਿ ਹੈ ਨਹੀਂ ਇਸ ਕਾਬਿਲ ਪਰ ਕਰਦੀ ਤਾਂ ਹਾਂ ਨਾ ਮੂਰਖ ਜਿਹਾ ਨਾ ਹੋਵੇ ਤਾਂ ਸਟੂਪਿਡ 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 ਬੇਵਕੂਫ ਸਟੂਪਿਡ ਡੈਡੀ ਹਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਬੋਲ ਕੋਚ ਮੈਨੂੰ ਟੀਮ 'ਚ ਨਹੀਂ ਰੱਖ ਰਿਹਾ ਕਹਿੰਦੇ ਕਿ ਡਰੈਸ ਅਤੇ ਸਾਰਾ ਸਮਾਨ ਆਪਣਾ ਲੈ ਕੇ ਆ ਕਿਉਂ ਸਕੂਲਾਂ ਦੇ ਵਿੱਚ ਸਪੋਰਟਸ ਫੰਡ ਕਦ ਲਈ ਹੁੰਦਾ ਮੈਂ ਕਿਹਾ ਸੀ ਡੈਡੀ ਪਰ ਓ ਏ ਗੱਲ ਸਕੂਲ ਜਾ ਕੇ ਆਈ ਤੇ ਇਹਦੀ ਪ੍ਰਿੰਸੀਪਲ ਨਾਲ ਕਰੀ ਗੱਲ ਜਾ ਕੇ ਸਾਰੇ ਚੋਰ ਜੇ ਉਹ ਚੋਰ ਨੇ ਇਹ ਬੜਾ ਸ਼ਰੀਫ ਜ਼ਿਆਦਾ ਜਦੋਂ ਵੀ ਇਹਦੀ ਕੋਈ ਮੈਡਮ ਮਿਲਦੀ ਹੈ ਨਾ ਨਿੱਤ ਸ਼ਿਕਾਇਤਾਂ ਲਾਉਂਦੀ ਹੈ ਮੈਥੋਂ ਨਹੀਂ ਸੁਣੀਆਂ ਜਾਂਦੀਆਂ ਨਾਲੇ ਕ੍ਰਿਕਟ ਖੇਡ ਕੇ ਇਹਨੇ ਬੜਾ ਇੰਡੀਆ ਟੀਮ 'ਚ ਭਰਤੀ ਹੋਣਾ ਖਾਣੇ ਤਾਂ ਸੜਕਾਂ ਦੇ ਤੱਕੇ ਹੀ ਹੈ ਇੰਡੀਆ ਟੀਮ ਵਿੱਚ ਖੇਡਣ ਵਾਲੇ ਅਸਮਾਨੋਂ ਤਾਂ ਨਹੀਂ ਡਿੱਗਦੇ ਮੰਮੀ ਸਕੂਲਾਂ ਦੀ ਟੀਮ ਵਿੱਚ ਖੇਡ ਖੇਡ ਕੇ ਹੀ ਭਰਤੀ ਹੁੰਦੇ ਨੇ ਇੱਕ ਚਾਂਸ ਤਾਂ ਮਿਲੇ ਕਿਤੋਂ ਚਾਂਸ ਲੈ ਕੇ ਤੂੰ ਬੜੇ ਲਲਰ ਲਾਉਣੇ ਨੇ ਜਿਹੋ ਜਿਹਾ ਪਿਓ ਉਹੋ ਜਿਹਾ ਪੁੱਤ ਲਿਖੇ ਸੀ ਮੇਰੀ ਮਾੜੀ ਕਿਸਮਤ ਨੂੰ ਦੋਨੇ ਖਰਚ ਕਰੇ ਕੁੱਤੇ ਤੇ ਮੇਰੇ ਕਿਵੇਂ ਜ਼ਬਾਨ ਚੱਲਦੀ ਹੈ ਸਾਲੀ ਦੀ ਉਹ ਧਿਆਨ ਨਾਲ ਫਿਰ ਧਿਆਨ ਨਾਲ ਕਿਤੇ ਬੈਟ ਨਾਲ ਸ਼ਾਬਾਸ਼ ਗੁੱਡ ਮਾਰਨਿੰਗ ਸਰ ਸਰ ਇਸ ਵਾਰ ਮੈਨੂੰ ਇੱਕ ਚਾਂਸ ਦੇ ਦਿਓ ਪਲੀਜ਼ ਓ ਯਾਰ ਤੈਨੂੰ ਕਿੰਨੀ ਵਾਰੀ ਕਹਿ ਬਈ ਕ੍ਰਿਕਟ ਅਮੀਰਾਂ ਦੀ ਖੇਡ ਹੈ ਜਿੰਨੀ ਤੇਰਾ ਪਿਓ ਤਨਖਾਹ ਲੈਂਦਾ ਹੈ ਓਨੀ ਉਹ ਦਾਰੂ ਪੀ ਜਾਂਦਾ ਹੈ ਜੋ ਉੱਤੋਂ ਕਮਾਉਂਦਾ ਉਹ ਜਨਾਨੀਆਂ 'ਚ ਵੰਡ ਦਿੰਦਾ ਤੇ ਬੱਚਾ ਖੁੱਚਿਆ ਤੇਰੀ ਮਤਰੇਈ ਮਾਲ ਲਪੇਟ ਕੇ ਲੈ ਜਾਂਦੀ ਹੈ ਇਸ ਹਿਸਾਬ ਨਾਲ ਤਾਂ ਤੂੰ ਆਪਦੇ ਆਪ ਨੂੰ ਲਵਾਰੀ ਸੀ ਸਮਝ ਨਾ ਕਿੱਥੋਂ ਲਿਆਏਗਾ ਇੰਨੀਆਂ ਮਹਿੰਗੀਆਂ ਡਰੈਸਾਂ ਇਕੱਲੇ ਸਪਾਈਕ ਹੀ 3000 ਦੇ ਆਉਂਦੇ ਆ ਸਰ ਸਕੂਲ ਦਾ ਸਪੋਰਟਸ ਫੰਡ ਵੀ ਤਾਂ ਹੈ ਤੁਸੀਂ ਰਿਕਮੈਂਡ ਕਰੋਗੇ ਤਾਂ ਡਰੈਸਾਂ ਮੈਨੂੰ ਉਸ ਫੰਡ ਵਿੱਚੋਂ ਮਿਲ ਜਾਣਗੀਆਂ
ਮੈਂ ਕਿਉਂ ਕਰੂੰਗਾ ਰਿਕਮੈਂਡ? ਬ੍ਰੇਟਲੀ ਹੈ ਤੂੰ, ਸ਼ੋਏ ਬਖਤਰ ਹੈ, ਮਲਿੰਗਾ ਹੈ। ਸਰ ਪਿਛਲੇ ਡਿਸਟ੍ਰਿਕਟ ਟੂਰਨਾਮੈਂਟ ਵਿੱਚ ਮੈਂ ਸਭ ਤੋਂ ਵੱਧ ਵਿਕਟਾਂ ਲਈਆਂ ਸੀ। ਲੱਗ ਗਿਆ ਹੁਣ ਤੁੱਕਾ, ਕੰਸਿਸਟੈਂਸੀ ਹੈ ਨੀ ਤੇਰੀ ਗੇਮ 'ਚ। ਉਹ ਦੇਖ ਸਨੀ ਮਲਹੋਤਰਾ, ਉਹ ਖੇਡਦਾ ਲੰਗਰ ਸੁੱਟ ਕੇ। IPL ਖੇਡੂਗਾ ਮੇਰਾ ਪੱਠਾ, IPL। ਚੱਲ ਉਹਨੂੰ ਆਊਟ ਕਰਕੇ ਦਿਖਾ, ਜੇ ਇੱਕ ਓਵਰ 'ਚ ਇੱਕ ਵਾਰ ਵੀ ਉਹਨੂੰ ਆਊਟ ਕਰਦੇ ਨਾ ਤਾਂ ਸਾਰਾ ਕੁਝ ਮੈਂ ਆਪਣੇ ਪੱਲਿਓ ਲੈ ਦੂੰ। ਲੈ ਫੜ। ਇਸ਼ਮੀਤ ਤੂੰ ਆਪਣੇ ਪਾਪਾ ਨਾਲ ਗੱਲ ਨਹੀਂ ਕੀਤੀ? ਉਹਨਾਂ ਕੋਲ ਮੇਰੀ ਗੱਲ ਸੁਣਨ ਦਾ ਵਕਤ ਹੀ ਕਿੱਥੇ ਆਂਟੀ? ਚੱਲ ਕੋਈ ਗੱਲ ਨਹੀਂ, ਮੈਂ ਤੇਰੇ ਸਕੂਲ ਜਾਊਂਗੀ, ਤੇਰੀ ਪ੍ਰਿੰਸੀਪਲ ਨਾਲ ਗੱਲ ਕਰੂੰਗੀ। ਜੇ ਤੂੰ ਡਿਜ਼ਰਵ ਕਰਦਾ ਨਾ ਤਾਂ ਤੇਰਾ ਕੋਚ ਇਸ ਤਰ੍ਹਾਂ ਤੈਨੂੰ ਟੀਮ ਤੋਂ ਬਾਹਰ ਨਹੀਂ ਰੱਖ ਸਕਦਾ। ਤੂੰ ਖਾਣਾ ਖਾ। ਬਸ ਆਂਟੀ ਮੈਂ। ਤੂੰ ਖਾਣਾ ਖਾ ਨਹੀਂ ਤਾਂ ਥੱਪੜ ਲਓ ਖਿੱਚ ਕੇ ਤੇਰੇ। ਹਾਂ ਤੂੰ ਵੀ ਖਾ। ਕੀ ਹੋਇਆ ਇਸ਼ਮੀਤ, ਮੰਮੀ ਦੀ ਗੱਲ ਬੁਰੀ ਲੱਗੀ ਤੈਨੂੰ? ਨਹੀਂ ਪੈਰੀ, ਸਗੋਂ ਮੰਮੀ ਦੀ ਗੱਲ ਚੰਗੀ ਲੱਗੀ ਮੈਨੂੰ। ਮੈਨੂੰ ਮੇਰੀ ਮਾਂ ਦੀ ਯਾਦ ਆ ਗਈ, ਉਹ ਵੀ ਇਸੇ ਤਰ੍ਹਾਂ ਡਾਂਡ ਡਾਂਡ ਕੇ ਰੋਟੀ ਖਵਾਇਆ ਕਰਦੀ ਸੀ। ਮੈਂ ਵੀ ਤਾਂ ਤੇਰੀ ਮਾਂ ਹੀ ਅਸ਼ਮੀਤ। ਤੂੰ ਤੂੰ ਮੇਰੇ ਪੈਰੀ ਦਾ ਬੈਸਟ ਫਰੈਂਡ ਹੀ ਨਹੀਂ, ਮੇਰਾ ਵੀ ਪਿਆਰਾ ਬੱਚਾ ਹੈ। ਕਿੱਥੇ ਜਾ ਰਹੀ ਹੈ?
ਇਹਦੇ ਕਿਸੇ ਕਲਾਸ ਵੇਲੋ ਲੜਕੇ ਦੀ ਬਰਥਡੇ ਪਾਰਟੀ ਹੈ ਰੈਸਟੋਰੈਂਟ ਵਿੱਚ। ਹੋਰ ਵੀ ਲੜਕੇ ਆ ਰਹੀਆਂ ਨੇ। ਕਲਾਸ ਵੇਲੇ ਮੁੰਡੇ ਦੀ ਪਾਰਟੀ ਵਿੱਚ ਆ ਰਹੀ ਹੈ ਇੱਕ ਰੈਸਟੋਰੈਂਟ ਵਿੱਚ ਤੇ ਤੂੰ ਜਾਣ ਦਿੱਤਾ ਇਸ ਨੂੰ? ਹੋਰ ਵੀ ਕੁੜੀ ਆ ਰਹੀਆਂ ਨੇ ਉੱਥੇ, ਇਸ ਕਰਕੇ ਮੈਂ ਸੋਚਿਆ ਮੁੰਡੇ ਵੀ ਹੋਣਗੇ ਉੱਥੇ। ਤੂੰ ਇਹ ਨਹੀਂ ਸੋਚਿਆ? ਫਿਰ ਇਸ ਵਿੱਚ ਕੀ ਖਾਸ ਗੱਲ ਹੈ ਪਾਪਾ? ਮੈਂ ਜਿਸ ਸਕੂਲ ਵਿੱਚ ਰਹਿਣੀ ਆ ਉੱਥੇ ਵੀ ਬਹੁਤ ਸਾਰੇ ਮੁੰਡੇ ਪੜ੍ਹਦੇ ਨੇ। ਮੈਂ ਜਿਸ ਕਲੋਨੀ ਵਿੱਚ ਰਹਿਣੀ ਆ ਉੱਥੇ ਵੀ ਬਹੁਤ ਸਾਰੇ ਮੁੰਡੇ ਰਹਿੰਦੇ ਨੇ। ਮੈਂ ਜਿਸ ਦੁਨੀਆ ਵਿੱਚ ਰਹਿਣੀ ਆ ਉੱਥੇ ਵੀ ਬਹੁਤ ਸਾਰੇ ਮੁੰਡੇ ਰਹਿੰਦੇ ਨੇ। ਫਿਰ ਇੱਕ ਪਾਰਟੀ ਤੇ ਮੁੰਡਿਆਂ ਤੇ ਕੀ ਇਤਰਾਜ਼ ਹੈ ਤੁਹਾਨੂੰ? ਚੁੱਪ ਕਰ ਤਨਵੀਰ, ਜਦ ਮੈਂ ਤੇਰੇ ਪਾਪਾ ਨਾਲ ਗੱਲ ਕਰ ਰਹੀ ਆ ਤਾਂ ਤੇਰੇ ਵਿੱਚ ਬੋਲਣ ਦਾ ਕੋਈ ਮਤਲਬ ਨਹੀਂ। ਤੂੰ ਚੁੱਪ ਕਰ ਤੇ ਅੰਦਰ ਜਾ। ਮੈਂ ਚੁੱਪ ਕਰ ਜਾਣੀ ਆ ਮੋਮ, ਪਰ ਪਲੀਜ਼ ਹਜ ਮੈਨੂੰ ਅੰਦਰ ਜਾਣ ਲਈ ਨਾ ਕਹਿਣਾ, ਅੰਦਰ ਮੇਰਾ ਸਾਹ ਘੁੱਟਦਾ। ਤੇ ਹੋਰ ਤੂੰ ਕੀ ਚਾਹੁੰਦੀ ਹੈ ਕਿ ਮੈਂ ਤੈਨੂੰ ਇਹੋ ਜਿਹੀ ਬੇਸ਼ਰਮ ਡਰੈਸ ਪਾ ਕੇ ਕਲੱਬ ਵਿੱਚ ਮੁੰਡਿਆਂ ਨਾਲ ਡਾਂਸ ਕਰਨ ਦੇ? ਵੀਰ ਵੀ ਤਾਂ ਇਹ ਸਭ ਕੁਝ ਕਰਦਾ ਪਾਪਾ, ਉਸ ਨੂੰ ਕਿਉਂ ਨਹੀਂ ਰੋਕਦੇ ਤੁਸੀਂ? ਤੂੰ ਆਪਣੇ ਮਾਮਲੇ ਵਿੱਚ ਮੈਨੂੰ ਘਸੀਟਣ ਦੀ ਕੋਸ਼ਿਸ਼ ਨਾ ਕਰ, ਇਹ ਮੇਰੀ ਪਰਸਨਲ ਲਾਈਫ ਆ। ਪਰਸਨਲ ਲਾਈਫ ਉਹਦੀ ਵੀ ਹੈ ਬੇਟਾ? ਤੁਹਾਡੀ ਇਹੋ ਜਿਹੀਆਂ ਗੱਲਾਂ ਕਰਕੇ ਚੰਬਲ ਦੀ ਆਓ, ਦੇਖ ਲਿਓ ਨੱਕ ਵਡਾਊਗੀ ਕਿਸ ਦਿਨ ਕਰਦਾ। ਮੈਂ ਇੰਡੀਆ ਨਹੀਂ ਰਹਿਣਾ ਡੈਡੀ, ਪਲੀਜ਼ ਜਿਵੇਂ ਮਰਜ਼ੀ ਕਰਕੇ ਮੈਨੂੰ ਆਸਟ੍ਰੇਲੀਆ ਭੇਜ ਦਿਓ। ਕੋਈ ਪਰਸਨਲ ਲਾਈਫ ਨਹੀਂ ਹੈ ਤੇਰੀ, ਜਿੰਨਾ ਚਿਰ ਤੁਸੀਂ ਘਰ ਵਿੱਚ ਹੈ ਨਾ ਤੈਨੂੰ ਉਸ ਘਰ ਦੇ ਮੁਤਾਬਕ ਜਿਉਣਾ ਪਊਗਾ। ਸੌਰੀ ਪਾਪਾ, ਮੈਂ ਇਹੋ ਜਿਹਾ ਕੋਈ ਪ੍ਰੋਮਿਸ ਨਹੀਂ ਕਰ ਸਕਦੀ। ਹਲੇ ਤੱਕ ਮੂਡ ਠੀਕ ਨਹੀਂ ਹੋਇਆ ਮੇਰੀ ਲਾਡੋ ਦਾ। ਤੁਹਾਨੂੰ ਮੇਰੇ ਮੂਡ ਨਾਲ ਕੀ, ਤੁਹਾਨੂੰ ਸਾਰਿਆਂ ਨੂੰ ਤਾਂ ਸਿਰਫ ਇੱਕ ਵਿੱਕੀ ਦੀ ਫਿਕਰ ਹੈ, ਮੇਰੀ ਕੋਈ ਪਰਵਾਹ ਨਹੀਂ ਕਿਸੇ ਨੂੰ ਇਸ ਘਰ ਵਿੱਚ। ਜੇ ਇੰਨਾ ਹੀ ਸੀ ਫਿਰ ਚੰਗਾ ਸੀ, ਮਰ ਜਾਣ ਦਿੰਦੇ ਮੈਨੂੰ ਕੁੱਖ ਵਿੱਚ। ਲੱਗੇ ਹੀ ਸੀ ਨਾ ਡੈਡੀ ਮਾਰਨ, ਕਿਉਂ ਜੰਮਿਆ? ਮੈਂ ਤੈਨੂੰ ਇਸ ਲਈ ਜੰਮਿਆ ਕਿਉਂਕਿ ਮੈਨੂੰ ਤੇਰੇ ਵਰਗੀ ਲੜਾਕੀ ਧੀ ਚਾਹੀਦੀ ਸੀ। ਮੈਂ ਸੋਚਿਆ ਜੋ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਨਾ ਕੀਤਾ ਉਹ ਮੇਰੀ ਧੀ ਜ਼ਰੂਰ ਕਰਕੇ ਵਿਖਾਏਗੀ। ਸਵਾਹ ਕਰਕੇ ਦਿਖਾਊਗੀ। ਇੱਕ ਪੈਰ ਕਾਰੋਬਾਰ ਰੱਖ ਲਓ, ਇਨਕੁਆਰੀਆਂ ਸ਼ੁਰੂ। ਮੈਂ ਕਹਿੰਦੀ ਹਾਂ ਉਹਨੂੰ ਕੋਈ ਜਾ ਕੇ ਪੁੱਛਦਾ ਜਿਹੜਾ ਦਿਨ ਰਾਤ ਕੁੜੀਆਂ ਨੂੰ ਬਾਈਕ ਤੇ ਬਿਠਾਈ ਫਿਰਦਾ, ਰੋਕਦਾ ਕੋਈ ਵਿੱਕੀ ਨੂੰ? ਸਗੋਂ ਜਿਹੜਾ ਵੀ ਰਿਸ਼ਤੇਦਾਰ ਉਸਨੂੰ ਆ ਕੇ ਮਿਲਦਾ ਅੱਖ ਮਾਰ ਕੇ ਕਹਿੰਦਾ ਹਾਂ ਮੈਂ ਮੁੰਡਿਆ ਕੋਈ ਕੁੜੀ ਛੁੜੀ ਫਸਾਈ ਆ ਕਿ ਨਹੀਂ। ਮੈਨੂੰ ਕੋਈ ਆ ਕੇ ਭਲਾ ਪੁੱਛਦਾ ਹਾਂ ਬਈ ਕੁੜੀਏ ਕੋਈ ਮੁੰਡਾ ਛਿੰਡਾ ਫਸਾਇਆ ਏ ਕਿ ਨਹੀਂ? ਚੱਲ ਠੀਕ ਹੈ, ਮੈਂ ਤੈਨੂੰ ਕਹਿੰਦੀ ਹਾਂ ਹਾਂ ਨੀ ਕੁੜੀਏ ਕੋਈ ਮੁੰਡਾ ਛਿੰਡਾ ਫਸਾਇਆ ਕਿ ਨਹੀਂ। ਮਜ਼ਾਕ ਛੱਡੋ ਮੰਮਾ, ਤੁਸੀਂ ਸੱਚੋ ਸੱਚ ਦੱਸੋ ਤੁਸੀਂ ਮੇਰੇ ਨਾਲੋਂ ਵਿੱਕੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੋ ਕਿ ਨਹੀਂ? ਮੈਂ ਕੀ ਦਿੰਦੀ ਹਾਂ ਬੇਟਾ, ਇਹ ਤਾਂ ਦੁਨੀਆਂ ਦਾ ਦਸਤੂਰ ਹੈ। ਮਰਦਾਂ ਦੀ ਜੋ ਦੁਨੀਆਂ ਠਹਿਰੀ ਔਰਤ ਨੂੰ ਤਾਂ ਹਮੇਸ਼ਾ ਮਰਦਾਂ ਤੋਂ ਪਿੱਛੇ ਹੀ ਮੰਨਿਆ ਜਾਂਦਾ ਹੈ, ਵਿਆਹ ਤੋਂ ਪਹਿਲੇ ਭਰਾਵਾਂ ਤੋਂ ਪਿੱਛੇ, ਵਿਆਹ ਤੋਂ ਬਾਅਦ ਘਰ ਵਾਲਿਆਂ ਦੇ ਪਿੱਛੇ। ਮੈਂ ਕਿਸੇ ਪਿੱਛੇ ਲੱਗ ਕੇ ਆਪਣੀ ਲਾਈਫ ਨਹੀਂ ਗੁਜ਼ਾਰਨੀ, ਮੈਂ ਆਪਣੀ ਲਾਈਫ ਵਿੱਚ ਕੁਝ ਕਰਨਾ ਹੈ, ਫੈਸ਼ਨ ਡਿਜ਼ਾਈਨਰ ਬਣ ਕੇ ਗਲੈਮਰ ਦੇ ਵਰਲਡ ਵਿੱਚ ਆਪਣਾ ਨਾਮ ਬਣਾਉਣਾ ਹੈ, ਆਪਣਾ ਇੱਕ ਬ੍ਰਾਂਡ ਐਸਟੈਬਲਿਸ਼ ਕਰਨਾ ਹੈ। ਥਿਸ ਇਜ਼ ਮਾਈ ਏਮ ਇਨ ਲਾਈਫ, ਔਰ ਇਹਦੇ ਲਈ ਮੈਨੂੰ ਇੱਕ ਘਰ ਛੱਡਣਾ ਪੈਣਾ ਤੇ ਇਹ ਸ਼ਹਿਰ ਵੀ ਤੇ ਜਾ ਕੇ ਹੋਸਟਲ ਵਿੱਚ ਰਹਿਣਾ ਪੈਣਾ। ਇਹ ਤੁਹਾਡੇ ਹੱਥ 'ਚ ਹੈ ਮੰਮਾ ਕਿ ਤੁਸੀਂ ਪਾਪਾ ਨੂੰ ਕਿਵੇਂ ਮਨਾਉਣਾ ਹੈ। ਬਸ ਬਸ ਸਾਰਾ ਦਿਨ ਸ਼ੀਸ਼ੇ ਮੂਹਰੇ ਖੜਾ ਹੋ ਕੇ ਵਿੰਗਾ ਟੇਢਾ ਜਿਹਾ ਹੋਈ ਜਾਇਆ ਕਰ। 20 ਵਾਰ ਤੈਨੂੰ ਕਿਹਾ ਹੈ ਇਹ ਬਾਂਦਰ ਜਿਹੀ ਟੋਪੀ ਸਿਰ ਤੇ ਨਾ ਲਾਇਆ ਕਰ, ਤੇਰੇ ਡੈਡੀ ਨੂੰ ਬਿਲਕੁਲ ਨਹੀਂ ਪਸੰਦ ਹੈਗੀ।
ਡੈਡੀ ਨੂੰ ਤਾਂ ਮੇਰਾ ਕੁਝ ਵੀ ਨਹੀਂ ਪਸੰਦ, ਗਲਤੀ ਨਾਲ ਹੀ ਜਾਮ ਬੈਠਿਆ ਮੈਨੂੰ ਉਹ। ਮੰਮੀ ਯਾਰ ਮੇਰੇ ਤੋਂ ਨਹੀਂ ਪੱਗ ਬੰਨੀ ਜਾਂਦੀ, ਮੇਰੇ ਨਹੀਂ ਜੱਚਦੀ। ਤੂੰ ਸਰਦਾਰ ਦਾ ਪੁੱਤ ਹੈ ਤੇ ਸਰਦਾਰਾਂ ਦੀ ਸਰਦਾਰੀ ਪੱਗਾਂ ਨਾਲ ਹੀ ਹੁੰਦੀ ਹੈ। ਭੈੜੇ ਭੈੜੇ ਚੁਟਕਲੇ ਆਉਂਦੇ ਆ ਸਰਦਾਰਾਂ ਬਾਰੇ, ਸਾਰਾ ਸਾਰਾ ਦਿਨ ਮੰਡੀਰ ਭੈੜੇ ਭੈੜੇ ਐਸ ਐਮ ਐਸ ਭੇਜਦੀ ਰਹਿੰਦੀ ਹੈ ਸਰਦਾਰਾਂ ਬਾਰੇ। ਮੰਮੀ ਪੱਗ ਬੰਨੀ ਸ਼ੁਰੂ ਕਰ, ਆਉਣਗੇ ਤੇਰੇ ਡੈਡੀ, ਗੱਲ ਕਰੂੰਗੀ ਮੈਂ। ਠੀਕ ਹੈ। ਯੈਸ ਹੈਲੋ। ਹਾਂ ਗਿਆਨੀ, ਕਹਾਂ ਥਾ ਤੂੰ ਕੱਲ ਸਾਰਾ ਦਿਨ, ਫੋਨ ਕਿਉਂ ਨਹੀਂ ਉਠਾਇਆ ਮੇਰਾ? ਉਹ ਫੋਨ ਉਠਾਉਣ ਦਾ ਟਾਈਮ ਕਿਹਦੇ ਕੋਲ ਆ? ਉਹ ਜਦੋਂ ਯਾਰਾਂ ਨੂੰ ਮਿਲਣ ਲੱਗਿਆ ਹੋਵੇ ਨਵਾਂ ਲੈਪਟਾਪ। ਲੈਪਟਾਪ ਨਿਆ? ਉਹ ਵੀ ਤੁਝੇ? ਉਹ ਤੇਰੇ ਪਾਪੇ ਨੇ ਲੈ ਦਿਆ ਤੈਨੂੰ? ਉਹ ਪਾਪਾ ਨਾਲ ਲੈ ਕੇ ਦੇਵੇ ਲੈਪਟਾਪ ਦੀ ਫੋਟੋ, ਉਹ ਤਾਂ ਮੰਮੀ ਟਕਾ ਲਈ ਮਾਰੀ ਧਮਕੀ, ਲੈਪਟਾਪ ਲੈ ਦੇ ਨਹੀਂ ਤਾਂ ਵਾਲ ਕਟਾ ਦੂੰ। ਉਹ ਤੇਰੀ, ਤੂੰ ਤਾਂ ਛਾ ਗਿਆ ਬੇ। ਹੋਰ ਤੇਰੇ ਵਾਂਗੂ ਥੋੜਾ ਬਾਹਮਣਾ, ਐਵੇਂ 24 ਘੰਟੇ ਡੈਡੀ ਮੂਹਰੇ ਮਰੂ ਮਰੂ ਕਰੀ ਜਾਣਾ। ਉਹ ਸ਼ੇਰ ਬਣ ਸ਼ੇਰ, ਧਮਕੀਆਂ ਦੇ ਧਮਕੀਆਂ ਕਰਦਿਆਂ ਨੂੰ ਪਾ ਦੇ ਪਟਾਕੇ ਚੱਕਦੇ ਵੱਡੇ। ਦੇਖ ਲਓ ਸਾਹਬ ਕੋ ਉਸਕੇ ਪਾਪੇ ਨੇ ਨਾ ਲੈਪਟਾਪ ਲੈ ਕੇ ਦਿਆ, ਫਰਨੀਚਰ ਬਣਾਉਣੇ ਕੀ ਛੋਟੀ ਸੀ ਦੁਕਾਨ ਹੈ ਉਨਕੀ, ਡੈਡੀ ਬੈਂਕ ਮੇਂ ਮੈਨੇਜਰ ਹੈ ਔਰ ਇੱਕ ਲੈਪਟਾਪ ਨਹੀਂ ਲੈ ਕੇ ਦੇ ਸਕਤੇ, ਐਸੇ ਨਹੀਂ ਚੱਲਣਾ, ਪੱਟੇ ਚੱਕ ਦੂੰਗਾ ਮੈਂ। ਜੱਟੋ ਕੇ ਨਾ ਮੁੰਡੋ ਕੇ ਸਾਥ ਰਹਿ ਰਹਿ ਕੇ ਨਾ ਤੇਰਾ ਦਿਮਾਗ ਵੀ ਨਾ ਜੱਟੋ ਹੀ ਹੋ ਗਿਆ, ਨਾ ਕਿਆ ਕਰ ਲੇਗਾ ਤੂੰ? ਮੈਂ ਨਾ ਮੈਂ ਬਾਲ ਕਟਵਾ ਦੂੰਗਾ। ਬਾਲ ਕਟਵਾ ਦੇਗਾ? ਤੋ ਜਾ ਕਟਵਾ ਦੇ, ਮੈਂ ਤੋ ਕਬ ਸੇ ਕਹਿ ਰਹੀ ਹੂੰ ਕਟਵਾ ਦੇ, ਇਹ ਚਿੜੀਆ ਕਾ ਘੋਸਲਾ। ਹਾਂ 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 ਬਾਲ ਕਟਵਾ ਦੂੰਗਾ ਸਮੇਤ ਸਰ ਕੇ, ਮਰ ਜਾਊਂਗਾ, ਗਾੜੀ ਕੇ ਨੀਚੇ ਆ ਜਾਊਂਗਾ ਅਗਰ ਮੁਝੇ ਏਕ ਘੰਟੇ, ਏਕ ਦਿਨ, ਏਕ ਹਫਤੇ ਕੇ ਅੰਦਰ ਅੰਦਰ ਲੈਪਟਾਪ ਨਹੀਂ ਲੈ ਕਰ ਦਿਆ ਤੋ। ਹਾਏ ਹਾਏ ਕੈਸੀ ਮਨਹੂਸ ਬਾਤੇ ਕਰਤਾ ਹੈ ਬੇਟਾ, ਆਨੇ ਦੇ ਪਾਪਾ ਕੋ ਆਜ, ਅਭੀ ਕਰਤੀ ਹੂੰ ਮੈਂ ਬਾਤ ਉਨਸੇ, ਕਰਤੀ ਹੂੰ ਕਰਤੀ ਹੂੰ ਮੈਂ ਅਭੀ ਬਾਤ ਕਰਤੀ ਹੂੰ। ਅੱਛਾ, ਉਸਨੇ ਮਰਨੇ ਕੀ ਧਮਕੀ ਦੀ ਤੋ ਉਸਨੇ ਆ ਲੈਪਟਾਪ ਲੈ ਕੇ ਦੇਣੇ ਲਗੇ, ਔਰ ਉਸ ਦਿਨ ਜਬ ਮੈਨੇ ਫੋਨ ਮੰਗਾ ਮੇਰੇ ਕੋ ਤੋ ਲੈ ਕੇ ਨਹੀਂ ਦਿਆ। ਤੂੰ ਬੀਚ ਮੇ ਮਤ ਬੋਲ। ਕਿਉਂ ਕਿਉਂ ਨਾ ਬੋਲੂ, ਮੇਰਾ ਘਰ ਨਹੀਂ ਹੈ ਇਹ। ਤੇਰਾ ਕਿਆ ਹੈ, ਲੜਕੀ ਹੈ ਤੂੰ, ਸ਼ਾਦੀ ਕਰਵਾਓ, ਦਫਾ ਹੋਈ ਆ ਸੇ। ਦੇਖ ਲੋ ਕੈਸੇ ਬਾਤ ਕਰਤਾ ਹੈ ਮੁਝਸੇ, ਬਤਾ ਦੋ ਇਸੇ ਕਿ ਲੜਕੀਓ ਕੋ ਭੀ ਪ੍ਰਾਪਰਟੀ ਮੇ ਆਧਾ ਮਿਲਤਾ ਹੈ, ਕੇਸ ਠੋਕ ਦੂੰਗੀ। ਬੜੀ ਆਈ ਕੇਸ ਕਰਨੇ ਵਾਲੀ, ਪਹਿਲੇ ਵਕੀਲ ਤੋ ਬਨ ਲੈ, ਚਲ ਭਾਗ ਜਾ। ਭਾਗ ਗਈ ਨਾ ਜਿਸ ਦਿਨ, ਸਾਰਾ ਟੱਬਰ ਗਲੀ ਮੇ ਬੈਠ ਕੇ ਚੀਕਾਂ ਮਾਰੂਗਾ। ਤੂੰ ਕਿਉਂ ਬਾਤ ਕੋ ਬੜਾ ਰਹੀ ਹੈ, ਐਸਾ ਕਿਆ ਕਹਿ ਦਿਆ ਉਸਨੇ? ਅਭੀ ਕੁਛ ਕਹਾ ਹੀ ਨਹੀਂ, ਘਰ ਸੇ ਭਗਾ ਰਹਾ ਹੈ ਮੁਝੇ, ਮੰਮੀ ਆਪ ਹਮੇਸ਼ਾ ਇਸਕੀ ਫੇਵਰ ਕਰਤੀ ਹੋ। ਕਿਆ ਹੋ ਰਹਾ ਹੈ, ਕਿਆ ਹੰਗਾਮਾ ਹੋ ਰਹਾ ਹੈ? ਆਪਕਾ ਲਾਡਲਾ ਹੀ ਹੰਗਾਮਾ ਕਰ ਰਹਾ ਹੈ, ਇੱਕ ਲੈਪਟਾਪ ਮੰਗ ਰਿਹਾ ਕਈ ਸਾਲੋਂ ਸੇ, ਲੈ ਦੋ ਨਾ। ਯੇ ਲੋ, ਬਾਕੀ ਪੈਸੇ ਵਾਪਸ ਦੇ ਦੇਣਾ। 100 ਰੁਪਏ ਮੇਂ ਥੋੜੀ ਨਾ ਆਏਗਾ ਲੈਪਟਾਪ, ਕਮ ਸੇ ਕਮ 50,000 ਰੁਪਏ ਲਗੇਂਗੇ। 50,000 ਕੇ ਪੇੜੋ ਪਰ ਲਗਤੇ ਹੈਂ? ਇਸਨੇ ਕਰਨਾ ਕਿਆ ਹੈ 50,000 ਰੁਪਏ ਕਾ ਲੈਪਟਾਪ? ਸ਼ੌਕ ਹੈ ਨਾ ਇਸੇ, ਇਸਕੀ ਨਾ ਕੰਪਿਊਟਰ ਵਾਲੀ ਟੀਚਰ ਵੀ ਬੋਲ ਰਹੀ ਥੀ, ਯੇ ਤੋ ਕੰਪਿਊਟਰ ਕਲਾਸ ਕਾ ਨਾ ਹੀਰੋ ਹੈ। ਤੋ ਬਾਕੀ ਪੜਾਈ ਮੇਂ ਤਾਂ 0 ਹੈ। ਗ੍ਰੇਡ ਕਿਆ ਹੈ ਇਸਕਾ ਮੈਥ ਮੇਂ? ਬੀ। ਇੱਕ ਬੈਂਕ ਮੈਨੇਜਰ ਕੇ ਬੇਟੇ ਕਾ ਗ੍ਰੇਡ ਬੀ। ਔਰ ਬੜੇ ਭਾਈ ਸਾਹਿਬ ਆੜਤ ਕਾ ਕਾਮ, ਲੇਕਿਨ ਉਸਕੇ ਬੇਟੇ ਕਾ ਗ੍ਰੇਡ A+। ਇਸਕੋ ਬੋਲੋ K+1 ਮੇਂ 80% ਨੰਬਰ ਲੈ ਕੇ ਆਏ।
फिर मैं इसको लैपटॉप ले दूंगा। और बेटा मैंने सबको सुन लिया, तू कह रहा था ना कि गाड़ी के नीचे आ जाऊंगा। टाइम हो गया गाड़ी का, लेट मत हो जा। मिल गया लैपटॉप, कैसा है, कौन से कलर का है, मुझे भी दिखा दे। दिखाता हूं ना तेरे को, रुक जा। छोटा हाथी आ गया वे, छोटा हाथी आ गया। किसने कहा था छोटा हाथी? मर गए? नहीं मैडम, साढ़े में चुता किसने नहीं कहा मैडम? छोटा साहब कुत्ता होवे मैडम जी, जिन्हें क्या होवे। डोंट प्ले विद मी, सीधा कर दूंगी सीधा। कुत्ता किनू आख्या ओए, कुत्ता किनू आख्या? नहीं यार, कुत्ता किनू आख्या? नहीं नहीं यार, कुत्ता किनू आख्या? सुन ले यार, कुत्ता तू गंदी नहीं सुनता यार। मांग मांग गल कर मांग। मेरी मेरी ओ वे ओ वे ओ वे, तेरी बिल्लो आ रही है। ओए ओए ए ओ नहीं यार, वो माइंड करूंगी। माइंड करूंगी तो अपने माइंड नाल करूंगी, तेरा की लजगी ओए। नाले कुड़ियां दे माइंड करे दा बहुत माइंड नहीं करीदा हुंदा, नहीं तो माइंड माइंडलेस हो जांदा। साहब आ गल तां तेरी मेरे दिल नूं छू के निकल गई। ओ इस तो कुछ नहीं होना मित्रो, ए तां आपां नूं ही कुछ करना पैणा। 1 2 3 पैर फिसल गया। दिव्या, तनवीर, ईशा, ईशा, ईशा। I want to ask you something। मैं पूछना चाहता सी के मैं कई दिनों तो सोच रहा सी के इनफैक्ट होर नहीं तां मैथ दी कॉपी मंग ला। जे तेरा मैथ दा कम कंप्लीट हो गया होए ते मैनू मैथ दी कॉपी दे दे प्लीज। बस यही पूछना सी। हां आगी मैथ दी कॉपी, मैथ दी कॉपी आ गई, मैथ दी कॉपी। मारूगा इधर आ, जे ने तेनू फूक भी मारती ना
ਸਿੱਧਾ ਚੰਦ ਤੇ ਜਾ ਡਿੱਗੇਗਾ ਤੇ ਅਮਰੀਕਾ ਵਾਲਿਆਂ ਨੇ ਚੀਕਾਂ ਮਾਰਨੀਆਂ ਵੀ ਇੰਡੀਆ ਵਾਲਿਆਂ ਨੇ ਬਿਨਾਂ ਰਾਕੇਟ ਤੋਂ ਬੰਦਾ ਚੰਦ ਤੇ ਭੇਜ ਕਿਵੇਂ ਦਿੱਤਾ? ਛੋੜ ਯਾਰ। ਓ ਯਾਰ ਤੁਸੀਂ ਭੁਕਾਈ ਛੱਡੋ, ਦੱਸੋ ਕਰਨ ਕੀ ਲੱਗੇ ਹੋ? ਓ ਯਾਰ ਆਪਣੀ ਸਾਇੰਸ ਵਾਲੀ ਟੀਚਰ ਕਹਿੰਦੀ ਹੁੰਦੀ ਆ ਨਾ, ਹਰ ਕੰਮ ਸਾਇੰਟਿਫਿਕ ਤਰੀਕੇ ਨਾਲ ਕਰੋ। ਅੱਜ ਆਪਾਂ ਸਾਇੰਟਿਫਿਕ ਤਰੀਕੇ ਨਾਲ ਕੁੜੀਆਂ ਵੇਖਾਂਗੇ ਦੂਰਬੀਨ ਲਾ ਕੇ। ਛੋੜ ਦਿਆ, ਤ੍ਰਿਪਾਠੀ ਨੇ ਗਰੁੱਪ ਛੋੜ ਦਿਆ। ਉਹ ਦੇਖੋ ਕ੍ਰਿਸ਼ਮਾ ਬਾਹਰ ਆ ਰਹੀ ਹੈ, ਸਾਥ ਮੇਂ ਪ੍ਰਿਯੰਕਾ, ਤੇਰੀ ਨਿਆ ਦੂਪੀਆ ਵੀ। ਯਾਰ ਤੁਸੀਂ ਕਿਤੇ ਕੋਈ ਪੰਗਾ ਨਾ ਪਾ ਦਿਓ। ਉਹ ਯਾਰ ਕਿਉਂ ਮੋਖ ਮਾਰੀ ਜਾਂਦਾ ਐਵੇਂ? ਨਾਲੇ ਉਹ ਦੇਖ ਤੇਰੀ ਕੈਟਰੀਨਾ ਵੀ ਆ ਗਈ। ਕੈਟਰੀਨਾ 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 ਯਾਰ ਪੈਰੀ, ਹੁਣ ਤਾਂ ਨਾ ਮੈਥ ਵਾਲੇ ਤ੍ਰਿਪਾਠੀ ਕੋਲ ਟਿਊਸ਼ਨ ਰੱਖ ਹੀ ਲੈ, ਪਾਸ ਹੋਵੇਂ ਭਾਵੇਂ ਨਾ, ਪਰ ਰੋਜ਼ ਇੱਕ ਘੰਟਾ ਈਸ਼ਾ ਦੇ ਨੇੜੇ ਤਰਿਆ ਕਰੇਗਾ। ਕਰੇਗਾ ਕਰਾਏਗਾ ਕੁਛ ਨਹੀਂ, ਬਸ ਦੇਖਦਾ ਹੀ ਰਹੇਗਾ। ਨੋਨ ਮੈਡੀਕਲ ਵਾਲੀ ਗਿੰਨੀ ਵੇਖ ਓਏ, ਕਾਲੇ ਕੱਪੜੇ ਤਾਂ ਜਮਾ ਐਂਜਲੀਨਾ ਜੋਲੀ ਲੱਗਦੀ ਆ। ਓ ਯਾਰ, ਓ ਯਾਰ ਤੁਸੀਂ ਇੱਕ ਚੀਜ਼ ਨੋਟ ਕੀਤੀ? ਖੁੱਲੇ ਵਾਲ ਛੱਡ ਕੇ ਕੈਟਰੀਨਾ ਕਿੰਨੀ ਸੋਹਣੀ ਲੱਗਦੀ ਹੈ। ਮੇਰਾ ਤਾਂ ਜੀ ਕਰਦਾ ਮੈਂ ਹੁਣੇ ਜਾ ਕੇ ਪ੍ਰਪੋਜ਼ ਕਰਦਾ, ਕੀ ਖਿਆਲ ਹੈ? ਬਹੁਤ ਬੁਰਾ ਖਿਆਲ ਹੈ। ਵਾਏ, ਆਈ ਲਵ ਹਰ। ਅੱਛਾ ਮੰਮੀ, ਓ ਮੰਮੀ, ਓ ਮੰਮੀ, ਓ ਅਸੀਂ ਚੰਦਰਮਾ ਵੇਖਦੇ ਸੀ, ਉਹ ਸਾਨੂੰ ਸਾਇੰਸ ਵਾਲੇ ਟੀਚਰ ਨੇ ਅਸਾਈਨਮੈਂਟ ਕਰਨ ਲਈ ਕਿਹਾ ਹੈ ਨਾ। ਨਾ ਦਿਨ ਦੇ 3 ਵਜੇ ਕਿਹੜਾ ਤੇਰੀ ਮਾਂ ਵਾਲਾ ਚੰਦਰਮਾ ਚੜ ਗਿਆ? ਹਾਂ ਖੜ ਜਾ, ਤੈਨੂੰ ਮੈਂ ਦਿਖਾਉਣੀ ਚੰਦਰਮਾ। ਖੜ ਜਾ ਕੇ ਨਾ, ਖੜ ਜਾ ਕੇ ਨਾ, ਲੋਕਾਂ ਦੇ ਕਰੇ ਚਾਤੀਆਂ ਮਾਰ ਜਾ। ਸ਼ਰਮ ਨਹੀਂ ਆਉਂਦੀ? ਸ਼ਰਮ ਨਹੀਂ ਆਉਂਦੀ? ਸ਼ਰਮ ਨਹੀਂ ਆਉਂਦੀ ਤੈਨੂੰ? ਸ਼ਰਮ ਨਹੀਂ ਆਉਂਦੀ? ਹਾਂ ਕਰ ਪ੍ਰੋਮਿਸ ਕੀ ਅਗੇ ਤੋਂ ਕਿ ਤੂੰ ਕਦੇ ਕੋਈ ਇਹੋ ਜਿਹੀ ਗਲਤੀ ਨਹੀਂ ਕਰੇਂਗਾ। ਹਾਂ ਮਮ, ਪ੍ਰੋਮਿਸ, ਤੇਰੀ ਕਸਮ। ਨਾਲੇ ਇੱਕ ਗੱਲ ਹੋਰ, ਜਦੋਂ ਤੱਕ ਤੇਰੀ ਗ੍ਰੈਜੂਏਸ਼ਨ ਹੀ ਨਾ ਹੋ ਜਾਂਦੀ, ਨੋ ਗਰਲਫ੍ਰੈਂਡਸ। ਨੋ? ਹਾਂ ਮੈਂ ਉਹ ਜੇ ਕੋਈ ਪ੍ਰੋਮਿਸ ਨਹੀਂ ਕਰ ਸਕਦਾ, ਮੇਰੇ ਸਾਰੇ ਫਰੈਂਡਸ ਦੀਆਂ ਗਰਲਫ੍ਰੈਂਡਸ ਹੈਗੀਆਂ ਨੇ, ਤੇ ਘੱਟੋ ਘੱਟ ਮੈਨੂੰ ਵੀ ਤਾਂ ਇੱਕ ਚਾਹੀਦੀ ਹੈ ਨਾ। ਹਾਂ ਘੱਟੋ ਘੱਟ ਮੈਨੂੰ ਵੀ ਤਾਂ ਇੱਕ ਚਾਹੀਦੀ ਹੈ। But you don't need honey. ਕਿਉਂ ਮੋਮ, ਆਖਿਰ ਮੈਨੂੰ ਵੀ ਤਾਂ ਕੋਈ ਚਾਹੀਦੀ ਹੈ ਪਿਆਰ ਕਰਨ ਵਾਲੀ। ਕਿਉਂ, ਮੈਂ ਹੈਗੀ ਹਾਂ ਨਾ। But you're my mom. ਮੈਂ ਆਪਣੀ ਮਾਂ ਨੂੰ ਲਿਜਾ ਕੇ ਫਿਲਮ ਤੇ ਨਹੀਂ ਵਿਖਾ ਸਕਦਾ, ਉਹਨੂੰ ਕੈਫੇ ਨਹੀਂ ਲਿਜਾ ਸਕਦਾ, ਉਹਨੂੰ ਹੱਗ ਨਹੀਂ ਕਰ ਸਕਦਾ, ਉਹਨੂੰ ਕਿਸ ਨਹੀਂ ਕਰ ਸਕਦਾ। ਤੁਸੀਂ ਤੁਸੀਂ ਸਮਝਾ ਕਰੋ, ਤੁਹਾਡੀ ਇਹੋ ਜਿਹੀਆਂ ਗੱਲਾਂ ਕਰਕੇ ਸਾਰੇ ਫਰੈਂਡਸ ਮੇਰੇ ਤੇ ਹੱਸਦੇ ਨੇ, ਕੁੜੀਆਂ ਮੈਨੂੰ ਮੰਮਾਸ ਬੋਏ ਮੰਮਾਸ ਬੋਏ ਕਹਿੰਦੀਆਂ ਨੇ। ਬਟ ਆਈ ਐਮ ਨੋਟ ਮੰਮਾਸ ਬੋਏ, ਮੈਂ ਵੱਡਾ ਹੋ ਗਿਆ। ਸਾਨੂੰ ਤੇਰਾ ਹੀ ਖਿਆਲ ਰਹੇ ਸਾਰਾ ਦਿਨ, ਨਾਲ ਹੋਰ ਕੋਈ ਕੰਮ ਨਾ। ਬੈਠੇ ਬੁੱਕ ਖੋਲ ਕੇ ਪਰ ਹਰ ਪੇਜ ਤੇ ਸਾਨੂੰ ਤੂੰ ਹੀ ਤੂੰ ਦੱਸੇ, ਹੋਰ ਕੋਈ ਕੰਮ ਨਾ। ਟਿੱਕਾ ਸਾਨੂੰ ਤੇਰਾ ਹੀ ਖਿਆਲ ਰਹੇ ਸਾਰਾ ਦਿਨ, ਨਾਲ ਹੋਰ ਕੋਈ ਕੰਮ ਨਾ। ਬੈਠੇ ਬੁੱਕ ਖੋਲ ਕੇ ਹਰ ਹਰ ਪੇਜ ਤੇ ਸਾਨੂੰ ਤੂੰ ਹੀ ਤੂੰ ਦੱਸੇ, ਹੋਰ ਕੋਈ ਕੰਮ ਨਾ।
ਸਭ ਕੁਝ ਕਹਿੰਦੇ ਨੀ ਸਾਹਮਣੇ ਤੂੰ ਆਵੇ ਸਾਡੇ ਹੌਸਲੇ ਨਾ ਪੈਂਦੇ ਨੀ ਹਾਂ ਲਿਖ ਦੇ ਈਮੇਲ ਸੌਂਗ ਕਰ ਦੇ ਅਟੈਚ ਨੀ ਸੈਂਡ ਵਾਲੇ ਲਿੰਕ ਉੱਤੇ ਆ ਕੇ ਅੜ ਜਾਂਦੇ ਨੀ ਡੈਡੀ ਰੋਜ਼ ਲੜੇ ਮਾਮ ਕਹਿੰਦੀ ਕੱਕਾ ਬੜੇ ਕੱਕਾ ਤੇਰੇ ਪਿੱਛੇ ਮਾਰੇ ਹੋਰ ਕੋਈ ਕੰਮ ਨਾ ਬੈਠੇ ਬੁੱਕ ਖੋਲ ਕੇ ਪਰ ਹਰ ਪੇਜ ਤੇ ਸਾਨੂੰ ਤੂੰ ਹੀ ਤੂੰ ਦਿਸੇ ਹੋਰ ਕੋਈ ਕੰਮ ਨਾ ਸਰ ਓਕੇ ਕਮਲ ਅਗਲੇ ਦੋ ਵੀਕ ਮੈਂ ਆਫਿਸ ਨਹੀਂ ਆ ਰਿਹਾ ਹੈੱਡ ਆਫਿਸ ਵਿੱਚ ਕੋਈ ਜ਼ਰੂਰੀ ਮੀਟਿੰਗ ਹੈ ਇਸ ਲਈ ਬੈਂਗਲੌਰ ਜਾ ਰਿਹਾ ਇੰਪੋਰਟੈਂਟ ਫਾਈਲਾਂ ਤਾਂ ਮੈਂ ਸਾਈਨ ਕਰ ਹੀ ਦਿੱਤੀਆਂ ਫਿਰ ਵੀ ਕੋਈ ਜ਼ਰੂਰੀ ਕਲੇਮ ਹੋਵੇ ਤਾਂ ਤਿਆਗੀ ਸਾਹਿਬ ਨੂੰ ਮਿਲਣਾ ਉਹਨਾਂ ਕੋਲ ਸਾਈਨਿੰਗ ਅਥਾਰਟੀ ਹੈ ਓਕੇ ਸਰ ਆ ਬਾਈ ਮਨਿੰਦਰ ਇਹ ਡੱਬਾ ਕਿਵੇਂ ਚੱਕਿਆ ਵਧਾਈ ਹੋਵੇ ਸਰ ਜੀ ਤੁਹਾਡੇ ਆਸ਼ੀਰਵਾਦ ਨਾਲ ਮੇਰਾ ਬੇਟਾ IIT ਦੇ ਵਿੱਚ ਸਿਲੈਕਟ ਹੋ ਗਿਆ ਤੇਰਾ ਬੇਟਾ IIT ਚ ਸਿਲੈਕਟ ਹੋ ਗਿਆ ਵਾਟ ਆ ਸਰਪ੍ਰਾਈਜ਼ ਕਿਸ ਕੋਲੋਂ ਟਿਊਸ਼ਨ ਕਰਵਾਈ ਸੀ ਉਸ ਨੂੰ ਟਿਊਸ਼ਨ ਜੋਗੇ ਪੈਸੇ ਕਿੱਥੇ ਸੀ ਸਾਡੇ ਕੋਲ ਮੈਡਮ ਆਪੇ ਹੀ ਪੜਪੜ ਗਿਆ ਵਿਚਾਰਾ ਜਦੋਂ ਕਿਤੇ ਲੋੜ ਪੈਣੀ ਤਾਂ ਸਾਹਿਬ ਜੀ ਨੇ ਮਦਦ ਕਰ ਦੇਣੀ ਸਾਹਿਬ ਜੀ ਜੇਕਰ ਤੁਸੀਂ ਆਪਣਾ ਆਸ਼ੀਰਵਾਦ ਉਸ ਨੂੰ ਨਾ ਦਿੱਤਾ ਹੁੰਦਾ ਤਾਂ ਅਨਪੜ ਰਹਿ ਜਾਣਾ ਸੀ ਵਿਚਾਰਾ ਜਸ ਮੇਰੇ ਨਾਲ ਗੱਲ ਕਰੋ ਸੌ ਜਾ ਮੈਂ ਸਵੇਰੇ ਜਲਦੀ ਜਾਣਾ ਹੈ ਜਸ ਤੁਸੀਂ ਵੀ ਕੀ ਨਾ ਬੱਚਿਆਂ ਵਾਂਗ ਛੋਟੀ ਛੋਟੀ ਗੱਲ 'ਤੇ ਗੁੱਸੇ ਹੋ ਕੇ ਬਹਿ ਜਾਂਦੇ ਹੋ ਉਹ ਹੁਣ ਛੋਟਾ ਨਹੀਂ ਰਿਹਾ ਵੱਡਾ ਹੋ ਚੁੱਕਿਆ ਉਹਨੂੰ ਸਮਝਾਉਣ ਦੀ ਨਹੀਂ ਸਮਝਣ ਦੀ ਜ਼ਰੂਰਤ ਹੈ ਉਹ ਜੋ ਵੀ ਕੁਝ ਕਰਨਾ ਚਾਹੁੰਦਾ ਕੁਝ ਨਹੀਂ ਕਰ ਸਕਦਾ ਬਿਕੋਜ਼ ਹੀ ਇਜ਼ ਅ ਟਫਰ ਮੇਰੇ ਦਫ਼ਤਰ 'ਤੇ ਪਿਊਨ ਦਾ ਲੜਕਾ ਬਿਨਾਂ ਕਿਸੇ ਟਿਊਸ਼ਨ ਦੇ IIT 'ਚ ਪਹੁੰਚ ਗਿਆ ਪਰ ਇਹ ਸ਼ਹਿਰ ਦੇ ਬਿਹਤਰੀਨ ਪ੍ਰੋਫੈਸਰਾਂ ਤੇ ਟਿਊਸ਼ਨ ਪੜ੍ਹ ਕੇ ਵੀ ਇੱਕ ਟੈਸਟ ਪਾਸ ਨਹੀਂ ਕਰ ਸਕਿਆ ਹੋਰ ਮੈਂ ਆਪਣੇ ਲਈ ਚਾਹੁੰਦਾ ਉਸ ਕੋਲੋਂ ਕੁਝ ਉਸੇ ਲਈ ਸੋਚਦੇ ਕਿ ਕਿਤੇ ਚੰਗੀ ਥਾਂ ਤੇ ਸੈੱਟ ਹੋ ਕੇ ਸ਼ਾਨਦਾਰ ਜ਼ਿੰਦਗੀ ਜਿਉਂ ਸਕੇ ਮੈਂ ਤਾਂ ਸੁਪਨੇ ਵੀ ਉਸ ਲਈ ਵੇਖਦਾ ਤੁਸੀਂ ਉਸਦੇ ਲਈ ਸੁਪਨੇ ਦੇਖਦੇ ਹੋ ਜਸ ਪਰ ਉਹ ਵੀ ਤਾਂ ਆਪਣੇ ਆਪ ਲਈ ਕੁਝ ਸੁਪਨੇ ਦੇਖਦਾ ਹੈ ਨਾ ਤੂੰ ਮੈਂ ਉਸਦੀ ਮਾਂ ਹੀ ਬਣ ਕੇ ਰਹਿ ਵਕੀਲ ਨਾ ਬਣ ਸ਼ਹਿ ਮਿਲਦੀ ਉਸ ਉਸਨੂੰ ਲੱਗਦਾ ਮਾਂ ਤਾਂ ਉਸਦੀ ਦੋਸਤ ਹੈ ਪਰ ਪਿਓ ਉਸਦਾ ਦੁਸ਼ਮਣ ਨਫ਼ਰਤ ਨਜ਼ਰ ਆਉਂਦੀ ਹੈ ਮੈਨੂੰ ਉਸਦੀਆਂ ਨਜ਼ਰਾਂ 'ਚ ਆਪਣੇ ਲਈ ਮੈਂ ਕਦੇ ਨਹੀਂ ਚਾਹੇ ਜਸ ਕਿ ਉਹ ਤੁਹਾਨੂੰ ਨਫ਼ਰਤ ਕਰੇ ਰੱਬ ਦੀ ਸੌਂ ਮੈਂ ਤਾਂ ਚਾਹੁੰਦੀ ਹਾਂ ਕਿ ਉਹ ਤੁਹਾਨੂੰ ਬਹੁਤ ਪਿਆਰ ਕਰੇ ਦਿਲੋਂ ਪਰ ਪਤਾ ਨਹੀਂ ਕਿਉਂ ਉਹ ਤੁਹਾਡੇ ਕੋਲੋਂ ਡਰਦਾ ਹੈ ਮੈਂ ਵੀ ਡਰਦਾ ਆਪਣੇ ਆਪ ਤੋਂ ਕਿ ਕਿਧਰੇ ਕੁਝ ਗਲਤ ਨਾ ਕਰ ਬੈਠਾ ਹੂੰ 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 ਹੂੰ
ਪੂਜਾ ਕਿਵੇਂ ਐ? ਕੀ ਕਰਦੀ ਸੀ? ਪੂਜਾ ਕਿਵੇਂ ਐ? ਕੀ ਕਰ ਰਹੇ ਹੋ? ਸ਼ਰਮ ਕਰੋ, ਬੱਚੇ ਘਰ ਮੇ ਆ ਗਏ ਤੋ। ਅਰੇ ਯਾਰ, ਕੋਈ ਨਹੀਂ ਆਤਾ, ਤੂੰ ਇਤਨਾ ਡਰਤੀ ਕਿਉਂ? ਡਰਨੇ ਵਾਲੀ ਬਾਤ ਹੀ ਤੋ ਹੈ, ਅਬ ਬੱਚੋ ਕੀ ਉਮਰ ਹੈ ਯਾ ਹਮਾਰੀ। ਅਰੇ ਯਾਰ, ਤੁਮ ਔਰਤੋ ਕੇ ਬਸ ਯਹੀ ਪ੍ਰੋਬਲਮ ਹੈ, 40 ਕੀ ਹੋਤੀ ਨਹੀਂ, ਛੋੜੋ ਜੀ ਕਰਨੇ ਲੱਗ ਜਾਤੀ ਹੈ। ਅਰੇ ਬੱਚੋ ਕੀ ਆਪਣੀ ਉਮਰ ਹੈ ਯਾਰ, ਹਮਾਰੀ ਆਪਣੀ ਹੈ। ਕਿਆ ਹੈ? ਮੇਰਾ ਫੋਨ ਦੇਖਾ, ਪੜਾ ਹੋਗਾ ਯਹੀ ਕਹੀਂ। ਹਟ, ਚਲ ਚਲ ਚਲ, ਅੜਾ ਅਬ ਹਟੋ, ਕੰਮ ਕਰਨੇ ਦੋ। ਅਰੇ ਯਾਰ, ਹੋ ਜਾਏਗਾ ਕੰਮ। ਪੂਜਾ ਕਿਵੇਂ ਹੈ? ਕੀ ਕਰ ਉਤਰੀ? ਮੇਰਾ ਟਾਵਲ ਕਹਾਂ ਹੈ? ਕਿਆ ਯਾਰ ਡੈਡੀ, ਅਗਰ ਦਿਨ ਦਿਹਾੜੇ ਯੇ ਸਭ ਕੁਛ ਕਰਨਾ ਹੋਤਾ ਤੋ ਕਮ ਸੇ ਕਮ ਯਾਰ ਦਰਵਾਜ਼ਾ ਤੋ ਬੰਦ ਕਰ ਲਿਆ ਕਰੋ। ਫਿਰ ਆਪ ਕਹਤੇ ਹੋ ਕਿ ਆਜ ਕਲ ਕੇ ਬੱਚੇ ਪਤਾ ਨਹੀਂ ਕਹਾਂ ਕਹਾਂ ਸੇ ਕਿਆ ਕਿਆ ਸਿੱਖ ਲੇਤੇ ਹੈ, ਘਰ ਸੇ ਹੀ ਸਿੱਖਤੇ ਹੈ, ਸਮਝੇ? ਛੋੜੋ ਯਾਰ, ਕਹਾ ਥਾ ਨਾ ਮੈਨੇ ਆਪਕੋ, ਕਹੇ ਥਾ, ਰੋਕਾ ਤੋ ਨਹੀਂ ਥਾ। ਪੂਜਾ ਕਿਵੇਂ ਆ, ਕੀ ਕਰਦੀ ਸੀ? ਓ ਹਾਂ, ਚਲ 300 ਰੁਪਏ ਨਿਕਾਲ, ਮੁਝੇ ਫਿਲਮ ਦੇਖਨੇ ਜਾਣਾ ਹੈ। ਪੈਸੇ ਕਿਆ ਪੇੜੋ ਪੇ ਉਗਤੇ ਹੈ? ਨਹੀਂ ਨਹੀਂ, ATMMM ਯਾਨੀ ਕਿ ਐਨੀ ਟਾਈਮ ਮਨੀ ਮਸ਼ੀਨ, ਮੰਮੀ ਪਰ। ਔਰ ਸਕੂਲ? ਕਿਆ ਯਾਰ, ਅਗਰ ਇੱਕ ਦਿਨ ਸਕੂਲ ਨਹੀਂ ਜਾਊਂਗਾ ਤਾਂ ਕੌਣ ਸਾ ਐਜੂਕੇਸ਼ਨ ਸਿਸਟਮ ਫੇਲ ਹੋ ਜਾਏਗਾ। ਚਲ 300 ਰੁਪਏ ਨਿਕਾਲ, ਜਲਦੀ ਕਰ। ਔਰ ਨਾਦੂ ਤੋ? ਅੱਛਾ ਪ੍ਰਿਆ, ਤੁਮੇ ਮਾਲੂਮ ਹੈ ਯੇ ਤੌਲੀਆ ਡਾਂਸ? ਅਰੇ ਬੇਵਕੂਫ, ਚੁੱਪ ਕਰ, ਮਾਰ ਖਾਏਗਾ, ਚੁੱਪ ਕਰ, ਮਾਰ ਖਾਏਗਾ। ਯੇ ਲੇ ਪੈਸੇ ਔਰ ਭਾਗ ਯਹਾਂ ਸੇ, ਚਲ ਭਾਗ ਯਹਾਂ ਸੇ। 1 2 3 ਓਕੇ। ਵੈਸੇ ਮੰਮੀ, ਡੈਡੀ ਟਾਵਲ ਮੇ ਕਾਫੀ ਕੂਲ ਲੱਗ ਰਹੇ ਥੇ। ਭਾਗ ਯਹਾਂ ਸੇ, ਮਾਰ ਖਾਏਗਾ, ਭਾਗ ਯਹਾਂ ਸੇ। ਆਉਚ, ਕਿਆ ਹੈ, ਕਿਉਂ ਚਿੱਲਾ ਰਹਾ ਥਾ? ਫਿਲਮ ਦੇਖਨੇ ਜਾ ਰਹੇ ਹਾਂ ਲੱਛੋ ਬਾਂਦਰੀ। ਔਰ ਸਕੂਲ? ਆਜ ਗਰੁੱਪ 7 ਕਾ ਬੰਕ ਡੇ ਹੈ, ਯਹਾਂ ਸੇ ਜਾਏਂਗੇ ਸਾਹਬ ਕੇ ਘਰ, ਸਟਾਈਲ ਵਾਇਲ ਮਾਰੇਂਗੇ ਔਰ ਫਿਲਮ। ਮੈਂ ਕਰਵਾਤੀ ਹੂੰ ਤੁਹਾਰਾ ਸਟਾਈਲ ਔਰ ਦਿਖਾਤੀ ਹੂੰ ਫਿਲਮ। ਖਿਚੜੀ ਖਾ ਲਈ ਤੇ ਆਪਣਾ ਧਿਆਨ ਰੱਖੀ, ਘਰ ਦਾ ਵੀ ਧਿਆਨ ਰੱਖੀ, ਤੇ ਦਵਾਈ ਲੈ ਲਈ ਯਾਦ ਨਾਲ। ਟ੍ਰਿਪਲਸ, ਤੇਰਾ ਪਿਓ ਭੱਜਲਾ ਸਾਲਿਆ, ਨਹੀਂ ਤਾਂ ਪਟਾਕੇ ਪੈਣਗੇ। ਸਿੰਘ ਕਦੇ ਡਰਿਆ ਨਹੀਂ ਕਰਦੇ,
ਸਗੋਂ ਸਿਰ ਤੇ ਆਈ ਮੁਸੀਬਤ ਦਾ ਡਟ ਕੇ ਸਾਹਮਣਾ ਕਰਦੇ ਨੇ। ਤੁਸੀਂ ਨਿਕਲੋ ਤੇ ਯਾਰਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਉਹ ਕਮੀਨਿਆ, ਤੂੰ ਤਾਂ ਕਹਿੰਦਾ ਸੀ ਢਿੱਡ ਪੀੜ ਹੈ ਤੇ ਇੱਥੇ ਸਿਨੇਮਾ ਵੇਖਦਾ ਫਿਰਦਾ, ਮੈਂ ਦਿਖਾਉਣਾ ਤੈਨੂੰ ਅਸਲੀ ਸਿਨੇਮਾ। ਇੱਕ ਮਿੰਟ ਡੈਡੀ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ। ਸ਼ੁਭ ਕੰਮ ਕਰਨੇ ਸੇ ਪਹਿਲੇ ਕੁਛ ਮਿੱਠਾ ਹੋ ਜਾਏ। ਅੱਛਾ ਲੈ ਫਿਰ ਹੁਣ ਸੌ। ਕਮੀਨਿਆ, ਮੈਂ ਤੈਨੂੰ ਕੁੱਟੀ ਜਾਂਦਾ, ਤੂੰ ਅੱਗੋਂ ਦੰਦੀਆਂ ਕੱਢੀ ਜਾਂਦਾ। ਓਏ ਉਹ ਸਾਡੇ ਪੰਜਾਬੀ ਵਾਲੇ ਸਰ ਕਹਿੰਦੇ ਸੀ ਕਿ ਜਦੋਂ ਵੀ ਬੰਦੇ 'ਤੇ ਮੁਸੀਬਤ ਆਵੇ ਬੰਦੇ ਨੂੰ ਹਮੇਸ਼ਾ ਹੱਸ ਕੇ ਸਾਹਮਣਾ ਕਰਨਾ ਚਾਹੀਦਾ, ਇਸੇ ਕਰਕੇ। ਕਿਆ ਕੀ ਹਾਲ ਆ? ਠੀਕ ਹੈ ਬਾਈ। ਖੇਡਦੀ ਆ ਕਾਢੋ ਫੁੱਲਾਂ 'ਤੇ? ਖੇਡਦੀ ਆ ਬਾਈ। ਆ ਨਵਾਂ ਪੰਛੀ ਕੌਣ ਆ? ਇਹ ਆਪਣਾ ਆੜੀ ਆ ਬਾਈ, ਅਸ਼ਮੀਤ। ਬਹੁਤ ਵਧੀਆ ਕ੍ਰਿਕਟ ਖੇਡਦਾ, ਪਰ ਇਹਨਾਂ ਦੇ ਸਕੂਲ ਦਾ ਕੋਚ ਸਾਲਾ ਇਹਨੂੰ ਸਿਲੈਕਟ ਹੀ ਨਹੀਂ ਕਰਦਾ। ਕਦੇ ਅੱਖੂ ਵਰਦੀ ਹੈ ਨਹੀਂ, ਕਦੇ ਕੁਛ। ਬਹੁਤ ਫਰਸਟ੍ਰੇਟ ਆ ਵਿਚਾਰਾ। ਉਹ ਚੱਲ ਮਾਰ ਗੋਲੀ ਯਾਰ, ਜੇ ਸਾਲਾ ਨਹੀਂ ਸਿਲੈਕਟ ਕਰਦਾ ਤਾਂ ਇਹਨੇ ਕ੍ਰਿਕਟ ਖੇਡ ਕੇ ਕਿਹੜਾ ਗੋਲਡ ਮੈਡਲ ਜਿੱਤਣਾ ਸੋਨੇ ਦਾ। ਲੈ ਮਿੱਤਰਾ ਲਾਲਾ ਫਰਸਟ੍ਰੇਸ਼ਨ। ਆਜਾ ਆਜਾ ਲਾਲਾ ਤੂੰ ਵੀ। ਸ਼ੁਰੂ ਸ਼ੁਰੂ ਵਿੱਚ ਔਖਾ ਲੱਗਦਾ, ਫਿਰ ਤਾਂ ਸਾਲੀ ਇੱਕ ਡੋ ਜੀ ਮਲਿਕਾ ਰੋੜਾ ਨਾ ਜਫੀਆਂ ਪਵਾ ਦਿੰਦੀ ਹੈ। ਮਿੰਤਾਂ ਤਰਲੇ ਕਰਨਾ ਕਮਜ਼ੋਰਾਂ ਦਾ ਕੰਮ ਆ ਛੋਟੇ। ਇਹ ਦੁਨੀਆ ਸਾਲੀ ਮਿੰਤ ਤਰਲਿਆਂ ਨਾਲ ਲੋਟ ਨਹੀਂ ਆਉਂਦੀ। ਇੱਕ ਮਾਰ ਮੇਰੇ ਸਾਲੇ ਕੋਚ ਦੇ ਧੌਂ 'ਚ ਜਾ ਕੇ, ਫਿਰ ਵੇਖੀ ਕਿਵੇਂ ਤੇਰੀ ਪੂਛ ਪੂਛ ਕਰਦਾ। ਮੇਰਾ ਸ਼ੇਰ, ਆਜਾ ਬਹਿਜਾ ਬਹਿਜਾ। ਕੀ ਹਾਲ ਆ ਪੁੱਤ? ਠੀਕ ਆ ਡੈਡੀ। ਪੜ੍ਹਾਈ ਪੜੂਈ ਕਿੱਦਾਂ ਚੱਲਦੀ ਹੈ? ਵਧੀਆ। ਵੈਰੀ ਗੁੱਡ। ਉਹ ਯਾਰ ਬੜੇ ਦਿਨ ਹੋ ਗਏ, ਤੇਰੀ ਕੋਈ ਕੰਪਲੇਂਟ ਕੰਪਲੂਂਟ ਹੀ ਨਹੀਂ ਆਈ ਸਕੂਲੋਂ। ਬਸ ਡੈਡੀ ਕੁਛ ਖਾਸ ਕਰਨ ਦਾ ਮੌਕੇ ਨਹੀਂ ਮਿਲਿਆ। ਓ ਗੁੱਡ ਹੈ ਗੁੱਡ ਹੈ, ਚਲਾ ਪੈਗਲਾ ਫਿਰ ਇਸ ਖੁਸ਼ੀ 'ਚ ਆਇਆ। ਨਹੀਂ ਡੈਡੀ। ਸ਼ਾਬਾਸ਼ੇ ਸ਼ਾਬਾਸ਼ੇ, ਸਕੂਲੇ ਪੜ੍ਹਦਾ ਹਲੇ ਇਹ, ਤੁਸੀਂ ਲਵਾਓ ਇਹਨੂੰ ਹੁਣੇ ਤੋਂ ਪੈਗ। ਜੱਟਾਂ ਦੇ ਪੁੱਤ ਖਾਂਦੇ ਪੀਂਦੇ ਚੰਗੇ ਲੱਗਦੇ ਆ ਤੇ ਨਹੀਂ ਪੁੱਤ? ਡੈਡੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਯਾਰ ਦੋ ਕਰ ਗੱਲਾਂ, ਤੂੰ ਸੰਗੀ ਕਰ ਤੂੰ ਜਾਂਦਾ ਤੂੰ? ਇਸ ਹਫ਼ਤੇ ਸਾਡੇ ਸਕੂਲ 'ਚ ਦੋ ਤਿੰਨ ਛੁੱਟੀਆਂ ਹੋਈਆਂ, ਮੈਂ ਸੋਚਦਾ ਸੀ ਆਪਾਂ ਕਿਤੇ ਘੁੰਮਣ ਚੱਲਦੇ, ਤੁਸੀਂ ਮੈਂ ਅਤੇ ਮੰਮੀ।
ਓ ਯਾਰ ਮੈਂ ਤਾਂ ਬਹੁਤ ਬਿਜ਼ੀ ਹਾਂ ਪੁੱਤਰ, ਮੈਂ ਸਵੇਰੇ ਸਾਂਝਰੇ ਚੰਡੀਗੜ੍ਹ ਜਾਣਾ, ਉੱਥੇ ਜਾ ਕੇ ਕਿਸੇ ਮਿਨਿਸਟਰ ਨੂੰ ਫੜਨਾ, ਪਤਾ ਨਹੀਂ ਅੱਜ ਮਿਲਦਾ ਕਿ ਪਰਸੋਂ, ਫਿਰ ਉਹਨੂੰ ਲੈ ਕੇ ਜਾਣਾ ਕਰਨਾਲ, ਸਾਲਿਆਂ ਨੇ ਬਾਈਪਾਸ ਹੀ ਖੜਤਾ ਆਪਣੀ ਜ਼ਮੀਨ ਦੇ ਵਿੱਚ ਦੀ, ਫਿਰ ਅਗਲੇ ਦਿਨ ਜਾਣਾ ਦਿੱਲੀ, ਉੱਥੇ ਐਮ ਪੀ ਸਾਹਿਬ ਦੇ ਖਾਸ ਬੰਦਿਆਂ ਦਾ ਇਕੱਠ ਕਰਕੇ ਦਿਖਾਉਣਾ ਹਾਈਕਮਾਨ ਨੂੰ। ਯਾਰ ਤੂੰ ਐਂ ਕਰ, ਤੂੰ ਅੰਮੀ ਨੂੰ ਲੈ ਜਾ। ਨੈਕਸਟ ਵੀਕ ਤੇ ਮੈਂ ਬਹੁਤ ਬਿਜ਼ੀ ਹਾਂ, ਯੂ ਨੋ ਮੇਰੀਆਂ ਦੋ ਕਿੱਟੀ ਪਾਰਟੀਜ਼ ਨੇ, ਇੱਕ ਮੇਰੀ ਤੰਬੋਲਾ ਨਾਈਟ ਹੈ, ਨਾਲੇ ਸਵਾਮੀ ਜੀ ਆ ਰਹੇ ਨੇ ਵੱਡੇ ਦਿੱਲੀ ਤੋਂ, ਸੋ ਮੈਂ ਉਹਨਾਂ ਦਾ ਅਰੇਂਜਮੈਂਟ ਕਰਨ 'ਚ ਬਹੁਤ ਬਿਜ਼ੀ ਹਾਂ। ਮੈਨੂੰ ਤਾਂ ਸਿਰ ਖੁਰਕਣ ਦਾ ਵਿਹਲ ਨਹੀਂ ਹੈ, ਜੇ ਤੈਨੂੰ ਬਹੁਤ ਸ਼ੌਕ ਹੈ ਨਾ ਘੁੰਮਣ ਦਾ ਤਾਂ ਨੌਕਰੀ ਨਾਲ ਚਲੇ ਜਾ। ਫਿਰ ਮੈਂ ਮਾਂ ਪਿਓ ਵੀ ਨੌਕਰਾਂ ਨੂੰ ਹੀ ਬਣਾ ਲੈਣਾ। ਦੇਖ ਲਿਆ ਠੇਕੇਦਾਰ ਸਾਹਿਬ ਐਂ ਬੋਲਦਾ ਅੱਜ ਕੱਲ੍ਹ, ਇਹ ਗੱਲ ਗੱਲ ਤੇ ਬੰਦੇ ਦੀ ਬੇਇੱਜ਼ਤੀ ਖਰਾਬ ਕਰਕੇ ਰੱਖ ਦਿੰਦਾ, ਬੰਦਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦਾ। ਸਕੂਲੋਂ ਵੀ ਇਹਦੀਆਂ ਰੋਜ਼ ਕੰਪਲੇਂਟਾਂ ਆਉਂਦੀਆਂ ਨੇ। ਮੈਂ ਤੁਹਾਨੂੰ ਹੁਣ ਸਾਫ਼ ਸਾਫ਼ ਦੱਸਦਾ ਕਿ ਮੈਂ ਹੁਣ ਇਹਨੂੰ ਨਹੀਂ ਸਾਂਭ ਸਕਦੀ, ਜਾਂ ਤਾਂ ਇਹਨੂੰ ਆਪਣੇ ਨਾਲ ਲੈ ਜਾ ਕਰੋ, ਜਾਂ ਤਾਂ ਇਹਨੂੰ ਕਿਸੇ ਹੋਸਟਲ ਦਾਖਲ ਕਰਾ ਦਿਓ। ਆਲੀਸ਼ਾਨ ਕੋਠੀਆਂ 'ਚ ਰਹਿ ਕੇ ਨਾ ਇਹਦਾ ਦਿਮਾਗ ਖਰਾਬ ਹੋ ਗਿਆ, ਜਦ ਰਹਿਣਾ ਪਿਆ ਨਾ ਕਿਸੇ ਕਚੋਰਾਂ ਜੀਆਂ 'ਚ ਤੇ ਖਾਣਾ ਪਿਆ ਕਾਕਰੋਚਾਂ ਵਾਲਾ ਖਾਣਾ, ਆਪੇ ਬੋਲਣ ਦੀ ਤਮੀਜ਼ ਆਜੂਗੀ ਇਹਨੂੰ। ਕਚੋਰਾਂ ਵਿੱਚ ਵੀ ਰਹਿ ਲੂੰਗਾ ਮੰਮੀ, ਤੇ ਕਾਕਰਚ ਵਾਲੀਆਂ ਸਬਜ਼ੀਆਂ ਵੀ ਖਾ ਲੂੰਗਾ, ਪਰ ਹੁਣ ਇਕੱਲੇ ਨਹੀਂ ਰਹਿ ਹੁੰਦਾ ਮੈਥੋਂ। ਯਾਰ ਤੂੰ ਇਕੱਲਾ ਕਾਹਤੋਂ ਰਹਿੰਦਾ ਯਾਰ, ਸੱਦ ਲਿਆ ਕਰ ਯਾਰ ਮਿੱਤਰਾਂ ਨੂੰ ਤੇ ਆਇਸ਼ ਕਰਿਆ ਕਰ। ਯਾਰਾਂ ਦੋਸਤਾਂ ਨਾਲ ਕਲੱਬ ਬੰਦੇ ਡੈਡੀ, ਘਰ ਨਹੀਂ ਬੰਦੇ। Happy birthday to you, happy birthday to you, happy birthday dear Monica, happy birthday to you. Mom, aaj to aapka birthday hai aur aaj ke din bhi aap. Come on Monica, be a brave girl yaar. Papa ki yaad aa rahi hai. वो भी मेरे बर्थडे वाले दिन मुझे ऐसे ही जगाया करते थे। कितनी खूबसूरत जिंदगी थी, और फिर एक एक्सीडेंट ने सब कुछ छीन लिया। कभी सोचा भी नहीं था कि इस तरह अकेले जिंदगी बितानी पड़ेगी। दूसरी शादी करा लेते, क्या था? कैसे करा लेती? जहां से भी रिश्ता आता, कहा जाता था कि अपनी बेटी को किसी अनाथ आश्रम में छोड़ दो या फिर किसी रिश्तेदार के पास। कैसे छोड़ देती मैं अपनी इतनी प्यारी बेटी को किसी के भी पास? एक यही तो आखिरी निशानी बची थी मेरे पास अपने प्यार की। लेकिन माई, मैंने कौन सी सारी उम्र तुम्हारे साथ ही रहना है? मैंने तो एक दिन चले जाना है शादी करा के। तो ठीक है, मैं भी दूसरी शादी के बारे में सोच लूंगी। That's like a good girl. मैं तो कहती हूँ हम दोनों इकट्ठे ही शादी कराएंगे। आप मेरे लिए लड़का ढूंढना और मैं आपके लिए लड़का ढूंढूंगी। तेरी महानू, तू दुनिया की पहली लड़की होगी जो अपनी माँ के लिए लड़का ढूंढेगी। अब बात हुई तुम्हारी पग पग,
अगर मेरे साथ बाजार जाना है तो उठ और घर के काम निपटा पहले। मैंने नहीं जाना आपके साथ बाजार। बाजार आप साथ होती तो सारे लड़के आपको ही देखते, मेरी तरफ तो कोई देखता ही नहीं। साले कबाड़िए कहीं। ओ तेरी मानू, मैं कबाड़ का मालूम? ठहर अभी बताती हूँ तुझे। Mom, you are number one. Oh mom, you are only one. Oh mom, you are number one. Oh mom, you are only one. You gave me a chance ke dekha zindagi. तेरे करके ही माँ मिली है हर खुशी। तू है तहुम है, तू है तहुप है, हर जन्म दे विच मेरी माँ बन के मैनु देवी तू जन्म। Mom, you are number one. Oh mom, you are only one. Oh, oh mom, you are number one. Oh mom, you are only one. Happy birthday, oh mom. Happy birthday to you. Happy birthday, cool, cool auntie. Happy birthday to you. Sachin, my name is Sachin and I am your new computer teacher. कोई दस सकदा है कि बंदे अते कंप्यूटर विच की फर्क हुंदा है? Anyone? No? Okay. लोग कहंदे ने कि कंप्यूटर एक बहुत शानदार मशीन है जो कोई भी काम बंदे तो बहुत ज्यादा वधिया कर सकती है, पर this is not true. कंप्यूटर सोच नहीं सकता, कंप्यूटर कुछ फील भी नहीं कर सकता। गुस्सा, गिला, खुशी, गमी, सब तो इंपॉर्टेंट कल। कंप्यूटर प्यार नहीं कर सकता, पर बंदा ये सब कुछ कर सकता है। एक्सक्यूज मी सर, क्या आपने कभी प्यार किया है? ओ नो मिस, प्यार मोहब्बत है मेरा सब्जेक्ट नहीं है। पर एक गल जरूर कहांगा कि प्यार मोहब्बत एक इन्फेक्शन की तरह होंगे है, जो जो होने होंगे आपे हो जाते हैं। सो जिनी देर इस तो बच सको बचो, ते अपनी स्टडीज वाल ध्यान दियो। ओके, नाउ टॉकिंग अगेन ऑन द सब्जेक्ट। यस यस, मैं टीम सिलेक्ट हो गया। यस यस, मैं टीम सिलेक्ट हो गया। यस यस यस। ਸਿਰਫ ਸਮਾਨ ਦੀ ਪ੍ਰੋਬਲਮ ਹੈ, ਮੈਨੂੰ ਦੱਸ ਸ਼ਮੀਰ ਕਿੰਨਾ ਖਰਚਾ ਆਉਂਦਾ, ਮੈਂ ਲੈ ਕੇ ਦਿੰਦਾ ਤੈਨੂੰ ਨਵੀਂ ਸਪੋਰਟਸ ਕਿੱਟ।
ਫਿਰ ਆ ਕੋਚ ਦੀਆਂ ਮਿੰਤਾਂ ਕਾਹਨੂੰ ਕੱਢਦਾ? ਯੈਸ, ਵੀ ਕੈਨ ਕੰਟ੍ਰਿਬਿਊਟ। ਥੈਂਕ ਯੂ ਫਰੈਂਡਸ, ਪਰ ਮੈਂ ਚੰਦਾ ਇਕੱਠਾ ਕਰਕੇ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ। ਪਿਓ ਹੈ ਮੇਰਾ, ਤਨਖਾਹ ਲੈਂਦਾ, ਸਕੂਲ ਦਾ ਸਪੋਰਟਸ ਫੰਡ ਹੈ, ਪਰ ਸਵਾਲ ਤਾਂ ਇਹ ਹੈ ਕਿ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਮੈਨੂੰ ਕਿਉਂ ਨਹੀਂ ਕੁਝ ਮਿਲ ਰਿਹਾ? ਠੀਕ ਕਹਿੰਦਾ ਕੋਚ, ਮੈਂ ਲਵਾਰਿਸ ਹਾਂ। ਸ਼ਮੀਤ ਯਾਰ, ਮੇਰਾ ਉਹ ਮਤਲਬ ਨਹੀਂ ਸੀ। ਸ਼ਮੀਤ ਵਾਪਸ ਆ, ਆਪਾਂ ਹੁਣੇ ਪ੍ਰਿੰਸੀਪਲ ਕੋਲ ਚਲਦੇ ਹਾਂ। ਆਪ ਲੋਕ ਖੁਦ ਕੋ ਸਮਝਦੇ ਕਿਆ ਹੋ? ਕਿਆ ਹਮੇ ਸਕੂਲ ਕੀ ਪਰਵਾਹ ਨਹੀਂ, ਯਾ ਹਮੇ ਸਕੂਲ ਚਲਾਨਾ ਨਹੀਂ ਆਤਾ? ਨਹੀਂ ਅਗਰ ਰੱਖਾ ਕੋਚ ਨੇ ਇਸੇ, ਤੋ ਕੋਈ ਤੋ ਵਜ੍ਹਾ ਹੋਗੀ। ਵਜ੍ਹਾ ਸਿਰਫ ਇੰਨੀ ਕੀ ਆ ਮੈਡਮ, ਕਿ ਇਹਦੇ ਕੋਲ ਟੂਜ਼ ਤੇ ਡਰੈਸ ਖਰੀਦਣ ਦੇ ਪੈਸੇ ਹੈ ਨਹੀਂ। ਤੋ ਫਿਰ ਕੋਚ ਸਭ ਆਪਣੀ ਜੇਬ ਸੇ ਲੇਕਰ ਦੇਣ ਡਰੈਸੇ? ਅਗਰ ਤੁਮੇ ਆਪਣੇ ਦੋਸਤ ਕੀ ਇਤਨੀ ਪਰਵਾਹ ਹੈ ਤੋ ਤੁਮ ਲੈ ਦੋ ਨਾ ਇਸੇ ਡਰੈਸ ਔਰ ਸ਼ੂਜ਼। ਸੋਰੀ ਮੈਡਮ, ਮੈਨੂੰ ਮੇਰਾ ਹੱਕ ਚਾਹੀਦਾ, ਭੀਖ ਨਹੀਂ। ਹੀ ਇਜ਼ ਰਾਈਟ ਮੈਡਮ, ਸਕੂਲ ਵਿੱਚ ਸਪੋਰਟਸ ਫੰਡ ਵੀ ਹੈ ਬਕਾਇਦਾ, ਬੱਚੇ ਕੋਲੋਂ ਫੀਸ ਦੇ ਨਾਲ ਸਪੋਰਟਸ ਫੰਡ ਵੀ ਲਿਆ ਜਾਂਦਾ ਹੈ। ਹੁਣ ਦਿਓ ਉਸੇ ਫੰਡ ਵਿੱਚੋਂ ਸਾਰੇ ਪਲੇਅਰਾਂ ਨੂੰ ਡਰੈਸਾਂ। ਆਖਿਰ ਟੀਮ ਤਾਂ ਸਕੂਲ ਦੇ ਲਈ ਖੇਡਦੀ ਹੈ ਮੈਡਮ, ਉਹਨਾਂ ਨੂੰ ਸਾਰਾ ਸਮਾਨ ਦੇਣਾ ਸਕੂਲ ਦੀ ਹੀ ਰਿਸਪੌਂਸਿਬਿਲਟੀ ਹੈ। ਤੁਮ ਮੁਝੇ ਰਿਸਪੌਂਸਿਬਿਲਟੀ ਸਿਖਾਓਗੇ? ਸਕੂਲ ਔਰ ਸ਼ਹਿਰ ਕੇ ਸਬਸੇ ਬੜੇ ਨਲਾਇਕ, ਇਰਰਿਸਪੌਂਸਿਬਲ, ਸਟੂਪਿਡ ਸਟੂਡੈਂਟਸ, ਤੁਮ ਮੇਰੇ ਸਾਥ ਉੱਚੀ ਆਵਾਜ਼ ਮੇ ਬਾਤ ਕਰੋਗੇ? ਮੇਰੇ ਸਾਥ ਉੱਚੀ ਆਵਾਜ਼ ਮੇ ਬਾਤ ਕਰੋਗੇ? ਗੈਟ ਆਊਟ, ਆਈ ਸੇ ਗੈਟ ਆਊਟ। ਨਹੀਂ ਜਾਂਦੇ, ਜੋ ਤੱਕ ਤੁਸੀਂ ਸ਼ਮੀਤ ਨੂੰ ਸਕੂਲ ਦੀ ਟੀਮ ਵਿੱਚ ਨਹੀਂ ਲੈਂਦੇ, ਅਸੀਂ ਕਿਤੇ ਨਹੀਂ ਜਾਵਾਂਗੇ। ਇੱਥੇ ਤੁਹਾਡੇ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਬੈਠਾਂਗੇ, ਸੱਤਿਆਗ੍ਰਹਿ ਕਰਾਂਗੇ। ਯੂ ਸਪੀਕ ਫੈਲੋ, ਹਾਊ ਡੇਅਰ ਯੂ ਸੇ ਦੈਟ, ਯੂ ਆਰ ਸਸਪੈਂਡਡ, ਯੂ ਆਲ ਆਰ ਸਸਪੈਂਡਡ, ਯੂ ਆਲ ਆਰ ਸਸਪੈਂਡਡ। ਸਸਪੈਂਡ ਸੇਵੀ, ਸਸਪੈਂਡ ਹੋ ਗਿਆ, ਚੜਾ ਦਿਆ ਚਾਂਦ। ਅਬ ਤੋ ਮੈਂ ਵੀ ਸੋਚਦੀ ਹੂੰ ਤੁਮਹਾਰੀ ਸ਼ਾਦੀ ਕਰ ਹੀ ਦੂੰ। ਕਿਹਾ ਸੀ ਨਾ ਮੈਂ, ਸੁਣੀ ਨਹੀਂ ਤੁਸੀਂ ਮੇਰੀ ਗੱਲ? ਲਓ ਵੀ ਮਿੱਤਰੋ, ਆ ਗਿਆ ਆਪਣਾ ਇਰਫਾਨ ਪਠਾਨ। ਉਹ ਛੋਟੇ ਬਾਈ, ਜੇ ਇੰਡੀਅਨ ਕ੍ਰਿਕਟ ਟੀਮ 'ਚ ਖੇਡਣਾ ਹੈ ਨਾ, ਤਾਂ ਉਹ ਤੋਂ ਪਹਿਲਾਂ ਐਨਰਜੀ ਡਰਿੰਕ ਪੀਣਾ ਸਿੱਖ ਲੈ। ਕਾਲ ਜੀ, ਲਓ ਜੀ ਆਪਾਂ ਆ ਗਏ ਹਾਂ। ਤੁਸੀਂ ਸੋਚ ਤਾਂ ਰਹੇ ਹੋਵੋਗੇ ਕਿ ਪਤੰਦਰ ਹੁਣ ਤੱਕ ਆਇਆ ਕਿਉਂ ਨਹੀਂ। ਅਸਲ 'ਚ ਗੱਲ ਇਹ ਆ ਮਿੱਤਰੋ ਕਿ ਜਵਾਕ ਪਹਿਲਾਂ ਪੰਗੇ ਪਾਉਂਦੇ ਆ ਅਤੇ ਫਿਰ ਵੱਡੇ ਆ ਕੇ ਉਹਨਾਂ ਨੂੰ ਸੁਲਝਾਉਂਦੇ ਆ। ਪਰ ਤੁਸੀਂ ਇਹ ਨਾ ਸੋਚਿਓ ਕਿ ਮੈਂ ਕੋਈ ਪੰਗਾ ਸੁਲਝਾਉਣਾ ਆ, ਸਗੋਂ ਬਚਨ ਸਿੰਘ ਸੰਧੂ ਤਾਂ ਪੰਗਾ ਉਲਝਾਉਣਾ ਆ। ਛੇਤੀ ਲੈਂਡ ਕਰਾ। ਓਏ 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 ਓਏ।
ਓ ਯਾਰ ਬਾਪੂ, ਤੂੰ ਪਿੰਡ ਕੀ ਗਿਆ? ਮੇਰੀ ਤਾਂ ਦੁਨੀਆ ਹੀ ਖੜ ਗਈ ਸਾੜੀ, ਸਾਲਾ ਪੰਗੇ ਤੇ ਪੰਗਾ ਚੜਿਆ ਹੁੰਦਾ। ਓ ਮੰਮੀ, ਓ ਆਵੇ ਕੌਣ ਹੈ ਮੰਮੀ? ਕੌਣ ਹੈ? ਖੱਚਰਾ ਬੁੜਾ। ਖੱਚਰ ਦੇ ਲਫੰਡੇ ਦੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਜੋਗਾਰਾ ਪੁੱਤ। ਓ ਬਾਪੂ। ਹੋਰ ਸੁਣਾ ਭਾਈ, ਰਾਜੀ ਬਾਜੀ ਆ? ਹਾਂਜੀ ਬਾਪੂ, ਸਭ ਠੀਕ ਠਾਕ। ਤੁਸੀਂ ਸੁਣਾਓ, ਗੋਗੀ ਭੈਣ ਜੀ ਹੋਰਾਂ ਦਾ ਤੇ ਬੱਚਿਆਂ ਦਾ ਕੀ ਹਾਲ ਹੈ? ਸਭ ਠੀਕ ਠਾਕ ਨੇ। ਉਹ ਤਾਂ ਆਉਣੇ ਨਹੀਂ ਦਿੰਦੇ ਸੀ। ਮੈਂ ਕਿਹਾ ਨਾ ਭਾਈ, ਮਾਂ ਬਾਪ ਧੀਆਂ ਦੇ ਘਰੇ ਰਹਿੰਦੇ ਚੰਗੇ ਨਹੀਂ ਲੱਗਦੇ, ਨਾਲੇ ਜੇ ਧੀਆਂ ਦੇ ਘਰੇ ਹੀ ਰਹਿਣਾ, ਪੁੱਤ ਬੜੇਵੇਂ ਲੈਣ ਨੂੰ ਜੰਮਿਆ। ਉਹੀ ਤਾਂ ਯਾਰ ਬਾਪੂ, ਤੈਨੂੰ ਮੈਂ ਪੁੱਛਦਾ ਕਿ ਤੂੰ ਆਹ ਬੰਦਾ ਕਿਉਂ ਜੰਮਿਆ? ਉਹ ਇੱਕ ਕਮੀਨੇ ਆ, ਉਹ ਤੇਰਾ ਪਿਓ ਆ ਨਾ। ਤੂੰ ਮੇਰੇ ਵਾਸਤੇ ਕੋਈ ਵਧੀਆ ਜਿਹਾ ਪਿਓ ਨਹੀਂ ਸੀ ਜੰਮ ਸਕਦਾ? ਫਟੇ ਮੂੰਹ ਤੇਰੇ। ਪੈਰੀ, ਮੈਂ ਤੇਰੇ ਕੱਸ ਕੇ ਚਪੇੜ ਲਾਉਣੀ ਹੈ। ਨਾ ਕੀ ਗੱਲ, ਜੱਸ ਨੇ ਹੁਣ ਕੋਈ ਫੇਰ ਪੰਗਾ ਖੜਾ ਕਰਤਾ? ਕੁਛ ਨਹੀਂ ਬਾਪੂ ਜੀ, ਇੱਕ ਤਾਂ ਇਹਨਾਂ ਦੀ ਡਿਊਟੀ ਇੰਨੀ ਸਖਤ ਹੈ ਕਿ ਹਰ ਦੂਜੇ ਦਿਨ ਬਾਹਰ ਜਾਣਾ ਪੈਂਦਾ, ਅਤੇ ਉੱਤੋਂ ਇਹਨਾਂ ਦੀ ਪੜ੍ਹਾਈ ਦੀ ਟੈਨਸ਼ਨ। ਮੈਂ ਬਥੇਰਾ ਸਮਝਾਉਂਦੀ ਹਾਂ, ਪਰ ਗੱਲ ਗੱਲ 'ਤੇ ਐਂ ਭੜਕ ਪੈਂਦੇ ਆ ਕਿ ਉਹ ਇਹ ਤਾਂ ਉਹਦੀ ਜਮਾਂਦਰੂ ਆਦਤ ਆ, ਉਂਝ ਬੰਦਾ ਦਿਲ ਦਾ ਨਹੀਂ ਮਾੜਾ। ਹੋਇਆ ਪਤਾ ਕੀ, ਲੋਕ ਜੰਮਦੇ ਆ 9 ਮਹੀਨਿਆਂ 'ਚ, ਅਤੇ ਇਹ ਜੰਮਿਆ ਪੂਰੇ 10.5 ਮਹੀਨਿਆਂ 'ਚ, ਇਸ ਕਰਕੇ ਥੋੜ੍ਹਾ ਰੜ ਜਿਹਾ ਗਿਆ, ਤਾਂ ਹੀ ਸੜੀਆਂ ਸੜੀਆਂ ਗੱਲਾਂ ਕਰਦਾ। ਪਰ ਤੂੰ ਚਿੰਤਾ ਨਾ ਕਰ, ਹੁਣ ਮੈਂ ਆ ਗਿਆ, ਕਰਦਾ ਇਹਦੀ ਟਿਮਰੀ ਟੈਟ। ਚੱਲ ਕੀਰਤੀ ਪੁੱਤ, ਕਿਚਨ 'ਚ ਚੱਲੀਏ ਆਪਾਂ। ਟਿਬਰੀ ਟੈਟ ਤਾਂ ਬਾਪੂ ਤੈਨੂੰ ਚੱਲ ਕੇ ਸਾਡੀ ਪ੍ਰਿੰਸੀਪਲ ਘੈਂਟੋ ਦੀ ਕਰਨੀ ਪੈਣੀ ਆ। ਤੈਨੂੰ ਇਹ ਸੁਣ ਕੇ ਹੈਰਾਨੀ ਹੋਏਗੀ ਕਿ ਉਸਨੇ ਮੇਰੇ ਵਰਗੇ ਸ਼ਰੀਫ ਤੇ ਸਾਊ ਮੁੰਡੇ ਨੂੰ ਸਸਪੈਂਡ ਕਰਤਾ। ਸ਼ਾਬਾਸ਼ੇ, ਛਾ ਗਿਆ ਮੇਰਾ ਸ਼ੇਰ। ਆ ਤੇਰੀ ਸਜਰੀ ਕਰਤੂਤ ਬਾਰੇ ਤੇਰੇ ਪਿਓ ਨੂੰ ਪਤਾ? ਤਾਂ ਹੀ ਤਾਂ ਤੈਨੂੰ ਫੋਨ ਕਰਕੇ ਪਿੰਡੋਂ ਸੱਦਿਆ ਹੈ। ਬਈ ਪਿਓ ਮੇਰਾ ਗਿਆ ਹੋਇਆ ਕੁਝ ਦਿਨਾਂ ਵਾਸਤੇ ਬੈਂਗਲੋਰ, ਅਤੇ ਉਸਦੇ ਆਉਣ ਤੋਂ ਪਹਿਲਾਂ ਬਾਪੂ ਤੂੰ ਸਕੂਲ ਚੱਲ ਕੇ ਸਾਰਾ ਮਾਮਲਾ ਨਿਬੇੜ ਦੇ, ਨਹੀਂ ਤੇ ਪੰਗਾ ਪੈ ਜੂ ਮੈਨ। ਭਲਾ ਤੇਰੀ ਪ੍ਰਿੰਸੀਪਲ ਉਹੀ ਨਹੀਂ, ਉੱਚੀ ਜਿਹੀ, ਲੰਮੀ ਜਿਹੀ, ਨਖਰੇਲੋ ਜਿਹੀ, ਕੱਟੇ ਵਾਲਾਂ ਵਾਲੀ, ਉਹੀ ਜਿਹਨੇ ਅਜੇ ਤੱਕ ਵਿਆਹ ਨਹੀਂ ਕਰਾਇਆ? ਹੁਣ ਤੂੰ ਆਪਣੇ ਹਿਸਾਬ ਕਿਤਾਬ ਲਾਉਣ ਲੱਗ ਜਾ ਸਾਲਾ ਕਮੀਨਾ। ਬੱਚਿਆਂ ਨੂੰ ਕਈ ਵਾਰ ਵਾਰਨ ਕਰ ਚੁੱਕੇ ਹਾਂ, ਹੁਣ ਇਹਨਾਂ ਨੂੰ ਅਸੀਂ ਹਰਗੀ ਸਕੂਲ ਵਿੱਚ ਵਾਪਸ ਨਹੀਂ ਲੈ ਸਕਦੇ। ਇਹ ਬੱਚੇ ਬਹੁਤ ਬਦਤਮੀਜ਼ ਨੇ। ਆ ਵੇਖੋ ਨਾ ਬੀਬਾ ਜੀ, ਕੁਝ ਗੱਲਾਂ ਹੁੰਦੀਆਂ ਤੇ ਕੁਝ ਸਿਰਫ ਲੱਗਦੀਆਂ ਹੁੰਦੀਆਂ। ਹੁਣ ਵੇਖੋ ਨਾ, ਵੇਖਣ ਨੂੰ ਤੁਸੀਂ ਕਿੰਨੇ ਸਿਆਣੇ ਲੱਗਦੇ ਹੋ। ਵਾਟ ਡੂ ਯੂ ਮੀਨ? ਮੈਂ ਸਿਰਫ ਸਿਆਣੀ ਲੱਗਦੀ ਹਾਂ? ਨਹੀਂ ਨਹੀਂ, ਹੋਵੋਗੇ ਵੀ, ਪਰ ਸਿਰਫ ਹੋਣ ਨਾਲ ਕੀ ਹੁੰਦਾ, ਬੰਦਾ ਸਿਆਣਾ ਨਜ਼ਰ ਵੀ ਤਾਂ ਆਉਣਾ ਚਾਹੀਦਾ ਨਾ। ਪਰ ਆ ਜਿਵੇਂ ਤੁਸੀਂ ਬਿਨਾਂ ਸੋਚੇ ਸਮਝੇ ਆ ਜਵਾਕ ਭੜਕਾ ਤੇ, ਇਹਨੂੰ ਵੇਖ ਕੇ ਤਾਂ ਨਹੀਂ ਮੈਡਮ ਤੁਹਾਨੂੰ ਕੋਈ ਸਿਆਣਾ ਕਹਿ ਸਕਦਾ। ਆ ਮਾਫ਼ ਕਰਨਾ, ਇਹਨਾਂ ਬੱਚਿਆਂ ਨੇ ਮੇਰੇ ਆਫਿਸ ਵਿੱਚ ਆ ਕੇ ਮੈਨੂੰ ਚੈਲੰਜ ਕੀਤਾ। ਉਹਨਾਂ ਨੇ ਤੁਹਾਨੂੰ ਸਿਰਫ ਇੱਕ ਸਵਾਲ ਕੀਤਾ ਸੀ ਬੀਬਾ ਜੀ, ਕਿ ਜਦ ਸਕੂਲ ਵਿੱਚ ਬਕਾਇਦਾ ਇੱਕ ਸਪੋਰਟਸ ਫੰਡ ਹੈ ਜਿਸ ਲਈ ਬੱਚਿਆਂ ਤੋਂ ਪੈਸੇ ਵੀ ਲਏ ਜਾਂਦੇ ਆ, ਫਿਰ ਲੋੜ ਪੈਣ 'ਤੇ ਸਟੂਡੈਂਟਸ ਨੂੰ ਉਸ ਵਿੱਚੋਂ ਖੇਡਾਂ ਦਾ ਸਮਾਨ ਲੈ ਕੇ ਕਿਉਂ ਨਹੀਂ ਦਿੱਤਾ ਜਾਂਦਾ? ਅੱਜ ਤਾਂ ਇਹ ਸਵਾਲ ਬੱਚਿਆਂ ਨੇ ਕੀਤਾ, ਕੱਲ੍ਹ ਨੂੰ ਜਦੋਂ ਇਹ ਗੱਲ ਮੀਡੀਆ 'ਚ ਜਾਊਗੀ ਤਾਂ ਸਾਰਾ ਦੇਸ਼ ਇਹ ਸਵਾਲ ਕਰੂਗਾ ਤੁਹਾਡੇ ਕੋਲੋਂ। ਤੁਸੀਂ ਮੈਨੂੰ ਧਮਕਾ ਰਹੇ ਹੋ ਮਿਸਟਰ ਸਿੰਘ? ਕੁਝ ਗੱਲਾਂ ਹੁੰਦੀਆਂ ਅਤੇ ਕੁਝ ਸਿਰਫ ਲੱਗਦੀਆਂ ਹੁੰਦੀਆਂ।
ਇਹ ਵੀ ਸਾਨੂੰ ਵੱਡਿਆਂ ਨੂੰ ਸਿਰਫ ਲੱਗਦਾ ਹੀ ਆ ਕਿ ਅਸੀਂ ਬਹੁਤ ਸਿਆਣੇ ਹਾਂ ਅਤੇ ਇਹਨਾਂ ਜਵਾਕਾਂ ਨੂੰ ਸਾਨੂੰ ਕੋਈ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ। ਪਰ ਇਹ ਗੱਲ ਨਹੀਂ ਮੈਡਮ ਜੀ, ਸਵਾਲ ਪੁੱਛਣ ਦਾ ਹੱਕ ਤਾਂ ਹਰੇਕ ਜੀ ਆਪਣੀ ਮਾਂ ਦੀ ਕੁੱਖੋਂ ਨਾਲ ਲੈ ਕੇ ਪੈਦਾ ਹੁੰਦਾ। ਠੀਕ ਹੈ, ਅਸੀਂ ਉਸ ਬੱਚੇ ਅਸ਼ਮੀਤ ਸਿੰਘ ਨੂੰ ਸਪੋਰਟਸ ਕਿੱਟ ਲੈ ਦਿੰਦੇ, ਪਰ ਮੇਰੇ ਆਫਿਸ ਵਿੱਚ ਆ ਕੇ ਨਿਊਸੈਂਸ ਕ੍ਰੀਏਟ ਕਰਨ ਦਾ ਮਤਲਬ? ਮਿਸਟਰ ਸਿੰਘ, ਉਹਨਾਂ ਨੇ ਮੈਨੂੰ ਸੱਤਿਆਗ੍ਰਹਿ ਕਰਨ ਦੀ ਧਮਕੀ ਦਿੱਤੀ ਹੈ। ਉਹ ਬੱਚੇ ਬਹੁਤ ਬਦਤਮੀਜ਼ ਨੇ। ਜੇ ਆਪਣੇ ਹੱਕਾਂ ਦੀ ਖਾਤਰ ਸੱਤਿਆਗ੍ਰਹਿ ਕਰਨਾ ਬਦਤਮੀਜ਼ੀ ਹੈ ਤਾਂ ਸਾਰਾ ਦੇਸ਼ ਹੀ ਬਦਤਮੀਜ਼ ਹੈ ਬੀਬਾ ਜੀ, ਜਿਹਨੇ ਅੰਗਰੇਜ਼ਾਂ ਦੇ ਖਿਲਾਫ ਸੱਤਿਆਗ੍ਰਹਿ ਕੀਤਾ ਤੇ ਆਜ਼ਾਦੀ ਹਾਸਲ ਕੀਤੀ। ਮੈਨੂੰ ਲੱਗਦਾ ਤੁਹਾਡੇ ਨਾਲ ਮੇਰੀ ਗੱਲ ਬਣਨੀ ਨਹੀਂ, ਮੈਂ ਮੀਡੀਆ ਕੋਲ ਹੀ ਜਾਵਾਂ ਤਾਂ ਠੀਕ ਰਹੂ। ਇੱਕ ਮਿੰਟ ਠਹਿਰੋ ਮਿਸਟਰ ਸਿੰਘ। ਠੀਕ ਹੈ, ਅਸੀਂ ਉਹਨਾਂ ਬੱਚਿਆਂ ਨੂੰ ਵਾਪਸ ਲੈ ਲੈਂਦੇ ਹਾਂ, ਪਰ ਉਹਨਾਂ ਨੂੰ ਕਹੋ ਕਿ ਮੇਰੇ ਕੋਲੋਂ ਆ ਕੇ ਪਹਿਲਾਂ ਰਿਟਰਨ ਵਿੱਚ ਮਾਫ਼ੀ ਮੰਗਣ। ਮੇਰਾ ਖਿਆਲ ਮੈਡਮ, ਮੈਂ ਮੀਡੀਆ ਕੋਲ ਜਾ। ਮੇਰੀ ਗੱਲ ਤਾਂ ਸੁਣੋ ਮਿਸਟਰ ਸਿੰਘ, ਇੱਕ ਮਿੰਟ ਬੈਠੋ ਮਿਸਟਰ ਸਿੰਘ। ਦੇਖੋ ਸਕੂਲਾਂ ਦਾ ਵੀ ਕੋਈ ਸਿਸਟਮ ਹੁੰਦਾ। ਅਸੀਂ ਉਹਨਾਂ ਬੱਚਿਆਂ ਨੂੰ ਸਸਪੈਂਡ ਕੀਤਾ। ਦੇਖੋ ਜੇਕਰ ਅਸੀਂ ਉਹਨਾਂ ਨੂੰ ਐਵੇਂ ਸਕੂਲ ਵਿੱਚ ਵਾਪਸ ਲੈ ਲਿਆ ਤਾਂ ਸਗੋਂ ਸਿਰ 'ਤੇ ਚੜ੍ਹਨਗੇ। ਚਲੋ ਉਹਨਾਂ ਨੂੰ ਕਹੋ ਕਿ ਮੇਰੇ ਕੋਲ ਆ ਕੇ ਸੋਰੀ ਫੀਲ ਕਰਨ। ਇਟਸ ਇਨਫ। ਮੈਂ ਫੇਰ ਅਰਜ਼ ਕਰ ਰਿਹਾ ਬੀਬਾ ਜੀ ਕਿ ਕੁਝ ਗੱਲਾਂ ਹੁੰਦੀਆਂ ਤੇ ਕੁਝ ਸਿਰਫ ਲੱਗਦੀਆਂ ਹੁੰਦੀਆਂ। ਇਹ ਬੱਚੇ ਆ ਕੇ ਤੁਹਾਡੇ ਕੋਲੋਂ ਮਾਫ਼ੀ ਮੰਗ ਲੈਣਗੇ, ਤੁਹਾਨੂੰ ਲੱਗੂਗਾ ਵੀ ਇਹਨਾਂ ਨੇ ਸੋਰੀ ਫੀਲ ਕਰ ਲਿਆ, ਪਰ ਇਹ ਸੋਰੀ ਹੋਣਗੇ ਨਹੀਂ ਉਦੋਂ ਤੱਕ ਜਦੋਂ ਤੱਕ ਉਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਨਹੀਂ ਮਿਲਦਾ ਕਿ ਜਦ ਬਕਾਇਦਾ ਸਕੂਲ ਵਿੱਚ ਇੱਕ ਸਪੋਰਟਸ ਫੰਡ ਹੈ। ਸਪੋਰਟਸ ਫੰਡ ਹੈਗਾ, ਅਸੀਂ ਅਸ਼ਮੀਤ ਨੂੰ ਉਹਦੇ ਵਿੱਚੋਂ ਸਮਾਨ ਲੈ ਦੇਵਾਂਗੇ। ਓਕੇ। ਪਰ ਮੈਡਮ, ਸੱਪ ਤਾਂ ਕਦੋਂ ਦਾ ਨਿਕਲ ਗਿਆ, ਹੁਣ ਲਕੀਰ 'ਤੇ ਚੜ੍ਹ ਕੇ ਗਿੱਧਾ ਪਾਉਣ ਦਾ ਕੀ ਫਾਇਦਾ? ਮੇਰਾ ਮਤਲਬ ਟੂਰਨਾਮੈਂਟ ਤਾਂ ਅੱਜ ਸ਼ੁਰੂ ਹੋ ਗਿਆ। ਅਸੀਂ ਉਹਦੇ ਲਈ ਅਸ਼ਮੀਤ ਤੋਂ ਮਾਫ਼ੀ ਮੰਗ ਲਵਾਂਗੇ ਅਤੇ ਉਹਦੀ ਫੀਸ ਵੀ ਮਾਫ਼ ਕਰ ਦੇਵਾਂਗੇ। ਓਕੇ। ਮੈਡਮ, ਹੁਣ ਤੁਸੀਂ ਲੱਗਦੇ ਹੀ ਨਹੀਂ, ਮੈਂ ਕਹੂੰਗਾ ਤੁਸੀਂ ਸਿਆਣੇ ਹੈਗੇ ਵੀ ਹੋ। ਥੈਂਕ ਯੂ। ਰੋਲ ਨੰਬਰ 23, 24, 25, 26, 27, Present sir. Roll number 28. Roll number 28. Peri Sandhu. ਉਹ ਛੱਡ ਦੇ ਆਪਣੀ ਮਾਂ ਨੂੰ, ਰੋਲ ਨੰਬਰ ਬੋਲੀ ਜਾਂਦਾ ਤੇਰਾ ਉਹ। ਰੋਲ ਨੰਬਰ 29. Yes sir. ਰੋਲ ਨੰਬਰ 29 ਕਿਹਦਾ? ਮੇਰਾ ਸਰ। ਫਿਰ ਤੂੰ ਯੈਸ ਸਰ ਕਿਉਂ ਬੋਲਿਆ? ਸਰ, ਮੈਂ ਸੋਚਿਆ ਕਿ ਤੁਸੀਂ ਰੋਲ ਨੰਬਰ 28 ਬੋਲਿਆ। ਤੂੰ ਐਂ ਕਿਵੇਂ ਸੋਚਿਆ? ਸਰ, ਕਿਉਂਕਿ ਮੇਰਾ ਰੋਲ ਨੰਬਰ 28 ਹੈ ਸਰ, ਉਹ 29 ਤੋਂ ਪਹਿਲਾਂ ਹੀ ਆਉਂਦਾ ਸਰ। ਐਂ ਤਾਂ 28 ਤੋਂ ਪਹਿਲਾਂ 27 ਵੀ ਆਉਂਦਾ, ਉਹ ਵੀ ਤੇਰਾ ਰੋਲ ਨੰਬਰ ਹੈ? ਨਹੀਂ ਨਹੀਂ, ਮੇਰਾ ਤਾਂ ਸਰ ਰੋਲ ਨੰਬਰ 28 ਹੀ ਹੈ। ਨਾ, ਤੂੰ ਫਿਰ 29 ਦੇ ਨਾਲ ਕਿਉਂ ਬੋਲਿਆ? ਇਸ ਕਰਕੇ ਵੀ ਇਹ ਕੁੜੀ ਹੈ, ਤੇਰੀ ਭੈਣ ਲੱਗਦੀ ਹੈ। ਹੇ ਰਾਮ, ਇਤਨਾ ਅਨਰਥ, ਇਹ ਦਿਨ ਦਿਖਾਣੇ ਸੇ ਪਹਿਲੇ ਤੂਨੇ ਪੈਰੀ ਕੋ ਉਠਾ ਕਿਉਂ ਨਹੀਂ ਲਿਆ? ਹਾਏ। ਈਸ਼ਾ, ਮੈਂ ਤੇਰੇ ਨਾਲ ਗੱਲ ਕਰਨੀ ਸੀ ਕੁਝ। ਕੀ? ਮੈਂ ਸੋਚਿਆ ਸੀ ਕਿ ਮੈਂ ਯਾਦ ਵੀ ਕਰਕੇ ਆਇਆ ਸੀ ਕਿ ਰੱਟਾ ਵੀ ਮਾਰਿਆ ਸੀ ਕਿ ਭੁੱਲ ਗਿਆ, ਕੁਝ ਨਹੀਂ।
ਆਪ ਹੀ ਆ ਗਏ ਅੱਜ ਪ੍ਰਪੋਜ਼ ਕਰਨ। ਕਹਿੰਦੀ ਆਈ ਲਵ ਯੂ, ਮੈਂ ਕਿਹਾ ਨੋ ਲਵ ਯੂ ਸ਼ਵ ਯੂ, ਓਨਲੀ ਫਰੈਂਡਸ਼ਿਪ। ਪਤਾ ਚੱਲੇ ਕਿਤੇ ਕੱਲ੍ਹ ਨੂੰ ਮੈਰਿਜ ਦਾ ਪੰਗਾ ਨਾ ਪਾ ਕੇ ਬਹਿ ਜੇ। ਹੈਂ ਉਹ ਵੈਸੇ ਆਪਾ ਬਣਨਾ ਸਟਾਰ, ਕਿੱਥੇ ਲਵ ਯੂ ਕਿੱਥੇ ਮੈਰਿਜ। ਹੈਂ ਹੋਰ ਕੀ, ਤੂੰ ਕੀ ਚੱਕਦਾ ਓਏ, ਸੱਚੀ ਮਿੰਨਤਾਂ ਕਰਦੀ ਸੀ ਮੇਰੀਆਂ। ਹਾਂ ਮੈਂ ਤਾਂ ਨਹੀਂ ਆਉਣਾ ਯਾਰ। ਆ ਮੈਂ ਤਰੀਕਾ ਦੱਸਦਾ ਤੈਨੂੰ, ਕੀ ਆ ਜਾ ਆ ਜਾ ਆ ਜਾ। ਉਹ ਨਹੀਂ ਆ ਜਾ, ਉਹ ਨਹੀਂ ਆ ਜਾ, ਉਹ ਨਹੀਂ ਯਾਰ, ਉਹ ਕਿਤੇ ਮਰਵਾ ਨਾ ਦੇ, ਉਹਨੇ ਘੈਂਟ ਨੂੰ ਕੰਪਲੀਟ ਕਰ ਦੇਣੀ ਹੈ। ਈਸ਼ਾ ਇਹ ਤੇਰੇ ਨਾਲ ਫਰੈਂਡਸ਼ਿਪ ਕਰਨਾ ਚਾਹੁੰਦਾ, ਜੇ ਤੂੰ ਕਰਨੀ ਹੈ ਤਾਂ ਹਾਂ ਕਰ ਦੇ, ਨਹੀਂ ਤਾਂ ਇਹ ਨਾ ਐਕਸਪੈਕਟ ਕਰੀ ਕਿ ਤੈਨੂੰ ਪੂਰੀ ਜ਼ਿੰਦਗੀ 'ਚ ਕਦੇ ਅੱਗੇ ਪ੍ਰਪੋਜ਼ ਕਰੂੰ। ਲੈ ਵੀ ਮਿੱਤਰਾ, ਮੈਂ ਤੇਰਾ ਕੰਮ ਕਰਤਾ, ਅੱਗੇ ਗੋਡ ਬਲੈਸ ਯੂ। ਇਸ਼ਮੀਤ ਇਸ਼ਮੀਤ, ਈਸ਼ਾ ਉਹ ਮੈਂ ਕਹਿਣ ਆਇਆ ਸੀ ਕੱਲ੍ਹ ਫਰੈਂਡਸ਼ਿਪ ਡੇ, ਅਤੇ ਮੈਂ ਕਹਿਣ ਆਇਆ ਸੀ ਕੱਲ੍ਹ ਫਰੈਂਡਸ਼ਿਪ ਡੇ 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 ਸਮੈਲੀ ਓਏ ਸਮੈਲੀ ਓਏ 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 ਸਮੈਲੀ ਓਏ ਓਏ ਸ਼ੀ ਸਮੈਲੀ ਸ਼ੀ ਸਮੈਲੀ ਓਏ ਓਏ ਸ਼ੀ ਸਮੈਲੀ। Y for me, M for me, Y plus M is equal to E. Nava formula, I bet it should be sha. Ratta lala, ennu kadde punna lala. आप कुछ कर क्यों नहीं रहे? सो कर रही हूं। क्यों ਯਾਦ ਆਉਂਦੀ ਹੈ ਕ੍ਰਿਕਟ ਸ਼ਿਰਕਟ ਬੇਲੀ ਸ਼ੇਲੀ?
ਤੈਨੂੰ ਪਤਾ ਹੈ ਇਸ਼ਮੀਤ ਇਹ ਚਿੱਟੇ ਰੰਗ ਦੀ ਕਿਉਂ ਹੁੰਦੀ ਹੈ? ਕਿਉਂਕਿ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੁੰਦਾ। ਅੰਦਰ ਜਾਂਦੀ ਹੈ ਤਾਂ ਸਾਲੀ ਤਨ ਮਨ ਸ਼ਾਂਤ ਕਰ ਦਿੰਦੀ ਹੈ। ਪਰ ਮੈਂ ਹੀ ਬਾਲੀ ਆ ਮੇਰੇ ਸਾਲੇ ਦੀ। ਪੈਸੇ ਪੂਸੇ ਹੈਗੇ ਤੇਰੇ ਕੋਲ? ਪੈਸੇ ਹੁੰਦੇ ਤਾਂ ਇੰਡੀਆ ਨਾ ਖੇਡਦਾ। ਚੱਲ ਆ ਫਿਰ ਪੈਸੇ ਕਮਾ ਕੇ ਲਿਆਈਏ। ਕੋਈ ਗਲਤ ਕੰਮ ਤਾਂ ਨਹੀਂ ਕਰਾਉਂਦੇ? ਇੰਨਾ ਭਰੋਸਾ ਵੀ ਨਹੀਂ ਯਾਰਾਂ ਮੁੱਲਿਆਂ ਤੇ। ਆ ਜਾ। ਕੀਤਾ ਤੁਸੀਂ ਮੇਰੇ ਨਾਲ? ਯਾਰ ਬਣਾਇਆ ਸੀ ਮੈਨੂੰ ਆਪਣਾ। ਚੱਲ ਹੁਣ ਤਾਂ ਜੋ ਹੋਣਾ ਸੀ ਹੋ ਗਿਆ। ਲੱਗ ਗਿਆ ਨਾ ਪਤਾ ਕਿ ਇਹ ਕੰਮ ਕੋਈ ਬਹੁਤਾ ਰਿਸਕੀ ਨਹੀਂ ਹੈਗਾ। ਆਹ ਦੇਖ 5-7 ਹਜ਼ਾਰ ਕੈਸ਼ ਤੇ ਨਾਲੇ ਗੋਲਡ, ਪਹਿਲੀ ਵਾਰੀ ਤੇਰਾ। ਮੈਂ ਚੱਲਿਆ ਪੁਲਿਸ ਕੋਲ। ਗੱਲ ਸੁਣੋ, ਪੁਲਿਸ ਕੋਲੋਂ ਡਰ ਤੇਰੇ ਵਰਗੇ 100 ਮੁੰਡਿਆਂ ਨੂੰ ਲੱਗਦਾ ਹੋਊ, ਪਰ ਸਾਡੀ ਯਾਰੀ ਆ ਪੁਲਿਸ ਵਾਲਿਆਂ ਨਾਲ। ਸਭ ਤੋਂ ਪਹਿਲਾਂ ਜਾਏਗਾ ਤੂੰ ਥਾਣੇ, ਤੇਰੇ ਡੈਡੀ ਦੀਆਂ ਪੈਣਗੀਆਂ ਇਨਕੁਆਰੀਆਂ। ਬੋਲ ਜਾਣਾ ਠਾਣੇ। Hi guys, I'm infected. ਕੀ ਹੋ ਗਿਆ ਤੈਨੂੰ ਚਾਕਲੇਟ ਬਿਊਟੀ? ਵਹੀ ਜੋ ਤੁਝੇ ਹੁਆ ਹੈ ਈਸ਼ਾ ਕੇ ਸਾਥ। You mean love? ਓ ਤੁਹਾਡੀ ਦੱਸ ਤਾਂ ਸਹੀ ਸਵੀਟੀਏ, ਕੌਣ ਆ ਉਹ? ਬਾਣੀਆਂ ਕੇ ਜੱਟ। Don't make fun. ਅਬ ਬਤਾਓ ਮੈਂ ਕਿਆ ਕਰੂੰ? ਯਾ ਤਾਂ ਪੈਰੀ ਵਾਂਗੂ ਅੱਗੇ ਪਿੱਛੇ ਗੇੜੇ ਕੱਢੀ ਜਾ, ਯਾ ਫਿਰ ਸਵੇਰੇ ਜਾ ਕੇ ਮਾਰ ਮੱਥੇ 'ਚ ਆਈ ਲਵ ਯੂ। ਮੈਂ ਕਰ ਚੁੱਕਿਆ, ਹੁਣ ਇਹਦੀ ਵਾਰੀ ਹੈ। ਓਕੇ, ਆਈ ਐਮ ਗੋਇੰਗ ਟੂ ਡੂ ਦਿਸ ਟੁਮਾਰੋ। ਮੇ ਆਈ ਕਮ ਇਨ ਸਰ? ਆਓ ਦਿਵਿਆ। ਸਰ, I want to say something. ਕੁਛ ਕਹਿਣਾ ਚਾਹਤੀ ਹੂੰ। ਓਸ਼ੋ ਕਹੋ। ਸਰ, ਆਪ ਮੁਝੇ ਬਹੁਤ ਅੱਛੇ ਲਗਤੇ ਹੋ। That's good. ਮੁਝੇ ਜਾਨ ਕੇ ਅੱਛਾ ਲਗਾ ਕਿ ਮੇਰੇ ਸਟੂਡੈਂਟਸ ਮੁਝੇ ਲਾਈਕ ਕਰਤੇ ਹੈਂ। ਹਾਂ ਸਰ, ਸਭੀ ਸਟੂਡੈਂਟਸ ਆਪਕੋ ਬਹੁਤ ਲਾਈਕ ਕਰਤੇ ਹੈਂ। ਲੇਕਿਨ ਸਰ, ਵੈਸੇ ਨਹੀਂ। ਸਰ, I'm in love. ਮੁਝੇ ਆਪਸੇ ਪਿਆਰ ਹੋ ਗਿਆ ਹੈ। I can't stop myself.
जितना सोचती हूँ कि आपके बारे में ना सोचू, आप उतने ही मुझे याद आते हो सारा दिन। और सब आई लव यू। सचिन सर आप? जी सॉरी, मुझे इस तरह आपके घर आना पड़ा। नो प्रॉब्लम। आप दिव्या के फेवरेट टीचर हैं, वो आपको बहुत लाइक करती है। और यही मेरी प्रॉब्लम है मिसेस अग्रवाल, बच्चे अपने टीचर को सिर्फ टीचर समझे तो ठीक रहता है, लेकिन अनफॉर्चुनेटली दिव्या के मामले में ऐसा नहीं है। ये उस ईमेल का प्रिंट आउट है जो 2 दिन पहले उसने मुझे भेजी। बात बताकर परेशान नहीं करना चाहता था मिसेस अग्रवाल, इसलिए मैंने खुद उसे समझाने की कोशिश की पहले, लेकिन वो तो बह रही है भावनाओं की लहरों में, इसलिए मैंने सोचा कि आपको ये बात जरूर पता होनी चाहिए। आपसे क्यों पता होनी चाहिए थी ये बात? उसने खुद क्यों नहीं बताई ये बात मुझे? एक बेटी की तरह नहीं, एक दोस्त की तरह पाला है मैंने उसे। आज तक हमने एक दूसरे से कभी कोई बात नहीं छुपाई, फिर आज उसने इतनी बड़ी बात मुझसे क्यों छुपाई? बच्चे अपने पेरेंट्स के कितने भी करीब क्यों ना जाएं मिसेस अग्रवाल, लेकिन सारी बातें फिर भी वे अपने पेरेंट्स को नहीं बताते। अच्छे से अच्छे लगने वाले बच्चे भी स्कूल में ऐसी गलतियां कर देते हैं कि ये तस्वीर, ये मेरे पति की तस्वीर है। दिव्या तब सिर्फ 4 साल की थी जब एक्सीडेंट में उनकी डेथ हो गई। आपने नोट किया मिसेस अग्रवाल के आपके हस्बैंड की शक्ल मुझसे कितनी मिलती है? न सिर्फ शक्ल बल्कि आपकी आवाज और आपके बोलने का अंदाज भी उनसे काफी मिलता है। ओह, अब समझा मैं इस लड़की की प्रॉब्लम। वो इस घर में अपनी लाइफ में एक पापा को मिस कर रही है। उसे लगता है कि वो मुझसे प्यार करती है, लेकिन असल में वो इस चेहरे से, इस अंदाज से प्यार करती है जो कोइंसिडेंटली उसके पापा से मिलता है। यानी कि साइकोलॉजिकली वो मुझ में अपने पापा को देख रही है। आप निश्चिंत रहिए मिसेस अग्रवाल, मुझे पता चल गया कि मुझे इस लड़की को कैसे टैकल करना है। आज से स्कूल में मैं उसे एक टीचर से ज्यादा एक फादर बन के मिलूंगा। लगा है दीपू, ऐसा मत
बोल माँ, ऐसा मत बोल। चलो मुंडे वाली टेंशन तो लत्थी, वेख ला भी मुंडिया हुण जमीन गहने पा के भेजन लग्या मैं तैनू आस्ट्रेलिया। ओ तुसी फिक्र ना करो डैडी, एक बारी पहुंचता जावां मैं आस्ट्रेलिया, सारे कर्जे ला देंगे ते सब तो पहला जमीन ही छडावांगे। ओ जमीन दा कर्जा कादा कर्जा पुत, असल कर्जा तो तेरी भैन है, जिनी देर तक वो कर्जा नहीं ना लै जांदा सिर तो उन्नी देर तक मेरी कादी जिंदगी। सुन लिया मम्मी, डैडी दे सिर दा कर्जा आम है। बेटा पीते खादे च एवें बोली जांदे है। सच तो बोल रहे, डैडी लई तां मैं हमेशा एक कर्जे वांग चुभदी रही हां। मैं सिर्फ चंडीगढ़ जाके पढ़ना चाहती सी, उस लई डैडी कोलों ना पैसे निकले ता हिम्मत, पर अज उस नूं आस्ट्रेलिया भेजा जा रहा है, वो भी जमीन गहने पाके। मेरा करियर बनता ता चुभदा तैनू? ते मेरा कोई करियर नहीं, मेरा कोई ड्रीम नहीं, जिहड़ा रख लै लोकल स्कूल विच। कुड़ियां तू ते कुड़ियां वाली औकात च रह, जे नहीं दिल करदा ना ते भावे लोकल स्कूल मिल जा, बैठी रह करे। तैनू तां मैं कमरे च बंद करके रखूं। खड़ जाओ थे, ये कोई पत्थर नहीं जो पैरों किसी गुफा दे अंदर, जे तैनू खास चुड़न दा शौक है ना तां खा मिस्टर भी लगे हुए ने, उड्डू की तां हुण ए वी जिथों तक किसदा जी चाहे ढक नहीं सकता कोई इहनू इहनां कंधां दी कैद विच। पहले तो वो ये देखती है कि बंदा कहीं साफ तो नहीं। ते तू अपनी बूथी देखी है कदे शीशे च, साला घड़िच गया। तनवीर यार इसकी प्रॉब्लम पता क्या है, इसके साथ ना कोई लड़की फ्रेंडशिप नहीं करती। ओए अपनी पर्सनैलिटी वर्सनैलिटी बना, इंग्लिश विंग्लिश बोला कर मेरी तरह। ते तेनू की लगता है मैनू अंग्रेजी नहीं आती? ओए इंग्लिश कम्स टू मी एंड कम्स वेरी फन्ने खां। बट यार तनवीर When I talk to girls, girls, पता नहीं क्यों यार English coming stop and girls coming go back। English का कोई फंडा नहीं है साफ, तू ना थोड़ा serious रह कर। गुड़िया नू sober ते सिलिके वाले मुंडे ज़्यादा पसंद आउंदे है। And sorry to say, तेरा dressing sense बहुत माड़ा है। तेनू color combination दी ता जमा केयर नहीं, उत्तो आप पटका जा। जवानी चचदा तेरे। मेनू भी ऐ लगदा। मम्मी आ गया मेरे पुत्र। आय हाय वे उजड़ जानिया, एक ही घर के आया तू, तेरा प्यो देखूगा ना तेरे नाल मेनू भी बढ़ के नाली विच सुट दूंगा। जड़ जाने हाँ। मम्मी तू ता एवे वैन जे पौन लग पी, केस ही कटाया, केड़ा सिर कटा लिया मैं? केस नहीं कटाए है, कतल करवाया तू, दूर हो जा मेरी नजर तो,
ਮਰ ਗਿਆ ਸਾਡੇ ਭਾਣੇ, ਨਿਕਲ ਜਾ ਤੂੰ ਇੱਥੋਂ। ਮੰਮੀ ਤੂੰ ਗੱਲ ਹੀ ਨਹੀਂ ਸੁਣਦੀ, ਡੈਡੀ ਵਾਂਗੂ ਕਰੀ ਜਾਂਦੀ ਆ। ਗੱਲ ਤਾਂ ਸੁਣ ਲੈ, ਗੱਲ ਮੈਂ ਕੋਈ ਖੁਸ਼ੀ ਨੂੰ ਘਟਾਇਆ? ਸਾਰੀ ਸਾਰੀ ਦਿਹਾੜੀ ਮੇਰਾ ਸਿਰ ਦੁਖਦਾ ਰਹਿੰਦਾ ਸੀ। ਮੈਂ ਡਾਕਟਰ ਕੋਲ ਗਿਆ, ਡਾਕਟਰ ਕਹਿੰਦਾ ਵਾਲਾਂ ਦਾ ਭਾਰ ਆ ਘਟਾ ਦੇ, ਮੈਂ ਘਟਾ ਤੇ। ਝੂਠ ਬੋਲਦੇ ਕਮੀਨੀਆ, ਕਦੋਂ ਦੇਖਿਆ ਮੈਂ ਤੈਨੂੰ ਸਰੋਡੀਨ ਦੇ ਪੱਤੇ ਖਾਂਦੇ ਹੋਏ? ਨਾਲੇ ਕਹਿਣਾ ਅੱਗ ਲੱਗਣਾ, ਡਾਕਟਰ ਕਹਿੰਦਾ ਵਾਲ ਰੱਖਣ ਨਾਲ ਸਿਰ ਦੁਖਦਾ। ਖੜ, ਮੈਂ ਕਰਦੀ ਆ ਤੇਰੇ ਡੈਡੀ ਨੂੰ ਫੋਨ, ਉਹੀ ਸਿੱਧਾ ਕਰਨਗੇ ਤੈਨੂੰ ਤੇ ਤੇਰੇ ਡਾਕਟਰ ਨੂੰ, ਜਿਹੜਾ ਤੈਨੂੰ ਪੁੱਠੀਆਂ ਮੱਤਾਂ ਦਿੰਦਾ ਹੈ। ਮੰਮੀ ਅੱਜ ਨਹੀਂ ਬਚਦਾ, ਪੈ ਗਿਆ ਪੰਗਾ। ਹੈਲੋ, ਗੁਰਦੁਆਰੇ ਦੀ ਜੋ ਹਾਲਤ ਹੈ ਅਵਤਾਰ ਸਿੰਘ ਜੀ, ਉਹ ਤਾਂ ਤੁਹਾਡੇ ਤੋਂ ਕੋਈ ਛੁਪੀ ਤਾਂ ਹੈ ਨਹੀਂ। ਹੁਣ ਤੱਕ ਸਾਧ ਸੰਗਤ ਨੇ ਜਿਸ ਨੂੰ ਵੀ ਜ਼ਿੰਮੇਵਾਰੀ ਸੌਂਪੀ ਹੈ, ਸਭ ਆਪਣੇ ਚੌਧਰ ਪੁਣੇ ਜੀ ਭੱਜੇ ਫਿਰਦੇ ਰਹੇ ਆ। ਇਸ ਲਈ ਸੰਗਤ ਦਾ ਇਹ ਫੈਸਲਾ ਅਵਤਾਰ ਸਿੰਘ ਜੀ ਕਿ ਸੋਢੀ ਪਾਤਸ਼ਾਹ ਦੇ ਗੁਰਦੁਆਰੇ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਜਾਵੇ। ਤੁਹਾਡੇ ਤੋਂ ਨਿਸ਼ਠਾਵਾਨ ਬੰਦਾ ਭਲਾ ਹੋਰ ਕੌਣ ਹੋ ਸਕਦਾ? ਘਰੋਂ ਫੋਨ ਹੈ ਜੀ। ਸਾਧ ਸੰਗਤ ਦਾ ਫੈਸਲਾ ਅਵਤਾਰ ਸਿੰਘ ਜੀ, ਆ ਲਓ ਮਤੇ ਦੀ ਕਾਪੀ। ਵੇਖੋ ਸਾਰੀ ਕਮੇਟੀ ਮੈਂਬਰਾਂ ਦੇ ਸਾਈਨ ਨੇ ਦੇ ਉੱਪਰ। ਸਾਧ ਸੰਗਤ ਨੂੰ ਬੜੀਆਂ ਉਮੀਦਾਂ ਨੇ ਤੁਹਾਡੇ ਤੋਂ। ਫੋਨ ਹੋਲਡ ਤੇ ਪਿਆ ਸਰਦਾਰ ਜੀ। ਮੀਟਿੰਗ ਵਿੱਚ ਬਹੁਤ ਨਾਵਾਂ 'ਤੇ ਵਿਚਾਰ ਹੋਈ ਸੀ ਅਵਤਾਰ ਸਿੰਘ ਜੀ, ਪਰ ਲੋਕਾਂ ਨੇ ਤੁਹਾਡੇ 'ਤੇ ਭਰੋਸਾ ਜ਼ਾਹਿਰ ਕੀਤਾ। ਤੁਸੀਂ ਹੀ ਸਿੱਖੀ ਦਾ ਪ੍ਰਚਾਰ ਕਰ ਸਕਦੇ ਹੋ ਲੋਕਾਂ ਵਿੱਚ। ਬਸ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਾਂਭੋ ਅਤੇ ਚੱਲ ਕੇ ਕਾਰ ਸੇਵਾ ਸ਼ੁਰੂ ਕਰ ਦਿਓ। ਮੈਂ ਕਿਹਾ ਬੇਫਿਕਰ ਰਹੋ ਜੀ, ਅਸੀਂ ਤੁਹਾਡੇ ਨਾਲ ਹਾਂ। ਚੰਗਾ ਜੀ, ਸਤਿ ਸ਼੍ਰੀ ਅਕਾਲ। ਕਿਹਾ ਸੀ ਕਿ ਮੈਂ ਪਟਕੇ ਚ ਪਰਸਨੈਲਿਟੀ ਨਹੀਂ ਲੱਗਦਾ। ਮੈਂ ਵੱਟ ਕੇ ਚਪੇੜ ਮਾਰੂ ਤੇਰੇ ਇੱਕ। ਜੇ ਪਟਕੇ ਵਿੱਚ ਪਰਸਨੈਲਿਟੀ ਨਹੀਂ ਸੀ ਲੱਗਦਾ ਤਾਂ ਪੱਗ ਬੰਨ ਲੈਂਦਾ। ਤੈਨੂੰ ਵਾਲ ਕਟਾਉਣ ਦੀ ਸਲਾਹ ਕਿਹਨੇ ਦਿੱਤੀ ਸੀ? ਉਹ ਇੱਕ ਝੂਟੂਆ ਜਿਹਾ। ਸਗੋਂ ਜ਼ਿੰਦਗੀ ਵਿੱਚ ਤੂੰ ਮੈਨੂੰ ਜਿੰਨਾ ਵੀ ਸੋਹਣਾ ਲੱਗਿਆ ਨਾ, ਪੱਗ ਵਿੱਚ ਹੀ ਲੱਗਿਆ। ਇੱਕ ਦਿਨ ਜਦੋਂ ਤੂੰ ਮੈਰੂਨ ਕਲਰ ਦੀ ਪੱਗ ਬੰਨ ਕੇ ਆਇਆ ਸੀ ਨਾ, ਤਾਂ ਮੈਂ ਸੀਰੀਅਸ ਹੋ ਗਈ ਸੀ ਤੇਰੇ ਬਾਰੇ ਇੱਕ ਵਾਰ। ਓ ਰੀਅਲੀ ਰੀਅਲੀ? ਤਾਂ ਮੁੱਦਾ ਇਹ ਹੈ ਕਿ ਜਾ ਕੇ ਅਵਤਾਰ ਸਿੰਘ ਨੂੰ ਸਮਝਾਉਣਾ ਪਊ ਕਿ ਉਹਦੇ ਮਹਾਨ ਸਪੂਤ ਨੇ ਮਹਾਨ ਕਰਤੂਤ ਕਿਹੜੇ ਚੱਕਰ 'ਚ ਕੀਤੀ ਆ। ਪੰਗਾ ਤਾਂ ਇਹ ਆ ਬਾਪੂ ਜੀ, ਜਿੰਨੀ ਦੇਰ ਤੱਕ ਮੇਰੇ ਸਿਰ 'ਤੇ ਕੇਸ ਨਹੀਂ ਆਉਂਦੇ ਮੈਂ ਰਹੂੰਗਾ ਕਿੱਥੇ? ਡੈਡੀ ਨੇ ਤਾਂ ਨਹੀਂ ਵਾੜਨਾ ਮੈਨੂੰ ਘਰੇ? ਚਲੋ ਇੱਕ ਗੱਲ ਤਾਂ ਸਾਫ਼ ਹੋਈ ਕਿ ਤੂੰ ਕੇਸ ਤਾਂ ਦੁਬਾਰਾ ਰੱਖੇਂਗਾ ਹੀ। ਉਹਦੇ ਹੱਲ ਨਾ ਵੇਖ, ਕੇਸਾਂ ਵਰਗੀਆਂ ਕੀਮਤੀ ਚੀਜ਼ਾਂ ਨਾ ਤਾਂ ਕੁੜੀਆਂ ਪਿੱਛੇ ਰੱਖੀਆਂ ਜਾਂਦੀਆਂ ਅਤੇ ਨਾ ਹੀ ਕਟਾਈਆਂ ਜਾਂਦੀਆਂ। ਜੇ ਕੇਸ ਸਿਰ 'ਤੇ ਨੇ ਇਹਨਾਂ ਦਾ ਕੁਛ ਮਤਲਬ ਹੈ। ਆਓ ਦੇਖ ਭਾਈ ਤਾਰੂ ਸਿੰਘ, ਖੰਜਰਾਂ ਨਾਲ ਖੋਪਰੀ ਲਹਾਤੀ ਪਰ ਕੇਸ ਨਹੀਂ ਜਾਣ ਦਿੱਤੇ।
ਕਾਹਦੇ ਲਈ ਭਲਾ? ਕਿਉਂਕਿ ਮਸਲਾ ਆਣ ਤੇ ਸ਼ਾਨ ਨਾਲ ਜੀਣ ਦਾ ਹੋ ਗਿਆ ਸੀ। ਕੇ ਸੀ ਸੀਸ ਦਾ ਚਿੰਨ ਬਣ ਗਏ। ਅਗਲੇ ਕਹਿੰਦੇ ਸੀ ਕਿ ਸੀਸ ਝੁਕਾ ਕੇ ਜੀਣ ਦੇਵਾਂਗੇ, ਪਰ ਤਾਰੂ ਸਿੰਘ ਕਹਿੰਦਾ ਸਿਰ ਵਢਾ ਦੂੰ ਪਰ ਝੁਕਾਉਣਾ ਨਹੀਂ ਮਨਜ਼ੂਰ। ਤੇ ਤੂੰ ਪਤੰਦਰਾ ਸਿਰਫ ਸ਼ੀਸ਼ੇ 'ਚ ਆਪਣੀ ਸ਼ਕਲ ਵੇਖਣ ਲਈ ਸਿਰ ਵਢਾਤਾ। ਸਾਹਿਬ ਯਾਰ, ਤੂੰ ਬਾਪੂ ਜੀ ਦੀ ਗੱਲ ਦਾ ਬੁਰਾ ਨਾ ਮੰਨੀ। ਕੇਸਾਂ ਬਾਰੇ ਕਿਹਾ ਉਹਨਾਂ ਨੇ ਤੈਨੂੰ ਹੈ, ਪਰ ਸੁਣਾਇਆ ਮੈਨੂੰ ਤੇ ਡੈਡੀ ਨੂੰ ਹੈ। ਅਸੀਂ ਵੀ ਤਾਂ ਕੇਸ ਨਹੀਂ ਰੱਖੇ ਹੋਏ, ਅਤੇ ਬਾਪੂ ਜੀ ਨੂੰ ਇਸ ਗੱਲ ਦਾ ਹਮੇਸ਼ਾ ਹੀ ਗੁੱਸਾ ਰਿਹਾ। ਪਲੀਜ਼ ਨਹੀਂ ਪੈਰੀ, ਬਾਪੂ ਜੀ ਨੇ ਜੋ ਵੀ ਕਿਹਾ ਠੀਕ ਕਿਹਾ। ਹਾਂ ਮੰਮੀ, ਡੈਡੀ, ਬਾਪੂ ਜੀ। ਤਾਂ ਅਸਲ 'ਚ ਗੱਲ ਇਹ ਸੀ, ਯਾਨੀ ਕਿ ਕੁੜੀ ਚਿੜੀ ਵਾਲਾ ਕੋਈ ਚੱਕਰ ਨਹੀਂ ਸੀ, ਤੂੰ ਸਿਰਫ ਆਪਣੇ ਪਿਓ ਨੂੰ ਇੱਕ ਝਟਕਾ ਦੇਣਾ ਚਾਹੁੰਦਾ ਸੀ। ਹੋਰ ਮੈਂ ਕੀ ਕਰਦਾ ਬਾਪੂ ਜੀ, ਗੱਲ ਤਾਂ ਡੈਡੀ ਕਦੇ ਕਰਦੇ ਹੀ ਨਹੀਂ ਮੇਰੇ ਨਾਲ, ਬਸ ਜਦੋਂ ਵੀ ਕਰਦੇ ਆ ਧੱਕਾ ਹੀ ਕਰਦੇ ਆ। ਨਿੱਕੀ ਜਿਹੀ ਗੱਲ ਹੋ ਜੇ ਤਾੜ ਚਪੇੜ ਮਾਰਦੇ ਆ, ਇਹ ਵੀ ਨਹੀਂ ਦੇਖਦੇ ਨਾਲ ਕੋਈ ਖੜਾ ਜਾਂ ਨਹੀਂ। ਹੁਣ ਮੈਂ ਤਾਂ ਅੱਗੋਂ ਹੱਥ ਚੱਕ ਨਹੀਂ ਨਾ ਸਕਦਾ ਸੀ। ਕੀ ਗੱਲ ਪੁੱਤ, ਹੱਥ ਭਾਰਾ ਸੀ ਜਿਹੜਾ ਚੱਕਿਆ ਹੀ ਨਹੀਂ ਗਿਆ? ਸ਼ਰਮ ਨਹੀਂ ਆਉਂਦੀ ਪਿਓ ਤੇ ਹੱਥ ਚੁੱਕਣ ਦੀ ਗੱਲ ਕਰਦੇ ਨੂੰ? ਉਸ ਗਰੀਬ ਦੀ ਸ਼ਰਧਾ ਤੇ ਤਾਂ ਤੂੰ ਫੱਟੀ ਚੱਕਤੇ, ਕੇਸ ਹੀ ਕਤਲ ਕਰਾ ਛੱਡੇ। ਮੈਨੂੰ ਇਸ ਦੀ ਕੋਈ ਖੁਸ਼ੀ ਨਹੀਂ ਹੈ ਬਾਪੂ ਜੀ, ਬਲਕਿ ਜਿਸ ਦਿਨ ਦੇ ਕੇਸ ਕਟਾਏ ਆ ਨਾ, ਬਾਬਾ ਜੀ ਦੀ ਤਸਵੀਰ ਸਾਹਮਣੇ ਜਾਣ ਦੀ ਹਿੰਮਤ ਨਹੀਂ ਪੈਂਦੀ ਮੇਰੀ। ਪਰ ਮੇਰੇ ਕੋਲ ਹੋਰ ਕੋਈ ਤਰੀਕਾ ਵੀ ਨਹੀਂ ਸੀ ਡੈਡੀ ਕੋਲੋਂ ਬਦਲਾ ਲੈਣ ਦਾ। ਪੇਸ਼ੈਂਟ ਦੀ ਮੈਡੀਸਿਨ ਹੋ ਗਈ ਹੈ, ਤੁਸੀਂ ਮਿਲ ਸਕਦੇ ਹੋ ਉਹਨਾਂ ਨੂੰ। ਤੇਰਾ ਗੁੱਸਾ ਜਾਇਜ਼ ਹੈ ਅਵਤਾਰ ਸਿਆਂ, ਪਰ ਸਾਹਿਬ ਨੇ ਆਪਣੀ ਗਲਤੀ ਦਿਲੋਂ ਮਹਿਸੂਸ ਕੀਤੀ ਆ। ਮੈਂ ਵੇਖਿਆ ਅਵਤਾਰ ਸਿਆਂ ਕਿ ਸਿੱਖੀ ਮੁੰਡੇ ਦੇ ਦਿਲ ਅੰਦਰ ਕੁੱਟ ਕੁੱਟ ਭਰੀ ਹੋਈ ਆ। ਤੂੰ ਹੌਸਲਾ ਰੱਖ, ਮੁੰਡਾ ਜਲਦੀ ਫਿਰ ਸਿੰਘ ਸੱਜੂਗਾ। ਪਰ ਗੁੱਸਾ ਨਾ ਕਰੀ ਅਵਤਾਰ ਸਿਆਂ, ਕਈ ਵਾਰੀ ਜਵਾਕਾਂ ਦੇ ਗਿਲੇ ਕੁਝ ਹੋਰ ਤਰ੍ਹਾਂ ਦੇ ਹੁੰਦੇ ਨੇ ਤੇ ਨਿਕਲ ਕਿਸੇ ਹੋਰ ਤਰ੍ਹਾਂ ਜਾਂਦੇ ਨੇ। ਹੁਣ ਤੂੰ ਕਿਹੜਾ ਕਦੇ ਇਸ ਦੀ ਪੱਗ ਦੀ ਇੱਜ਼ਤ ਕੀਤੀ ਆ? ਖਾਣੀਆਂ ਸਾਹਮਣੇ ਕੁੱਟ ਸਿੱਟਦਾ ਸੀ ਮੁੰਡੇ, ਦੱਸ ਦਿਆ ਮੈਨੂੰ। ਇੱਕ ਦਿਨ ਤਾਂ ਬਾਪੂ ਜੀ ਇਹਨਾਂ ਨੇ ਸਾਰੀ ਕਲਾਸ ਸਾਹਮਣੇ ਕੁੱਟਿਆ, ਮੈਡਮਾਂ ਵੀ ਸੀਗੀਆਂ ਉੱਥੇ ਨਾਲ ਕੁੜੀਆਂ ਵੀ।
ਮੁੰਡਾ ਵੱਡਾ ਹੋ ਗਿਆ ਅਵਤਾਰ ਸਿਆਂ। ਸਿਆਣੇ ਕਹਿੰਦੇ ਆ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਮੇਚ ਆ ਜਾਵੇ ਤਾਂ ਉਹ ਤੇ ਹੱਥ ਨਹੀਂ ਚੱਕਿਆ ਕਰਦੇ, ਸਗੋਂ ਹੱਥ ਮਿਲਾਇਆ ਕਰਦੇ ਆ। ਸਗੋਂ ਬਾਪੂ ਜੀ ਮੇਰੀ ਜੁੱਤੀ ਤਾਂ ਇੱਕ ਨੰਬਰ ਵੱਡੀ ਵੀ ਆ ਇਹਨਾਂ ਨਾਲੋਂ। ਨਾ ਹੁਣ ਤੂੰ ਕੀ ਚਾਹੁੰਦਾ, ਤੇਰੇ ਪੈਰੀ ਹੱਥ ਲਾਇਆ ਕਰੇ। ਨਹੀਂ ਮੈਂ ਐ ਤਾਂ ਨਹੀਂ ਕਿਹਾ। हेलो मैम, कैसी हैं आप? जी ठीक हूँ। कैसे आना हुआ? जी जी दिव्या मुझसे कह रही थी कि आप मुझसे बात करना चाहते हैं। लेकिन वो तो कह रही थी कि आप मुझसे मिलना चाहती हैं। मैंने जानबूझ के कहा था आप दोनों से ऐसा। ओ मैं आपसे कुछ कहना चाहती थी सर। माँ ठीक है, मैंने गलती की, लेकिन मैं एक गलत लड़की नहीं हूँ। तुम बहुत अच्छी लड़की हो दिव्या। गलती करना एक छोटी बात है, लेकिन उसे मानना बहुत बड़ी बात, और तुम्हें वो बात है। I like you. I wish कि लाइफ में मेरी कभी कोई बेटी हो तो बिल्कुल तुम्हारे जैसी हो। साडा किए आपा ता दिन कट्टी जाने आ, साडा किए आपा ता दिन कट्टी जाने आ। ਤੂੰ ਘਰ ਕਿਉਂ ਨਹੀਂ ਜਾਂਦਾ ਤੇ ਸਕੂਲ ਕਿਉਂ ਨਹੀਂ ਆਉਂਦਾ, ਤੂੰ ਕਰ ਕੀ ਰਿਹਾ? ਮੈਂ ਆਉਂਗਾ, ਤੂੰ ਜਾ ਪੈਰੀ। ਇਸ਼ਮੀਤ ਯਾਰ, ਇੱਕ ਸਕੂਲ ਦਾ ਟੂਰਨਾਮੈਂਟ ਹੀ ਮਿਸ ਹੋਇਆ, ਕੋਈ ਦੁਨੀਆ ਥੋੜ੍ਹੀ ਮੁੱਕ ਗਈ ਇੱਥੇ। ਬਾਪੂ ਜੀ ਨੇ ਜਾ ਕੇ ਘੈਂਟੋ ਦੀ ਬੜੀ ਰੇਲ ਬਣਾਈ ਹੈ, ਉਹ 100% ਤੈਨੂੰ ਅਗਲੇ ਟੂਰਨਾਮੈਂਟ ਵਿੱਚ ਚਾਂਸ ਦਊਗੀ। ਤੂੰ ਕ੍ਰਿਕਟ ਖੇਡੇਗਾ ਯਾਰ, ਖੇਡੇਗਾ ਤੂੰ ਕ੍ਰਿਕਟ। ਤੂੰ ਨਸ਼ੇ ਕਰਨਾ, ਤੂੰ ਡਰੈਸ ਲੈਂਦਾ, ਤੂੰ ਚੱਲ ਮੇਰੇ ਨਾਲ ਘਰ ਚੱਲ, ਮੇਰੇ ਨਾਲ ਘਰ ਚੱਲ, ਤੂੰ ਘਰ ਚੱਲ ਮੇਰੇ ਨਾਲ, ਹੁਣੇ ਚੱਲ ਮੇਰੇ ਨਾਲ ਘਰ ਚੱਲ, ਤੂੰ ਜਾ, ਮੈਂ ਕਹਿ ਰਿਹਾ ਮੇਰੇ ਨਾਲ ਘਰ ਚੱਲ। ਪੈਰੀ ਤੂੰ ਸਮਝਿਆ ਕਰ ਯਾਰ, ਪੈਰੀ ਜਾ, ਚੱਲ ਮੇਰੇ ਨਾਲ ਘਰ ਚੱਲ। ਸਾਡੇ ਹਿੱਸੇ ਤੇ ਪੈਸੇ ਕੱਟ ਸਾਲਿਆ, ਯਾਰਾਂ ਨਾਲ ਗੱਦਾਰੀ ਕਰਦਾ, 8000 ਦਾ ਫੋਨ ਸੀ, ਕੱਲਾ ਕਿਵੇਂ ਨਿਕਲ ਜਾਏਗਾ ਤੂੰ, ਕੱਟ ਸਾਡੇ ਹਿੱਸੇ ਤੇ ਪੈਸੇ। ਭਾਈ ਭਾਈ ਉਦਾੜੀ ਆਇਆ ਹੁਣ, ਮੈਂ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਯਾਰ। ਕੌਣ ਹੈ? ਮੇਰਾ ਭਰਾ ਹੈ ਪੈਰੀ, ਤੂੰ ਜਾ ਇੱਥੋਂ। ਕਿਵੇਂ ਚਲਾ ਜਾਊਗਾ ਸਾਡੇ ਰਾਜ ਜਾਣਨ ਵਾਲਾ? ਜਾਂ ਤਾਂ ਸਾਡਾ ਦੋਸਤ ਹੁੰਦਾ ਜਾਂ ਫਿਰ ਸਾਡਾ ਦੁਸ਼ਮਣ, ਜਾਂ ਉਹ ਸਾਡੇ ਨਾਲ ਆਉਂਦਾ ਤੇ ਜਾਂ ਫਿਰ ਇਸ ਦੁਨੀਆ ਤੋਂ ਚਲਾ ਜਾਂਦਾ। ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਆ। ਤੇਰੀ ਇੰਨੀ ਮਤੀ ਕੇ ਕੋਈ ਤੇ ਹੱਥ ਛੱਡ ਦੇ। ਫੜੇ ਰੋਏ ਓਏ ਓਏ ਭਾਈ ਭਾਈ ਪੱਕਾ ਕੇ ਭਾਈ ਇਹ ਜਾ ਭਾਈ ਜਲਦੀ, ਮੇਰੀ ਪੁਲਸਾ ਦੀ ਮੇਰੀ ਪਰਚੀ ਹੈ। ਸਪੀਡ ਸਪੀਡ ਪੈਰੀ ਨੂੰ ਕੋਈ ਨਹੀਂ ਪੁੱਛ ਕੇ ਜਾ, ਤੂੰ ਚੱਲ ਇੱਥੋਂ। ਭਾਈ ਭੱਜ ਜਾ ਯਾਰ, ਜਲਦੀ ਚੱਲ।
ਜਸ ਕੋਈ ਸਫਾਈ ਦੇਣ ਦੀ ਕੋਸ਼ਿਸ਼ ਨਾ ਕਰ। ਅੱਜ ਜੋ ਕੁਛ ਮੇਰੇ ਨਾਲ ਹੋਇਆ ਉਹ ਮੈਂ ਹੀ ਸਮਝ ਸਕਦਾ। ਅੱਜ ਤੱਕ ਲਾਲ ਬੱਤੀ ਕ੍ਰੋਸ ਕਰਨ ਲੱਗਿਆ ਕਦੇ ਸਿਪਾਹੀ ਨੇ ਨਹੀਂ ਮੈਨੂੰ ਰੋਕਿਆ, ਪਰ ਅੱਜ ਥਾਣੇ ਜਾਣਾ ਪਿਆ। ਮੈਂ ਕੁਛ ਨਹੀਂ ਕੀਤਾ ਡੈਡ, ਮੈਂ ਸਿਰਫ ਉੱਥੇ ਇਸ਼ਮੀਤ ਨੂੰ ਬੁਲਾਉਣ ਗਿਆ ਸੀ। ਬਕਵਾਸ ਨਾ ਕਰ, ਉਹਨਾਂ ਰੰਗੇ ਹੱਥੀ ਫੜਿਆ ਤੈਨੂੰ ਡਰੱਗਸ ਨਾਲ, ਸ਼ਕਲ ਦੱਸਦੀ ਹੈ ਤੇਰੀ, ਤੂੰ ਡਰੱਗਸ ਲੈਣੇ। ਪਰ ਇਹ ਜੀ ਤਾਂ ਕੋਈ ਗੱਲ ਨਹੀਂ ਪੁੱਤਰ, ਪੈਰੀ ਮੇਰੇ ਨਾਲ ਸਾਰੀ ਗੱਲ ਖੁੱਲ੍ਹ ਕੇ ਕਰ ਲੈਂਦਾ। ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਮੈਨੂੰ ਪਤਾ ਲੱਗ ਜਾਣਾ ਸੀ। ਤੁਹਾਨੂੰ ਕਿਸੇ ਗੱਲ ਦਾ ਪਤਾ ਹੁੰਦਾ ਤਾਂ ਘੱਟ ਹੀ ਕਹਦੇ ਸੀ ਬਾਪੂ ਜੀ। ਤੁਹਾਨੂੰ ਪਿੰਡੋਂ ਇਸ ਕਰਕੇ ਬੁਲਾਇਆ ਸੀ ਕਿ ਮੈਂ ਘਰੋਂ ਬਾਹਰ ਰਹਿਣਾ, ਪਿੱਛੋਂ ਘਰ ਦੀ ਨਿਗਰਾਨੀ ਕਰਨ ਵਾਲਾ ਕੋਈ ਤਾਂ ਚਾਹੀਦਾ, ਪਰ ਤੁਸੀਂ ਤਾਂ ਬਸ। ਮਾੜਾ ਚੌਕੀਦਾਰ ਸਾਬਤ ਹੋਇਆ ਮੈਂ, ਇਹੀ ਕਹਿਣਾ ਚਾਹੁੰਦਾ ਨਾ ਤੂੰ? ਕਹਿ ਦੇ, ਪਿੰਡਾਂ ਵਿੱਚ ਜਦੋਂ ਵੱਧ ਉਮਰ ਹੰਢਾ ਕੇ ਜਦੋਂ ਮਾਪੇ ਸ਼ਹਿਰ ਆਪਣੇ ਪੁੱਤਰਾਂ ਦੇ ਘਰਾਂ 'ਚ ਰਹਿਣ ਆਉਂਦੇ ਨੇ ਤਾਂ ਬਿਨ ਤਨਖਾਹ ਚੌਕੀਦਾਰਾਂ 'ਚ ਤਾਂ ਕਰਨ ਆਉਂਦੇ ਨੇ, ਕਿਹੜਾ ਕੋਈ ਰਾਜ ਭੋਗਣ ਆਉਂਦੇ ਨੇ। ਪਰ ਮੈਂ ਤਾਂ ਜਦੋਂ ਵੀ ਇਸ ਘਰ ਵਿੱਚ ਆਇਆ ਇਹੀ ਸੋਚ ਕੇ ਆਇਆ ਕਿ ਇਹ ਮੇਰੇ ਪੁੱਤ ਦੀ ਕੋਠੀ ਆ ਤੇ ਮੈਂ ਇਸ ਕੋਠੀ ਦੇ ਮਾਲਕ ਦਾ ਵੀ ਪਿਓ ਆ, ਪਰ ਅੱਜ ਪਤਾ ਲੱਗਿਆ ਕਿ ਮੈਂ ਤਾਂ ਇਸ ਘਰ ਦਾ ਭਈਆ। ਠੀਕ ਹੈ ਪੁੱਤ, ਜੇ ਤੂੰ ਕਹਿਣਾ ਕਿ ਹਮਨੇ ਇਹ ਨੌਕਰੀ ਠੀਕ ਢੰਗ ਸੇ ਨਹੀਂ ਕੀ ਤੋ ਛੋੜ ਦੇਤੇ ਹੈ, ਚਲੇ ਜਾਤੇ ਹੈ ਆਪਣੇ ਗਾਉਂ ਵਾਪਸ। ਬਾਪੂ ਜੀ, ਬਾਪੂ ਜੀ, ਕੁੱਤਿਆ ਤੂੰ ਸਾਰੇ ਸ਼ਹਿਰ ਬਦਨਾਮ ਕਰਤਾ, ਮੈਂ ਤੈਨੂੰ ਪਹਿਲਾਂ ਮੇਰੀ ਮਾਂ ਦੀ ਜ਼ਿੰਦਗੀ ਬਰਬਾਦ ਕੀਤੀ ਤੂੰ, ਫਿਰ ਮੇਰੀ ਜ਼ਿੰਦਗੀ ਬਰਬਾਦ ਕੀਤੀ। ਸਾਡੀ ਦੋਹਾਂ ਜ਼ਿੰਦਗੀਆਂ ਦੀ ਕੀਮਤ ਤੇ ਜਿਸ ਨੂੰ ਇਸ ਘਰ ਵਿੱਚ ਲੈ ਕੇ ਆਇਆ ਘੱਟੋ ਘੱਟ ਉਸ ਨੂੰ ਤਾਂ ਜੀ ਲੈਣ ਦੇ ਚੈਨ ਨਾਲ। ਟਿਕਲ ਜਾ, ਟਿਕਲ ਜਾ ਮੇਰੇ ਘਰੋਂ, ਨਹੀਂ ਤਾਂ ਮੈਂ ਤੈਨੂੰ ਜਾਨੋਂ ਮਾਰ ਦੂੰਗਾ। ਨਹੀਂ ਆਉਂਦਾ, ਅੱਜ ਤੋਂ ਬਾਅਦ ਤੇਰੇ ਘਰ ਨਹੀਂ ਆਉਂਦਾ। ਜਾਣਦਾ ਸਾਰੇ ਨੂੰ ਆਜੂਗਾ, ਆਪੇ ਧੱਕੇ ਧੁੱਕੇ ਖਾ ਗਏ। ਜਿੰਨਾ ਮਰਜ਼ੀ ਜ਼ੋਰ ਲਾ ਲਓ ਬਾਪੂ ਜੀ, ਮੈਂ ਤੁਹਾਨੂੰ ਪਿੰਡ ਨਹੀਂ ਜਾਣ ਦੇਣਾ। ਮੈਂ ਵੀ ਦੇਖੋ, ਮੈਨੂੰ ਇਮੋਸ਼ਨਲ ਨਾ ਕਰੋ, ਮੈਂ ਜਾਣਾ ਹੀ ਜਾਣਾ, ਭਲਾ ਗੱਲ ਹੈ ਕੋਈ? ਅਸੀਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਮੈਂ ਵੀ ਕਮਾਲ ਹੈ, ਜਿਹਦਾ ਘਰ ਆ ਉਹ ਮੈਨੂੰ ਇੱਥੇ ਇੱਕ ਮਿੰਟ ਨਹੀਂ ਦੇਖ ਕੇ ਰਾਜੀ, ਤੇ ਤੁਸੀਂ ਵਿੱਚ ਖਾਮ ਖਾਏ ਵੀ ਚੌਧਰੀ ਬਣੀ ਜਾਂਦੇ ਹੋ। ਇਹੋ ਜਿਹੀ ਕੋਈ ਗੱਲ ਨਹੀਂ ਬਾਪੂ ਜੀ, ਜਸ ਵੀ ਨਹੀਂ ਚਾਹੁੰਦੀ ਕਿ ਤੁਸੀਂ ਇਸ ਤਰ੍ਹਾਂ ਪਿੰਡ ਜਾਓ, ਤੁਹਾਡੇ ਨਾਲ ਲੜਤਾ ਪਏ, ਜਾ ਕੇ ਦੇਖੋ ਕਮਰੇ 'ਚ ਕਿਵੇਂ ਸਿਰ ਸੁੱਟੀ ਬੈਠੇ ਨੇ, ਬਸ ਉਹ ਥੋੜ੍ਹਾ ਪਰੇਸ਼ਾਨ ਨੇ। ਕਿਹੜੀ ਗੱਲੋਂ ਪਰੇਸ਼ਾਨ ਆ, ਪਤਾ ਵੀ ਤਾਂ ਲੱਗੇ
ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਆ। ਜੇ ਹੁਣ ਔਲਾਦ ਪੜ੍ਹਾਈ ਦੇ ਵਿੱਚ ਕਮਜ਼ੋਰ ਰਹਿ ਗਈ ਤਾਂ ਕੀ ਚੱਕ ਕੇ ਉਹਨੂੰ ਖੂਹ ਸੁੱਟਦੀ ਹੈ? ਆਪੇ ਕਿਸੇ ਹੋਰ ਬੰਨੇ ਸੈੱਟ ਹੋ ਜਾਣਗੇ। ਬਸ ਇੰਨੀ ਗੱਲ ਨਹੀਂ ਸਮਝ ਆਉਂਦੀ ਉਹਨੂੰ। ਮੈਂ ਹੈਰਾਨ ਹਾਂ ਇਸ ਗੱਲ ਤੋਂ। ਮੈਂ ਵੀ ਆਹ ਬੜਾ ਖੱਬੀ ਖਾਂ ਸੀ ਪੜ੍ਹਾਈ 'ਚ, ਸੁਣਦਾ ਮੇਰੇ ਕੋਲੋਂ ਤੱਤੇ ਤੱਤੇ ਸਲੋਕ, ਫਿਰ ਵੀ ਲੱਗ ਗਿਆ ਨਾ ਪਤਾ ਨਹੀਂ ਕਿਹੜੇ ਮਹਿਕਮੇ 'ਚ, ਆ ਪਤਾ ਨਹੀਂ ਕਿਹੜਾ ਅਫਸਰ, ਇੱਦਾਂ ਕਿਤੇ ਇਹ ਲੱਗ ਜਾਣਗੇ। ਮੈਂ ਵੀ ਚੁੱਪੇ, ਮੈਂ ਵੀ ਦੇਰ ਲੱਗਦੇ ਮਾਮੇ। ਇਸੇ ਲਈ ਤਾਂ ਕਹਿੰਦੀ ਬਾਪੂ ਜੀ ਕਿ ਤੁਸੀਂ ਘਰ ਛੱਡ ਕੇ ਨਾ ਜਾਓ, ਇਸ ਕਰ ਨੂੰ ਲੋੜ ਹੈ ਤੁਹਾਡੇ ਐਕਸਪੀਰੀਅੰਸ ਦੀ। ਘਰਾਂ ਨੂੰ ਸਦਾ ਹੀ ਬਜ਼ੁਰਗਾਂ ਦੀ ਲੋੜ ਹੁੰਦੀ ਆ ਪੁੱਤ, ਪਰ ਘਰ ਇਹ ਕਿਉਂ ਭੁੱਲ ਜਾਂਦੇ ਆ ਕਿ ਬਜ਼ੁਰਗਾਂ ਨੂੰ ਵੀ ਘਰਾਂ ਦੀ ਲੋੜ ਹੁੰਦੀ ਆ? ਜੇ ਘਰ ਬਜ਼ੁਰਗਾਂ ਨੂੰ ਇਹ ਚੌਕੀਦਾਰ ਸਮਝਣ ਲੱਗ ਪੈਣਗੇ ਤਾਂ ਬਜ਼ੁਰਗਾਂ ਨੂੰ ਫਿਰ ਘਰਾਂ ਨਾਲ ਕੀ? ਇਹੋ ਜਿਹੀ ਕੋਈ ਗੱਲ ਨਹੀਂ ਆ। ਜਿਸ ਨੇ ਗੁੱਸੇ 'ਚ ਕਹਿ ਦਿੱਤਾ ਸਭ ਕੁਛ, ਪਰ ਉਹ ਦਿਲੋਂ ਬਹੁਤ ਪਿਆਰ ਕਰਦੇ ਨੇ ਤੁਹਾਨੂੰ। ਅੱਛਾ, ਕਦੇ ਦਿਖਿਆ ਤਾਂ ਹੈ ਨਹੀਂ। ਉਹਨਾਂ ਨੂੰ ਦਿਖਾਉਣਾ ਨਹੀਂ ਆਉਂਦਾ ਬਾਪੂ ਜੀ, 18 ਸਾਲ ਹੋ ਗਏ ਸਾਡੇ ਵਿਆਹ ਨੂੰ, ਅੱਜ ਤੱਕ ਉਹਨਾਂ ਨੇ ਕਦੇ ਮੈਨੂੰ ਆਈ ਲਵ ਯੂ ਨਹੀਂ ਕਿਹਾ। ਤੁਹਾਨੂੰ ਦੱਸੋ ਕੀ ਪਿਆਰ ਦਿਖਾ ਦੇਣਗੇ। ਯਾਰ ਤੂੰ ਬਾਪੂ, ਤੂੰ ਇੱਕ ਗੱਲ ਦੱਸ, ਤੂੰ ਇਹ ਬੰਦਾ ਕੀ ਖਾ ਕੇ ਜੰਮਿਆ? ਸਹੀ ਗੱਲ ਦੱਸਾਂ ਕਿਹੜਾ, ਮੈਂ ਤੇ ਮੇਰੇ ਭੂਆ ਦੇ ਮੁੰਡੇ ਨੇ ਇੱਕ ਢੀਠ ਜਿਹਾ ਕੁੱਕੜ ਧਰਿਆ। ਮੇਰਾ ਖਿਆਲ 80-90 ਤਾਂ ਸੀਟੀਆਂ ਮਰਵਾਈਆਂ ਹੋਣੀਆਂ ਕੁੱਕੜ ਤੇ, ਪਰ ਮੇਰੇ ਸਾਲੇ ਦਾ ਉਹ ਨਹੀਂ ਗਲਿਆ, ਹਾਰ ਕੇ ਕੱਚਾ ਹੀ ਖਾਧਾ। ਮੈਨੂੰ ਲੱਗਦਾ ਇਹ ਨਲਾਇਕ ਉਸੇ ਦਿਨ ਦੀ ਕਰਤੂਤ। ਸਗੋਂ ਮੋਬਾਈਲ ਤੇ ਚੈਨ ਸਨੈਚਿੰਗ ਕਰਨ ਵਾਲੇ ਗੈਂਗ ਨਾਲ ਤੁਰਿਆ ਫਿਰਦਾ। ਸਿਰਫ ਉਸੇ ਕਰਕੇ ਮੈਨੂੰ ਇੱਕ ਰਾਤ ਪੁਲਿਸ ਥਾਣੇ 'ਚ ਰਹਿਣਾ ਪਿਆ, ਤੇ ਮੇਰੇ ਡੈਡ ਵੇਖਦੇ ਤੱਕ ਨਹੀਂ ਮੇਰੇ ਵੱਲ ਉਸ ਦਿਨ ਤੋਂ ਬਾਅਦ। ਬਟ ਪੈਰੀ, ਹੀ ਇਜ਼ ਯੋਰ ਬੈਸਟ ਫਰੈਂਡ, ਸਾਡਾ ਗਰੁੱਪ ਮੈਂਬਰ ਹੈ ਉਹ, ਜੇ ਅੱਜ ਉਹ ਗਲਤ ਰਸਤੇ ਤੇ ਜਾ ਰਿਹਾ ਤਾਂ ਉਸਨੂੰ ਸਮਝਾਉਣਾ ਸਾਡਾ ਫਰਜ਼ ਹੈ। ਨਹੀਂ ਸਮਝਦਾ ਉਹ, ਨਹੀਂ ਸਮਝਦਾ, ਨਸ਼ੇ ਨੇ ਦਿਮਾਗ ਖਰਾਬ ਕਰਤਾ ਉਸਦਾ। ਸੋਰੀ, ਮੈਂ ਉਸਦੇ ਲਈ ਕੁਛ ਨਹੀਂ ਕਰ ਸਕਦਾ। ਕੋਈ ਨਹੀਂ, ਤਾਜ਼ਾ ਤਾਜ਼ਾ ਥਾਣੇ 'ਚ ਕੇ ਆਇਆ ਨਾ ਤਾਂ ਹੀ ਸਿਆਣਾ ਬੰਦਾ, 2-4 ਦਿਨ 'ਚ ਅਗਲ ਟਿਕਾਣੇ ਆਜੂ, ਫਿਰ ਆਪੇ ਬਣ ਜੂ ਸਟੂਪਿਡ। ਤੂੰ ਇੱਥੇ ਕੀ ਲੈਣ ਆਇਆ? ਇੱਧਰ ਦੀ ਲੰਘਦਾ ਸੀ, ਮਿਲਣ ਨੂੰ ਜੀ ਕਰ ਰਿਹਾ। ਆਂਟੀ ਤੇ ਕੀਰਤੀ ਕਿਵੇਂ ਆ? ਸਾਰੇ ਠੀਕ ਨੇ, ਤੂੰ ਜਾ ਇੱਥੋਂ। ਪੈਰੀ, ਤੇਰੇ ਕੋਲ ਥੋੜੇ ਜਿਹੇ ਪੈਸੇ ਹੈਗੇ ਆ? ਪੈਸੇ ਕਦ ਲਈ? ਕਦ ਲਈ?
ਡਰੱਗਸ ਲੈਣ ਲਈ। ਤੂੰ ਆਪਣੀ ਲਾਈਫ ਬਰਬਾਦ ਕਰ ਰਿਹਾ ਅਸ਼ਮੀਤ। ਮੇਰੀ ਲਾਈਫ ਤਾਂ ਪਹਿਲਾਂ ਹੀ ਬਰਬਾਦ ਹੈ, ਕੋਈ ਲਾਈਫ ਨਹੀਂ ਹੈ ਮੇਰੀ। ਮੈਂ ਮੰਨਦਾ ਪੈਰੀ ਕਿ ਮੇਰੇ ਤੋਂ ਕੁਝ ਗਲਤੀਆਂ ਹੋਈਆਂ, ਪਰ ਮੈਂ ਉਹਨਾਂ ਨੂੰ ਸੁਧਾਰ ਲਊਂਗਾ। ਮੈਨੂੰ ਕੁਝ ਪੈਸੇ ਦੇ ਦੇ, ਮੈਂ ਡੀਕੇ ਨੂੰ ਦੇਣੇ ਨੇ, ਫਿਰ ਉਹ ਮੇਰਾ ਖੇੜਾ ਛੱਡ ਦੇਣਗੇ। ਮੈਂ ਤੈਨੂੰ ਮੋੜ ਦੂੰਗਾ ਯਾਰ। ਥੈਂਕ ਯੂ ਪੈਰੀ, ਮੈਨੂੰ ਪਤਾ ਸੀ ਤੂੰ ਮੈਨੂੰ ਨਾ ਨਹੀਂ ਕਰੇਗਾ। ਮੈਂ ਆਂਟੀ ਤੇ ਕੀਰਤੀ ਨੂੰ ਮਿਲਣਾ। ਨੋ, ਤੂੰ ਮੇਰੇ ਘਰ ਕਦੇ ਨਹੀਂ ਆਉਣਾ। ਤੇਰਾ ਇਸ ਘਰ ਨਾਲ ਕੋਈ ਰਿਸ਼ਤਾ ਨਹੀਂ ਬਚਿਆ। ਮੇਰਾ ਤਾਂ ਯਾਰਾ, ਕਿਸੇ ਘਰ ਨਾਲ ਕੋਈ ਰਿਸ਼ਤਾ ਨਹੀਂ ਬਚਿਆ। ਸਾਲੇ ਮਿਡਲ ਕਲਾਸ ਲੋਕ ਕਿੱਦਾਂ ਰਿਜ਼ਲਟ ਪਿੱਛੇ ਨੱਸਦੇ ਆ। ਕੋਈ ਪੁੱਛਣ ਵਾਲਾ ਹੋਵੇ, ਪੜ੍ਹ ਕੇ ਕਿਹੜਾ ਭਾਰ ਢਾਲੋਂਗੇ? ਕੀ ਫਰਕ ਪੈਂਦਾ ਹੈ ਕੋਈ ਫੇਲ ਹੈ ਜਾਂ ਪਾਸ, ਨੰਬਰ ਘੱਟ ਹੈ ਜਾਂ ਵੱਧ, ਇਹ ਸਭ ਦੁਨਿਆਵੀ ਗੱਲਾਂ ਨੇ। ਅਸਲੀ ਗੱਲ ਤਾਂ ਹੈ ਉਹ ਪਰਮਾਤਮਾ। ਮੈਨੂੰ ਸਮਝ ਨਹੀਂ ਲੱਗਦੀ, ਇਹ ਸਕੂਲ ਬਣਾਏ ਕਿਸ ਨੇ? ਸਾਲੇ ਖੁਦ ਤੋਂ ਮਰ ਗਏ, ਛੋੜ ਗਏ ਹਮਾਰੇ ਲਈ ਮੁਸੀਬਤ। ਪਰ ਰਿਜ਼ਲਟ ਤਾਂ ਦੇਖਣਾ ਹੀ ਪੈਣਾ, ਘਰ ਜਾ ਕੇ ਵੀ ਕੁਝ ਦੱਸਣਾ। ਚੱਲ ਉਹਦੇ ਦੇਖ ਕਰ ਆ ਤੂੰ। ਦੇਖਣਾ ਕਿਆ ਹੈ, ਮੈਂ ਵੈਸੇ ਹੀ ਬਤਾ ਦਿੱਤਾ ਹੂੰ। ਤੂੰ ਦਿਵਿਆ, ਮੈਂ ਔਰ ਸਾਹਿਬ ਪਾਸ, ਪੈਰੀ ਔਰ ਅਸ਼ਮੀਤ ਫੇਲ, ਤੇਰੀ ਔਰ ਸੈਵੀ ਕੇ ਚਾਂਸ 50-50। ਤੇ ਈਸ਼ਾ, ਵੋ ਤੇਰੇ ਲਈ ਪਾਸ ਹੈ ਔਰ ਤੂੰ ਉਸਕੇ ਲਈ ਫੇਲ, ਓਕੇ? ਮੈਂ ਕਿਉਂ ਦੇਖੂ, ਖੁਦ ਆ ਕੇ ਦੇਖ ਲੋ। ਭਾਈ ਵੇ ਪਤਾਸਿਆ ਹਰੂ ਪਿੰਜ ਦੇ, ਭਾਈ ਵੇ ਪਤਾਸਿਆ ਹਰੂ ਪਿੰਜ ਦੇ, ਮੇਰੀ ਸੱਸ ਭਰ ਮਾਹ ਦੀ ਮਾਹਰੀ ਪਤਾਸਿਆ। ਹਾਏ ਨੀ ਗੋਵਿੰਦੀਏ ਰੱਖ ਜਿਗਰਾ, ਹਾਏ ਨੀ ਗੋਵਿੰਦੀਏ ਰੱਖ ਜਿਗਰਾ, ਮੈਂ ਜਾਵਾਂ ਬਲਹਾਰੀ ਗੋਵਿੰਦੀਏ ਹਉ। ਭਾਈ ਵੇ ਬਾਪੂ, 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 ਬਾਪੂ ਯਾਰ ਪੰਗਾ ਪੈ ਗਿਆ, ਪੰਗਾ ਪੈ ਗਿਆ ਬਾਪੂ ਯਾਰ। ਬੇਟੇ ਪੰਗਾ ਤਾਂ ਉਸੇ ਦਿਨ ਪੈ ਗਿਆ ਸੀ ਜਿਸ ਦਿਨ ਤੂੰ ਜੰਮਿਆ ਸੀ, ਅੱਜ ਕੀ ਹੋਇਆ? ਬਾਪੂ ਮੇਰੇ ਸਕੂਲ ਦਾ ਰਿਜ਼ਲਟ ਹੈ ਤੇ ਉਹਨਾਂ ਮੈਨੂੰ ਫੇਲ ਕਰਤਾ। ਐਂ ਕਿਵੇਂ ਫੇਲ ਕਰਤਾ ਯਾਰ? ਸ਼ਰੇਆਮ ਤੱਕਾ, ਮੈਂ ਪੜ੍ਹਿਆ ਨਹੀਂ ਤੇ ਉਹਨਾਂ ਮੈਨੂੰ ਫੇਲ ਕਰਤਾ। ਇੰਨੀ ਨਿੱਕੀ ਜਿਹੀ ਗੱਲ ਪਿੱਛੇ ਫੇਲ ਕਰਤਾ? ਬੜੇ ਕਮੀਨੇ ਆ ਯਾਰ ਤੇਰੇ ਸਕੂਲ ਵਾਲੇ। ਹੋਰ ਕੀ, ਮਾਰਾ ਸਾਲੇ ਦੇ ਚਪੇੜ ਰੱਖ ਕੇ ਪੜ੍ਹਿਆ ਆਪ ਨਹੀਂ ਤੇ ਕਮੀਨੇ ਸਕੂਲ ਵਾਲੇ ਹੋ ਗਏ। ਬਾਪੂ ਯਾਰ ਚਪੇੜਾਂ ਛੱਤ ਕੇ ਕੁਸੁੰਨ ਫੇਲ ਲਈ, ਪਰ ਡੈਡੀ ਦਾ ਕੁਛ ਕਰ ਬਾਪੂ, ਡੈਡੀ ਦਾ ਕੁਛ ਕਰ, ਉਹਨੇ ਤਾਂ ਮੇਰੇ ਫੱਟੇ ਚੱਕ ਦੇਣੇ ਆ। ਤੇ ਮੈਂ ਕਿਉਂ ਪੁੱਤਰੇ ਸਾਹ ਅੱਗੇ ਆਪਣਾ ਸਿਰਡਾ ਹਾਂ? ਉਹ ਤਾਂ ਅੱਗੇ ਹਰ ਵੇਲੇ ਸਿੰਘਾਂ ਤੇ ਟੋਪੀਆਂ ਚੜ੍ਹਾਈ ਰੱਖਦਾ, ਮੈਂ ਆਪਣੇ ਫੱਟੇ ਚੁਕਾਉਣੇ ਆ। ਤੂੰ ਆਪਣੀ ਮਾਂ ਨਾਲ ਗੱਲ ਕਰ। ਉਹਨੇ ਕਿਹੜਾ ਕਠਪੁੱਤਰ ਨਾ,
ਮੇਰਾ ਰਿਪੋਰਟ ਕਾਰਡ ਵੇਖ ਕੇ ਚੀਕਣ ਲੱਗ ਪੈਣਾ। ਪੈਰੀ ਤੂੰ ਫੇਲ ਹੋ ਗਿਆ? ਹਾਂ ਸੁਣਿਆ ਤੇ ਮੈਂ ਵੀ ਇਹੀ ਹੈ। ਨੂੰ ਸ਼ਰਮ ਨਹੀਂ ਆਉਂਦੀ ਬੋਲਦੇ ਨੇ ਤੈਨੂੰ? ਆਉਂਦੀ ਹੈ ਪਰ ਮੇਰੀ ਬੂਥੀ ਵੇਖ ਕੇ ਉਹ ਵਾਪਸ ਮੁੜ ਜਾਂਦੀ ਹੈ। ਇੱਕ ਚਪੇੜ ਮਾਨੀ ਖਿੱਚ ਕੇ ਤੇਰੇ ਮੈਂ। ਮੇਰੀ ਗਲਤੀ ਹੈ ਸਾਰੀ, ਮੇਰੇ ਲਾੜ ਪਿਆਰ ਨੇ ਤੈਨੂੰ ਵਿਗਾੜ ਕੇ ਰੱਖ ਦਿੱਤਾ। ਮੈਂ ਕਿਹੜਾ ਮੂੰਹ ਦਿਖਾਉਂਗੀ ਤੇਰੇ ਪਿਆਰ ਨੂੰ ਮੈਂ ਹੁਣ? ਅੱਛਾ ਤੇਰੇ ਕੋਲ ਕੋਈ ਹੋਰ ਮੂਵੀ ਹੈਗਾ? ਸਟੂਪਿਡ ਇਡੀਅਟ। ਮੰਮੀ ਕੀ ਹੋਇਆ ਕੀ ਹੋਇਆ ਕੀ ਹੋਇਆ, ਤੁਸੀਂ ਰੋ ਕਿਉਂ ਰਹੇ ਹੋ? ਉਹ ਕੀਰਤੀ ਪੁੱਤਰ ਕੀ ਦੱਸੀਏ, ਪੈਰੀ ਦਾ ਅੱਜ ਰਿਜ਼ਲਟ ਆਇਆ, ਕਮੀਨਾ ਫੇਲ ਹੋ ਗਿਆ। ਲੈ ਇਸ ਚ ਕਿਹੜਾ ਵੱਡੀ ਗੱਲ ਹੈ, ਇਹ ਤਾਂ ਹੋਣਾ ਹੀ ਸੀ। ਆਈ ਐਮ ਪ੍ਰਾਊਡ ਆਫ ਯੂ ਮਾਈ ਬ੍ਰਦਰ। ਥੈਂਕ ਯੂ ਥੈਂਕ ਯੂ। ਅਮਨ ਪੁੱਤਰ ਤੂੰ ਕਿਉਂ ਟੈਨਸ਼ਨ ਲੈਣੀ ਆ, ਐਡਾ ਕੀ ਪਹਾੜ ਡਿੱਗ ਪਿਆ ਜੇ ਇੱਕ ਸਾਲ ਫੇਲ ਹੋ ਗਿਆ? ਹੁਣ ਤੂੰ ਦੂਰ ਕਾਹਨੂੰ ਜਾਂਦੀ ਆ, ਮੇਰੇ ਵੱਲ ਵੇਖ ਲੈ। ਮੈਂ 8ਵੀਂ ਚ ਟਕਾ ਕੇ 3 ਵਾਰੀ ਫੇਲ ਹੋਇਆ, ਤਾਂ ਕਿਤੇ ਜਾ ਕੇ 4ਵੀਂ ਵਾਰੀ ਫੇਰ ਨਹੀਂ ਪਾਸ ਹੋਇਆ। ਮੇਰਾ ਕੀ ਗੱਡਾ ਫਸ ਗਿਆ? ਲੱਗਦੇ ਪਾਪਾ ਆ ਗਏ। ਇਸ਼ਮੀਰ ਇਹ ਕਿੱਥੇ ਜਾ ਰਿਹਾ ਹੈ? ਔਰ ਚੱਲ ਕੈਸੇ ਰਿਹਾ ਹੈ? ਤੈਨੂੰ ਸਮਥਿੰਗ ਇਜ਼ ਰੋਂਗ ਵਿਦ ਹਿਮ। ਗਰਲਸ ਕਹਾਂ ਜਾ ਰਹੇ ਹੋ? ਸਕੂਲ ਬੰਦ ਹੋ ਗਿਆ ਹੈ। ਆ ਰਹੇ ਹਾਂ। ਇਸ ਸਾਲਾ ਪੜ੍ਹਾਈ ਵਾਲਾ ਸਿਸਟਮ ਵੀ ਨਾ ਬਾਹਲਾ ਨਿਕੰਮਾ। ਅੱਜ ਸਾਰਾ ਸਾਲ ਜਵਾਕਾਂ ਨੂੰ ਰੱਟੇ ਲਵਾਈ ਜਾਣਗੇ ਤੇ ਫਿਰ ਅਖੀਰ ਤੇ ਕਹਿ ਦੇਣਗੇ ਲਓ ਜੀ ਤੁਹਾਡੇ ਕੋਲ 3 ਘੰਟੇ ਆ, ਚਾਹੇ ਇਹਦੇ 'ਚ ਆਰ ਹੋ ਜਾਓ ਤੇ ਚਾਹੇ ਪਾਰ ਹੋ ਜਾਓ। ਇਹ ਸਾਲੀ ਜੂਏ ਵਾਲੀ ਗੱਲ ਨਾ ਹੋਈ ਤਾਂ ਹੋਰ ਕੀ ਹੋਈ? ਮੈਨੂੰ ਇਸ ਕੋਲੋਂ ਨਾ ਕੋਈ ਉਮੀਦ ਸੀ ਨਾ ਹੈ, ਇਸ ਲਈ ਬਾਪੂ ਜੀ ਇਹ ਫੇਲ ਹੋਵੇ ਜਾਂ ਪਾਸ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਨਹੀਂ ਜੈਸ, ਪੈਰੀ ਨੇ ਪ੍ਰੋਮਿਸ ਕੀਤਾ ਕਿ ਇਸ ਸਾਲੇ ਪੂਰਾ ਮਨ ਲਗਾ ਕੇ ਪੜ੍ਹਾਈ ਕਰੂਗਾ ਤੇ ਨਾਲੇ ਸਾਇੰਸ ਹੀ ਰੱਖੂਗਾ। ਆਈ ਐਮ ਸੌਰੀ ਮੰਮੀ, ਪਰ ਮੈਂ ਇਹੋ ਜਿਹਾ ਕੋਈ ਪ੍ਰੋਮਿਸ ਨਹੀਂ ਕਰ ਸਕਦਾ। ਮੇਰਾ ਸਾਇੰਸ ਵਿੱਚ ਕੋਈ ਇੰਟਰਸਟ ਨਹੀਂ ਹੈ, ਮੈਂ ਨਹੀਂ ਕਰ ਸਕਦਾ ਉਹ। ਮੇਰਾ ਇੰਟਰਸਟ ਸਿਰਫ ਤੇ ਸਿਰਫ ਮਿਊਜ਼ਿਕ ਵਿੱਚ ਹੈ, ਸਿਰਫ ਮਿਊਜ਼ਿਕ ਵਿੱਚ। ਜੇ ਤੁਸੀਂ ਜ਼ਬਰਦਸਤੀ ਕਰੋਗੇ ਤਾਂ ਤਨਵੀਰ ਯਹੀ ਤੋਂ ਆਇਆ ਤਾਂ ਕਹਾਂ ਚਲਾ ਗਿਆ, ਲੱਗਾ ਛੱਤ ਤੇ ਗਿਆ ਹੋਣਾ। ਤੁਸੀਂ ਇਹ ਕੀ ਕਰ ਰਹੇ ਹੋ ਜਸ? ਹੁਣ ਉਹ ਕੋਈ ਬੱਚਾ ਨਹੀਂ ਹੈ। ਇਹ ਕੁਛ ਵੀ ਨਹੀਂ ਹੈ, ਕੋਈ ਮਤਲਬ ਨਹੀਂ ਇਸਦਾ ਮੇਰੇ ਘਰ 'ਚ। ਮੇਰੇ ਸਾਰੇ ਸੁਪਨੇ ਤੋੜ ਕੇ ਰੱਖ ਦਿੱਤੇ ਇਸਨੇ। ਕੀ ਕਰ ਰਹੇ ਹੋ ਜਸ? ਜਸ ਕਰ ਕੀ ਰਹੇ ਹੋ ਤੁਸੀਂ? ਜਸ 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 ਸੁਣ ਤਾਂ ਸਹੀ। ਜਸ ਤੁਹਾਨੂੰ ਸਿਰਫ ਆਪਣੇ ਸੁਪਨਿਆਂ ਦੀ ਫਿਕਰ ਹੈ ਜਸ, ਕਦੇ ਵੀ ਸੋਚਿਆ ਕਿ ਦੂਜਿਆਂ ਦੇ ਵੀ ਆਪਣੇ ਕੁਝ ਸੁਪਨੇ ਹੁੰਦੇ ਨੇ? ਇਸ ਘਰ ਵਿੱਚ ਰਹਿੰਦੇ ਕਿੰਨੇ ਲੋਕਾਂ ਦੇ ਕਿੰਨੇ ਸੁਪਨਿਆਂ ਨੂੰ ਤੋੜਿਆ, ਇਸ ਗੱਲ ਦਾ ਅਹਿਸਾਸ ਵੀ ਹੈ ਤੁਹਾਨੂੰ? Oh!
ਸ਼ੋਰ ਮਚਾਇਆ, ਸੋਣ ਵੀ ਨਹੀਂ ਦਿੰਦੇ ਅੱਧਾ ਘੰਟਾ ਆਰਾਮ ਨਾਲ ਯਾਰ। ਤੇ ਤੂੰ ਅੰਦਰ ਸੁੱਤਾ ਪਿਆ ਸੀ, ਕਮੀਨਿਆਂ ਸਾਡੀ ਤਾਂ ਜਾਣ ਹੀ ਕਰਦੀ ਸੀ ਤੈਂ। ਬੱਚੇ ਦੇ ਪੇਰੈਂਟਸ ਨੂੰ ਬੁਲਾ ਲਓ। ਹੀ ਇਜ਼ ਡੈਡ। ਇਸ਼ਮੀਤ ਇਸ਼ਮੀਤ ਹੀ ਇਜ਼ ਡੈਡ। ਨੋ ਨੋ, ਤੂੰ ਮੇਰੇ ਘਰ ਕਦੇ ਨਹੀਂ ਆਉਂਦਾ। ਹੀ ਇਜ਼ ਡੈਡ। ਨੋ ਨੋ, ਤੂੰ ਮੇਰੇ ਘਰ ਕਦੇ ਨਹੀਂ ਆਉਂਦਾ। ਹੀ ਇਜ਼ ਡੈਡ। He's dead. Oh, my God.
ਚੱਲ ਪੁੱਤ ਘਰ ਚੱਲੀਏ। ਤੁਹਾਨੂੰ ਪਤਾ ਬਾਪੂ ਜੀ, ਅਕਸਰ ਸ਼ਾਮ ਨੂੰ ਜਦ ਮੈਂ ਇਸ਼ਮੀਤ ਨੂੰ ਲੱਭਣ ਜਾਂਦਾ ਤਾਂ ਮੈਂ ਉਹਨੂੰ ਇਹੀ ਕਹਿੰਦਾ, ਚੱਲ ਇਸ਼ਮੀਤ ਯਾਰ ਘਰ ਚੱਲੀਏ, ਯਾਰ ਚੱਲ ਚੱਲਦੇ ਹਾਂ ਘਰ। ਅਤੇ ਅੱਗੋਂ ਉਹ ਕਹਿੰਦਾ ਕਿ ਮੇਰਾ ਘਰ ਜਾਣ ਨੂੰ ਜੀ ਨਹੀਂ ਕਰਦਾ, ਮੇਰਾ ਵੀ ਘਰ ਜਾਣ ਨੂੰ ਜੀ ਨਹੀਂ ਕਰਦਾ ਬਾਪੂ ਜੀ। ਹਾਂ ਪੁੱਤ, ਕਦੇ ਕਦੇ ਘਰ ਸੱਚਮੁੱਚ ਇਹੋ ਜਿਹੇ ਹੋ ਜਾਂਦੇ ਆ ਜਿੱਥੇ ਰਹਿਣ ਨੂੰ ਜੀ ਨਹੀਂ ਕਰਦਾ, ਪਰ ਰਹਿਣਾ ਤਾਂ ਆਖਿਰ ਇਹਨਾਂ ਘਰਾਂ ਵਿੱਚ ਹੀ ਪੈਣਾ ਪੁੱਤ। ਇੰਜ ਨਾਰਾਜ਼ ਹੋ ਕੇ ਮਰਨ ਮਾਰਨ 'ਤੇ ਉੱਤਰ ਆਉਣਾ, ਇਹ ਵੀ ਤਾਂ ਕੋਈ ਮੁਸ਼ਕਲ ਦਾ ਹੱਲ ਨਾ ਹੋਇਆ। ਸਗੋਂ ਜੀਓ, ਡਟ ਕੇ ਜੀਓ, ਬਦਲਦੇ ਹੋਏ ਘਰਾਂ 'ਤੇ ਪੜ੍ਹਾਈਆਂ ਦਾ ਸਿਸਟਮ, ਜਿੱਥੇ ਬੰਦੇ ਦੇ ਅਸਲੀ ਗੁਣਾਂ ਦੀ ਕਦਰ ਨਹੀਂ ਪੈਂਦੀ, ਸਿਰਫ ਅਤੇ ਸਿਰਫ ਨੰਬਰਾਂ ਦਾ ਮੁੱਲ ਪੈਂਦਾ। ਚੱਲ ਮੇਰਾ ਪੁੱਤਰ, ਚੱਲ ਘਰ, ਚੱਲ ਘਰ, ਚੱਲ ਮੇਰਾ ਪੁੱਤਰ।
दस्तक ना पावे मैं ही सुता होश ना मैनू तू आवे ते मुड़ जावे तू आवे ते मुड़ जावे पर हुण मैं जान लिया तेरा रूप पछाण लिया जिस पल तेरी समझ पवे मैं ओ पल रज के मान लिया खुद जीना ते जीवन दे ए जीवन दा गीत है ए गीत है ए जीवन दा गीत है ए गीत है आई एम सॉरी जस मेरी गलती सी मेरे लाड़ प्यार ने उन्हें इन्ना बिगाड़ दिता कि वह बदतमीज हो गया ਉਹ ਵੱਡਾ ਹੋ ਗਿਆ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਸਦਾ ਬੱਚਾ ਹੀ ਲੱਗਦਾ ਰਿਹਾ ਮਾਂ ਸੀ ਨਾ ਪਰ ਹੁਣ ਮੈਨੂੰ ਲੱਗਦਾ ਮੈਂ ਗਲਤ ਸੀ ਤੇ ਜੇ ਤੂੰ ਉਦੋਂ ਗਲਤ ਸੀ ਮਾਫ ਕਰੀ ਪੁੱਤਰ ਠੀਕ ਤੂੰ ਹੁਣ ਵੀ ਨਹੀਂ ਜਵਾਕ ਤਾਂ ਉਹੋ ਜਿਹੇ ਹੁੰਦੇ ਆ ਜਿਹੋ ਜਿਹੇ ਉਹ ਹੁੰਦੇ ਆ ਜੇ ਉਹ ਸਾਡੇ ਮੁਤਾਬਕ ਨਹੀਂ ਚੱਲਦੇ ਤਾਂ ਸਾਨੂੰ ਗਲਤ ਲੱਗਣ ਲੱਗ ਪੈਂਦੇ ਆ ਨਹੀਂ ਬਾਪੂ ਜੀ ਗਲਤੀ ਮੇਰੀ ਹੈ ਇਹ ਘਰ ਸਦਾ ਮੇਰੇ ਕਰਕੇ ਡਿਸਟਰਬ ਰਿਹਾ ਹੈ ਆਈ ਐਮ ਦੀ ਪ੍ਰੋਬਲਮ ਬੋਏ I'm sorry, Dad. I'm really sorry. ਅੱਜ ਤੋਂ ਬਾਅਦ ਮੈਂ ਮਨ ਲਾ ਕੇ ਪੜ੍ਹੂੰਗਾ ਅਤੇ ਉਹੀ ਸਬਜੈਕਟਸ ਪੜ੍ਹੂੰਗਾ ਜੋ ਤੁਸੀਂ ਕਹੋਗੇ ਨਹੀਂ ਪੈਰੀ ਅੱਜ ਤੋਂ ਬਾਅਦ ਤੂੰ ਉਹੀ ਪੜ੍ਹੇਗਾ ਜੋ ਤੂੰ ਪੜ੍ਹਨਾ ਚਾਹੁੰਦਾ ਹੈ ਪਹਿਲਾਂ ਮੈਨੂੰ ਲੱਗਦਾ ਸੀ ਕਿ ਤੂੰ ਬਹੁਤ ਛੋਟਾ ਹੈ ਇਸ ਲਈ ਤੈਨੂੰ ਉਹੀ ਕਰਨਾ ਚਾਹੀਦਾ ਹੈ ਜੋ ਮੈਂ ਤੈਨੂੰ ਕਰਨ ਲਈ ਕਹਿ ਰਿਹਾ ਪਰ ਅੱਜ ਪਤਾ ਲੱਗਿਆ ਵੱਡਾ ਹੋਣ ਨਾਲ ਕੁਝ ਵੀ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਹੋਣੀ ਚਾਹੀਦੀ ਹੈ ਕਿੰਨੀ ਛੋਟੀ ਸੋਚ ਸੀ ਮੇਰੀ ਬਾਹਰੋਂ ਇੱਧਰੋਂ ਉੱਧਰੋਂ ਗੱਲਾਂ ਸੁਣ ਕੇ ਮੈਂ ਤੇਰੇ ਲਈ ਇੰਨੀ ਨੈਗੇਟਿਵ ਸੋਚ ਬਣਾ ਲਈ ਸੀ ਕਿ ਮੈਨੂੰ ਤੇਰੇ ਵਿੱਚੋਂ ਕੁਝ ਚੰਗਾ ਨਜ਼ਰ ਆਉਣਾ ਹੀ ਬੰਦ ਹੋ ਗਿਆ ਸਾਰਾ ਸ਼ਹਿਰ ਤੇਰੇ ਟੀਚਰਸ ਤੇਰੇ ਫਰੈਂਡਸ
ਤੇਰੀ ਗਾਇਕੀ ਦੀ ਇੰਨੀ ਤਾਰੀਫ ਕਰਦੇ, ਪਰ ਮੈਂ ਤੇਰੇ ਨਾਲ ਇੱਕ ਘਰ ਵਿੱਚ ਰਹਿ ਕੇ ਵੀ ਤੇਰਾ ਕੋਈ ਗੀਤ ਨਹੀਂ ਸੁਣ ਸਕਿਆ। ਤੇਰੇ ਕਰਕੇ ਨਹੀਂ, ਇਹ ਘਰ ਮੇਰੀ ਛੋਟੀ ਸੋਚ ਕਰਕੇ ਡਿਸਟਰਬ ਰਿਹਾ ਹੁਣ ਤੱਕ, ਤੂੰ ਨਹੀਂ, ਮੈਂ ਸੌਰੀ ਹਾਂ ਤੇਰੇ ਕੋਲ। ਮੈਂ ਬਾਬਾ ਜੀ ਵੱਲ ਹੱਥ ਕਰਕੇ ਕਹਿੰਦਾ, ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਨਹੀਂ ਮਾਰਾਂਗਾ, ਕਦੇ ਨਹੀਂ ਮਾਰਾਂਗਾ। ਮੈਂ ਵੀ ਪ੍ਰੋਮਿਸ ਕਰਦਾ ਡੈਡੀ, ਕੇਸ ਰੱਖੂੰਗਾ ਤੇ ਨਾਲੇ ਪੱਗ ਬੰਨੂੰਗਾ। ਬਹੁਤ ਨਿੱਕਾ ਸਾ, ਜਦੋਂ ਤੇਰੀ ਭੂਆ ਨੂੰ ਕੁਝ ਗੁੰਡੇ ਚੁੱਕ ਕੇ ਲੈ ਗਏ ਸਨ, ਫਿਰ ਕਦੇ ਨਹੀਂ ਮੁੜੀ ਉਹ। ਇੱਕ ਡਰ ਜਿਹਾ ਬੈਠ ਗਿਆ ਸੀ ਮੇਰੇ ਮਨ ਅੰਦਰ ਕਿ ਜਦੋਂ ਤੱਕ ਦੇਸ਼ ਦੀਆਂ ਸੜਕਾਂ ਹੀ ਸੇਫ ਨਹੀਂ ਕੁੜੀਆਂ ਵਾਸਤੇ, ਤਾਂ ਕੁੜੀਆਂ ਜੰਮਣੀਆਂ ਨਹੀਂ ਚਾਹੀਦੀਆਂ। ਇਸੇ ਕਰਕੇ ਮੈਂ ਤੇਰੀ ਮਾਂ ਦੀ ਸਕੈਨਿੰਗ ਕਰਵਾਈ ਸੀ ਅਤੇ ਮਾਰ ਦੇਣ ਦੀ ਕੋਸ਼ਿਸ਼ ਕੀਤੀ ਸੀ ਤੈਨੂੰ ਕੁੱਖ ਅੰਦਰ। ਕ੍ਰਿਸ਼ਨ, ਹੁਣ 2 ਹਫ਼ਤੇ ਤੱਕ ਕੋਈ ਪ੍ਰੋਗਰਾਮ ਨਾ ਬਣਾਈ। ਮੈਂ 2 ਹਫ਼ਤੇ ਲਈ ਫੈਮਿਲੀ ਟੂਰ 'ਤੇ ਜਾ ਰਿਹਾ, ਮੋਰੀਸ਼ੀਅਸ। ਹਾਂ, ਬਿਜ਼ਨਸ ਕਲਾਸ ਦੀਆਂ 3 ਟਿਕਟਾਂ ਬੁੱਕ ਕਰਵਾ ਦੀ ਸਵੇਰੇ ਹੀ। ਕੀ ਹੋਇਆ, ਤੁਹਾਡੀ ਤਬੀਅਤ ਤਾਂ ਠੀਕ ਹੈ? ਤੂੰ ਪਾਸ ਹੋਇਆ ਯਾਰ, ਮਾੜੀ ਮੋਟੀ ਗੱਲ ਹੈ। ਤੂੰ ਮਿਊਜ਼ਿਕ ਪੜ੍ਹਨਾ ਚਾਹੁੰਦਾ ਨਾ, ਮੈਨੂੰ ਕੋਈ ਇਤਰਾਜ਼ ਨਹੀਂ। ਐਕਚੁਅਲੀ ਤੁਹਾਰੇ ਜੋ ਕੰਪਿਊਟਰ ਕੀ ਦੁਨੀਆ ਹੈ ਨਾ, ਇਹ ਨਹੀਂ ਹੈ, ਹਮੇ ਸਮਝ ਹੀ ਲੇਟ ਆਤੀ ਹੈ। ਤੂੰ ਜੋ ਕਰਨਾ ਚਾਹੁੰਦਾ ਹੈ ਨਾ ਬੇਟੇ, ਕਰ। ਬਸ ਪਾ ਫੋਨ ਦੇ ਨਾਤੇ ਇੰਨਾ ਜ਼ਰੂਰ ਚਾਹਾਂਗਾ ਕਿ ਤੂੰ ਜਿਸ ਵੀ ਲਾਈਨ ਵਿੱਚ ਜਾਵੇਂ, ਖੂਬ ਤਰੱਕੀ ਕਰੇ, ਤਾਂ ਕਿ ਸਾਬਤ ਕਰ ਦੇਵੇ ਕਿ ਲੜਕੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਯਹੀ ਸਾਬਤ ਕਰਨੇ ਕੇ ਲਈ ਸੀਨੇ ਸੇ ਲਗਾ ਕਰ ਪਾਲਾ ਹੈ ਮੈਨੇ ਤੁਮੇ, ਪਹਿਲੇ ਕੁਛ ਬਣ ਕੇ ਦਿਖਾ। ਪਾਪਾ, 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 ਹਮਾਰਾ ਜੀ ਆਜ ਕਾ ਫੰਕਸ਼ਨ ਸਮਰਪਿਤ ਹੈ ਹਮਾਰੇ ਇੱਕ ਬਹੁਤ ਹੀ ਹੋਨਹਾਰ ਵਿਦਿਆਰਥੀ ਔਰ ਕ੍ਰਿਕਟ ਪਲੇਅਰ ਇਸ਼ਮੀਤ ਸਿੰਘ ਕੋ, ਜੋ ਦੁਰਭਾਗਿਆ ਸੀ ਹਮੇ ਛੋੜ ਕਰ ਚਲਾ ਗਿਆ। ਇਸ਼ਮੀ ਸਿੰਘ ਔਰ ਉਸਕੇ ਦੋਸਤੋ ਨੇ ਏਕ ਬੈਂਡ ਬਣਾਇਆ ਹੁਆ ਥਾ। ਆਜ ਕਾ ਜੀ ਮਿਊਜ਼ੀਕਲ ਪਰਫਾਰਮੈਂਸ ਉਸੀ ਬੈਂਡ ਦੀ ਤਰਫ ਸੇ ਹੈ, ਜਿਸ ਕਾ ਨਾਮ ਹੈ ਸਟੂਪਿਡ 7। ਪਰ ਅਸੀਂ 7 ਕਿੱਥੇ ਆ, 6 ਆ। ਮੇਰਾ ਨਹੀਂ ਗਾਉਣ ਨੂੰ ਦਿਲ ਕਰਦਾ। ਗਾਣੇ ਕਾ ਤੋ ਕਿਸੀ ਕਾ ਵੀ ਦਿਲ ਨਹੀਂ ਕਰਤਾ, ਤੈਨੂੰ ਲੇਕਿਨ ਗਾਣਾ ਤੋ ਪੜੇਗਾ। ਯੇ ਫੰਕਸ਼ਨ ਹਮਾਰੇ ਦੋਸਤ ਕੇ ਲੀਏ ਹੈ। ਲੇਕਿਨ ਐਸ ਹੈ, ਟੀ ਹੈ, ਯੂ ਹੈ, ਪੀ ਹੈ, ਪਰ ਉਸਦੇ ਬਾਅਦ ਆਈ ਕਿੱਥੇ ਹੈ? ਐਕਸਕਿਊਜ਼ ਮੀ, ਕੀ ਮੈਂ ਤੁਹਾਡਾ ਗਰੁੱਪ ਜੁਆਇਨ ਕਰ ਸਕਦੀ ਹਾਂ? ਆਮ ਈਸ਼ਾ, ਈਸ਼ਾ ਫਾਰ ਆਈ।
ਜੀਣ ਦੇ ਫੰਡੇ ਨੇ ਥੋੜ ਜੰਗ ਦਿਖਾਉਣੇ ਮੰਦੇ ਨੇ ਅਸੀਂ ਲੈਕਚਰ ਸੁਣਨ ਤੋਂ ਡਰਦੇ ਹਾਂ ਪਰ ਗੁੱਡ ਟੀਚਰ ਤੇ ਹਾਏ ਮਰਦੇ ਹਾਂ।